ਚੱਕਰ ਚਿਹਨ ਯਰ ਵਰਨ ਜਾਤ ਹਰ ਪਾਤ ਨਿਹਨ ਜਹਿ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ ਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋ ਜਕ ਜੈ ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਿਣ ਜੈ ਤ੍ਰਿਪਵਨ ਮਿਹੀ ਬਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤੁਹ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਅਸ ਕਿਰਪਾਨ ਖੰਡੋ ਖੜਗ ਤੁਕਤਵਰ ਅਰਤੀ ਸੈਖ ਸੁਰੋਹੀ ਸਹਿਥੀ ਯਹ ਹਮਾਰੈ ਪੀ ਤੀਰ ਤੁਹੀ ਸੈਥੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਪਾਰ ਕਾਲ ਤੁਹੀ ਕਾਲੀ ਤੁਹੀ ਤੇਗੀ ਅਰਤੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀ ਕੜਕ ਕੇਤ ਮੈਂ ਸਰਨ ਤਿਹਾਰੀ ਆਪ ਹਾਸ ਰਹਿ ਲਿਹੂ ਵਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤ ਲਾਇ ਪੂਰਨ ਕਰੋ ਗ੍ਰੰਥੇ ਤੂੰ ਮੋਹਿ ਕਰੋ ਸਹਾਇ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਇ ਅੰਧਲਖੈ ਬਦਰੋ ਸੁਨੈ ਜਉ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨਾ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤਮੋ ਕਸਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ
ਆਪ ਲਿਓ ਤਮ ਕਸਾ ਸੁਧਾਰੀ। ਵਾਹਿਗੁਰੂ ਸਾਹਿਬ ਜੀਓ, ਅਕਾਲ ਪੁਰਖ ਬਾਤ ਚੌਪਈ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰ ਬੇ ਕਹ ਸਾਜਾ, ਜਾਹੇ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਅਕਾਲ ਪੁਰਖ ਬਾਚ ਚੌਪਈ, ਮੈਂ ਆਪਣਾ ਸੁਤ ਤੋਹੇ ਨਿਵਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਾਵਨ ਪਿੱਤਰ ਹਜ਼ੂਰ ਵਿਖੇ ਮਹਾਨ ਸੋਹਣਾ ਸੁੰਦਰ ਦੀਵਾਨ ਸਜਿਆ ਹੋਇਆ ਹੈ। ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਪਿੱਤਰ ਬਾਣੀ ਦੀ ਵਿਚਾਰ ਕਰ ਰਹੇ ਹਾਂ। ਜਿਸ ਤਰ੍ਹਾਂ ਆਪਣੇ ਅਵਤਾਰ ਧਾਰਨ ਦੀ ਤਥਾ ਪਹਿਲੇ ਸਮੇਂ ਦੀ, ਜਿਵੇਂ ਆਪ ਜੀ ਹੇਮਕੁੰਡ ਦੇ ਸਥਾਨ ਤੇ ਰਹੇ, ਉੱਥੇ ਮਹਾਨ ਤਪੱਸਿਆ ਕੀਤੀ, ਉਹ ਆਪਣੇ ਕਰ ਕਮਲਾਂ ਵਿੱਚ ਕਲਮ ਪਕੜ ਕੇ ਆਪ ਹੀ ਸਾਨੂੰ ਸੋਹਣੇ ਕਾਵਿ ਦੇ ਨਿਯਮਾਂ ਵਿੱਚ ਬਾਣੀ ਲਿਖ ਕੇ ਲਿਖ ਦਿੱਤਾ। ਉਹ ਕੱਲ ਸਾਰਾ ਪ੍ਰਸੰਗ ਆਪਾਂ ਪੜ੍ਹਿਆ ਸੀ ਵੀ ਪਰਮੇਸ਼ਰ ਨੇ ਤਪ ਸਾਧਨੀਆਂ ਕਰਦਿਆਂ ਸਾਨੂੰ ਚਲੋ ਇੱਕ ਰੂਪ ਹੋ ਗਏ ਸੀ, ਫਿਰ ਆਪਣੇ ਕੋਲ ਸੱਦ ਲਿਆ ਸੀ। ਜਿਵੇਂ ਕਿਹਾ ਵੀ ਬਹੁਤ ਭੇਜੇ ਨੇ, ਜਦੋਂ ਤੋਂ ਸ੍ਰਿਸ਼ਟੀ ਬਣਾਈ ਹੈ ਕੋਈ ਵੀ ਇਸ ਕਾਰਜ ਲਈ ਭੇਜੇ ਸੀ ਉਹ ਕਰ ਨਹੀਂ ਸਕਿਆ, ਤੁਸੀਂ ਜਾਓ। ਕੀ ਕਿਹਾ ਸੀ ਅਕਾਲ ਪੁਰਖ ਨੇ, ਸਭ ਤੋਂ ਪਹਿਲਾਂ ਅਸੀਂ ਦੋ ਦੈਂਤ ਰਚੇ ਸੀ, ਮਧੂ ਕੈਟਵ, ਉਹੀ ਬਲਬਾਹਾਂ ਬਾਹਾਂ ਦੇ ਹੰਕਾਰ ਦੇ ਵਿੱਚ ਆ ਕੇ ਕਮਲੇ ਹੋ ਗਏ। ਇਹ ਪੂਜਣਾ ਤਾਂ ਮੈਨੂੰ ਸੀ, ਉਹਦੀ ਪੂਜਾ ਕਰਨ ਵੱਲੋਂ ਰਹਿ ਗਏ। ਹੰਕਾਰ ਵਿੱਚ ਆ ਕੇ ਉਹ ਜੰਗ ਯੁੱਧੀ ਕਰਨ ਲੱਗ ਪਏ। ਫਿਰ ਉਹ ਥੋੜ੍ਹਾ ਜਿਹੀ ਨਾਰਾਜ਼ੀ ਕਰਕੇ ਅਸੀਂ ਉਹਨਾਂ ਨੂੰ ਖਤਮ ਕਰ ਦਿੱਤਾ। ਉਹਨੇ ਥਾਂ ਜਿਹੜੇ ਦੇਵਤੇ ਉਹ ਇੱਜ਼ਤ ਕਰ ਦਿੱਤੇ,
ਅਜੇ ਵੀ ਲੋਕਾਂ ਤੋਂ ਬਲੀਆਂ ਲੈਣੀਆਂ ਬੱਕਰੀਆਂ ਛਤਰੀਆਂ ਦੀਆਂ ਤੇ ਪੂਜਾ ਕਰਾਉਣੀ, ਇਹਦੇ ਵਿੱਚ ਫਸ ਗਏ। ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਸ਼ੁਰੂ ਕਰ ਦਿੱਤਾ। ਮਹਾਦੇਵ ਨੇ ਕਿਹਾ ਵੀ ਮੈਨੂੰ ਅਚੁੱਤ ਆਖੋ, ਵਿਸ਼ਨੂੰ ਨੇ ਕਿਹਾ ਵੀ ਮੈਨੂੰ ਹੀ ਭਗਵਾਨ ਆਖੋ, ਬ੍ਰਹਮਾ ਨੇ ਕਿਹਾ ਮੈਂ ਪਾਰ ਬ੍ਰਹਮ ਹਾਂ, ਪ੍ਰਾਰੂ ਬ੍ਰਹਮ ਵਿਆਪਕ ਰੂਪ ਆਪਣੇ ਮੂੰਹ ਤੋਂ ਆਪ ਕਹਿਣਾ ਕਰ ਦਿੱਤਾ। ਯੋਨਾ ਤੋਂ ਬਾਹਰ ਕਹਿੰਦੇ ਅੱਠ ਸਾਖੀ ਅਸੀਂ ਬਣਾਏ, ਜਿਹੜੇ ਪੰਜ ਤੱਤ ਪੌਣ ਪਾਣੀ ਅਗਨੀ ਆਕਾਸ਼ ਆਦਿਕ ਸੂਰਜ ਚੰਦਨ ਮਾਤਰ ਰਾਜਕ ਜਿਵੇਂ ਜੋ ਕਰ ਰਿਹਾ ਮੁਕਰਨਾ ਜਾਣ ਦੀ ਵਾਹੀ ਤੁਸੀਂ ਦੇਣੀ ਹੈ, ਜਿਹਨਾਂ ਕਰਿਆ ਹੈ ਉਹ ਤਾਂ ਕੰਮ ਇਹਨਾਂ ਨੇ ਛੱਡਤਾ। ਇਹ ਕਹਿਣਗੇ ਸਾਡੀ ਜੀਵ ਪੂਜਾ ਕਰੋ, ਸਾਨੂੰ ਮੱਥੇ ਟੇਕੋ, ਸੱਤ ਵਗੈਰਾ ਤਾਂ ਹੋਰ ਕੋਈ ਰੱਬ ਨਹੀਂ ਹੈ। ਇਹਨਾਂ ਵਿੱਚੋਂ ਕਈ ਜੀਵ ਕਹਿੰਦੇ ਚੰਦਰਮਾ ਸੂਰਜ ਨੂੰ ਦੇਵਤਾ ਕਰਕੇ ਮੰਨਣ ਲੱਗ ਪਏ, ਕੋਈ ਅਗਨੀ ਦੇ ਵਿੱਚ ਹਵਨ ਹੁਵਨ ਕਰਨ ਲੱਗੇ, ਅਗਨੀ ਵਿੱਚ ਪਾ ਕੇ ਅਗਨੀ ਦੇਵਤੇ ਨੇ ਮਨਾਉਣ ਲੱਗਿਆ, ਕੋਈ ਪਾਉਣ ਨੂੰ ਪ੍ਰਵਾਨ ਨਹੀਂ ਕਰ ਰਿਹਾ, ਕੋਈ ਪਾਣੀ ਵਿੱਚ ਹੀ ਇਸ਼ਨਾਨ ਕਰਕੇ ਵੀ ਇਹੀ ਵਿਧਾਨ ਕਰਮ ਹੈ। ਇਹ ਸਭ ਤੋਂ ਮਹਾਨ ਇਸੇ ਤਰ੍ਹਾਂ ਕਿ ਧਰਮ ਰਾਜਾ ਨੂੰ ਉਹਨਾਂ ਨੇ ਪਰਮੇਸ਼ਰ ਬਣਾਇਆ, ਇਸ ਕਰਕੇ ਕਰਮ ਕਰਦੇ ਡਰਦੇ ਜਿਹੜੇ ਕੋਈ ਪਰਮੇਸ਼ਰ ਨੇ। ਮੈਂ ਕਹਿੰਦੇ ਜੀਵੇ ਇਹਨਾਂ ਦੀ ਅਗਾਹੀ ਦੇਣ ਵਾਸਤੇ ਨਿਯਤ ਕੀਤੇ ਸੀ, ਉਹ ਆ ਕੇ ਇੱਥੇ ਉਹਨਾਂ ਨੇ ਪ੍ਰਭੂ ਕਹਾਇਆ। ਸਾਰਿਆਂ ਨੂੰ ਆਪੋ ਆਪਣੇ ਕਦੇ ਸੋਭਾ ਦੀ ਪੈ ਗਈ। ਉਹ ਜਿਹੜੀ ਗੱਲ ਸੀ ਨਾਮ ਜਪਣਾ ਜਪਾਉਣਾ ਜੀਵਾ, ਉਹ ਸਾਰਿਆਂ ਨੂੰ ਭੁੱਲ ਗਈ। ਫਿਰ ਕਹਿੰਦੇ ਅਖੀਰ ਤੇ ਅਸੀਂ ਮਨੁੱਖ ਪੈਦਾ ਕਰ ਦਿੱਤੇ ਵੀ ਚਲੋ ਅਸੀਂ ਨਾਮ ਜਪਣਗੇ ਜਪਣਗੇ। ਇਹਨਾਂ ਨੂੰ ਵੀ ਕਹਿੰਦੇ ਇਹ ਗੱਲ ਭੁੱਲ ਗਈ, ਇਹ ਵੀ ਮੇਰਾ ਤੇਰਾ ਵਿੱਚ ਹੀ ਬਸ ਹੋ ਗਏ ਵੀ ਇਹ ਮੇਰੀ ਜ਼ਮੀਨ ਜਾਇਦਾਦ ਹੈ, ਇਹ ਮੇਰਾ ਧਨ ਪਦਾਰਥ ਹੈ, ਇਹ ਮੇਰੇ ਪੁੱਤਰ ਧੀਆਂ ਹਨ ਤੇ ਵਹੀਆਂ ਹਨ ਬਹੁਤਿਆਂ ਨੇ। ਤਾਂ ਕਹਿੰਦੇ ਪੱਥਰਾਂ ਨੂੰ ਪਰਮੇਸ਼ਰ ਨੀਅਤ ਕਰ ਲਿਆ ਵੀ ਜਿਹੜੇ ਭਗਵਾਨ ਹੈ ਚਿੱਟੀ ਧਾਰੀ ਵਾਲੇ ਪੱਥਰ। ਫਿਰ ਕਹਿੰਦੇ ਜਿਹੜੇ ਸਿੱਧੀਆਂ ਸਿੱਧੀਆਂ ਵਾਲੇ ਸਾਧੂ ਲੋਕ ਹੈ ਉਹ ਖੜੇ ਕੀਤੇ, ਉਹਨਾਂ ਨੇ ਵੀ ਕਹਿੰਦੇ ਪਰਮ ਪੁਰਖ ਨਹੀਂ ਪਾਇਆ। ਜਿਹੜਾ ਕੋਈ ਵਿੱਚੋਂ ਸਿਆਣਾ ਹੋਇਆ ਸਿੱਧੀਆਂ ਸਿੱਧੀਆਂ ਮਾਲਕ ਉਹਨੇ ਆਪੋ ਆਪਣਾ ਪੰਥ ਚਲਾ ਲਿਆ। ਆਪੋ ਵਿੱਚ ਹੀ ਕਹਿੰਦੇ ਉਹਨਾਂ ਨੇ ਵੈਰ ਭਾਵ ਵਧਾ ਲਿਆ, ਹੰਕਾਰ ਵਧਾ ਲਿਆ। ਜਿਵੇਂ ਦਰਖਤ ਕਹਿੰਦੇ ਆਪਣੇ ਪੱਤੇ ਨਾਲ ਹੀ ਸਰਦਾ, ਇਸ ਤਰ੍ਹਾਂ ਕਹਿੰਦੇ ਆ ਈਰਖਾ ਦੀ ਅਗਨੀ ਵਿੱਚ ਆਪਣੀ ਇੱਜ਼ਤ ਵਿਰੋਧ ਨੂੰ ਪੱਤਰਿਆਂ ਵਾਂਗੂ ਸਾੜ ਰਹੇ ਨੇ, ਗਰਾ ਰਹੇ ਨੇ, ਕੋਈ ਨਹੀਂ ਰਸਤੇ ਵਿੱਚ ਚੱਲਿਆ। ਅਸੀਂ ਪਰਮੇਸ਼ਰ ਅਸੀਂ ਪਰਮੇਸ਼ਰ ਆ ਬਸ ਹੋਈ ਇਸ ਕਹਿਣ ਵਿੱਚ ਹੀ ਪਾਗਲ ਹੋ ਗਏ। ਫਿਰ ਕਹਿੰਦੇ ਜਿਹੜੇ ਕੋਈ ਰਿਖੀ ਰਾਜ ਹਨ ਵਿਸ਼ੇਸ਼ ਵਰਗੇ ਮਨੂ ਵਰਗੇ ਬਣਾਏ,
ਉਹਨਾਂ ਨੇ ਸਿਮਰਤੀਆਂ ਬਣਾਤੀਆਂ ਉਸ ਰਸਤੇ ਤੋਰਤਾ ਲੋਕਾਂ ਨੂੰ ਜਿਹੜੇ ਕਹਿੰਦੇ ਸਿਮਰਤੀਆਂ ਦੇ ਪੜ੍ਹ ਦੇ ਪ੍ਰੇਮੀ ਹੋ ਗਏ ਉਹਨਾਂ ਨੇ ਪਰਮੇਸ਼ੁਰ ਦੀ ਕਰਨੀ ਕਮਾਈ ਕਰਨੀ ਛੱਡ ਦਿੱਤੀ ਜਿਨ੍ਹਾਂ ਨੇ ਇਹ ਛੱਡ ਕੇ ਚਰਨਾਂ ਵਿੱਚ ਮਨ ਟਿਕਾਇਆ ਹੋਰ ਤਾਂ ਇਹਨਾਂ ਦੇ ਰਸਤੇ ਨਹੀਂ ਆਇਆ ਹੈ ਬ੍ਰਹਮਾ ਨੇ ਚਾਰ ਬਨੇਰ ਬਣਾ ਦਿੱਤੇ ਸਾਰਿਆਂ ਲੋਕਾਂ ਨੂੰ ਕਰਮ ਕਾਂਡ ਦੇ ਵਿੱਚ ਤੋਰਤਾ ਇਹਨਾਂ ਦੀ ਵਾਹਿਗੁਰੂ ਦੇ ਚਰਨਾਂ ਵਿੱਚ ਲਿਵ ਲੱਗ ਗਈ ਉਹ ਇਹ ਵੇਦਾਂ ਦੇ ਕਰਮ ਕਾਂਡ ਦੇ ਤਿਆਗੀ ਹੋ ਗਏ ਛੱਡ ਗਏ ਜਿਹੜੇ ਜਿਹੜੇ ਵੀ ਕੋਈ ਆਪਣੇ ਦੇਹ ਦੇ ਉੱਪਰ ਤਰ੍ਹਾਂ ਤਰ੍ਹਾਂ ਦੀ ਤਕਲੀਫ ਸਹਾਰਦੇ ਨੇ ਰੂਹ ਦੇ ਨਾਲ ਸਾਥ ਨਹੀਂ ਛੱਡਦੇ ਭਜਨ ਸਿਵੇਂ ਕਰਦੇ ਉਹ ਪਰਮੇਸ਼ ਪਰਮਪੁਰੀ ਨੂੰ ਜਾਂਦੇ ਨੇ ਉਹਨਾਂ ਵਿੱਚ ਤੇ ਪਰਮੇਸ਼ੁਰ ਵਿੱਚ ਕੋਈ ਫਰਕ ਨਹੀਂ ਇਸੇ ਤਰ੍ਹਾਂ ਕਹਿੰਦੇ ਫਿਰ ਦੱਤਾਤਰ ਨੂੰ ਪੈਦਾ ਕਰਤਾ ਉਹਨੇ ਵੀ ਆਪਣਾ ਇੱਕ ਪੰਥ ਚਲਾਇਆ ਹੱਥਾਂ ਦੇ ਨਾਂ ਜੇ ਵਧਾ ਲਏ ਸਿਰ ਤੇ ਬੜੀਆਂ ਬੜੀਆਂ ਜੜਾਵਾਂ ਸਵਾਰ ਲਈਆਂ ਫਿਰ ਗੋਰਖਨਾਥ ਨੂੰ ਪੈਦਾ ਕਰਤਾ ਉਹਨੇ ਕਹਿੰਦੇ ਬੜੇ ਬੜੇ ਰਾਜਿਆਂ ਨੂੰ ਆਪਣੇ ਚੇਲੇ ਬਣਾ ਲਿਆ ਦੋ ਕੰਨ ਜੇ ਪਾਲ ਕੇ ਉਹਨਾਂ ਦੇ ਕੰਨਾਂ ਵਿੱਚ ਮੁੱਲਾਂ ਪਾ ਤੀਆਂ ਘਰ ਬਾਰ ਛਡਾ ਦਿੱਤਾ ਘਰਾਂ ਘਰਾਂ ਨੂੰ ਠੂਠਾ ਫੜ ਕੇ ਮੰਗਣ ਲਾ ਤਾ ਉਹਨਾਂ ਨੂੰ ਫਿਰ ਕਹਿੰਦੇ ਰਾਮਾਨੰਦ ਨੂੰ ਪੈਦਾ ਕਰਾ ਉਹਨੇ ਪ੍ਰਾਗਿਆਂ ਵਾਲਾ ਭੇਤ ਗਿਆ ਧਾਰ ਲਿਆ ਲੱਕੜੀ ਬਣਾ ਕੇ ਕੰਠੀ ਦੀ ਗਲ ਵਿੱਚ ਪਾ ਲਈ ਪਰਮੇਸ਼ਰ ਦੀ ਜਿਹੜੀ ਕਰਨੀ ਕਮਾਈ ਉਹਦੀ ਕੋਈ ਸੋਚ ਵਿਚਾਰ ਨਾ ਕੀਤੀ ਫਿਰ ਮਹੰਮਦ ਨੂੰ ਕਹਿੰਦੇ ਪੈਦਾ ਕੀਤਾ ਉਹਨੇ ਉਹਨੂੰ ਅਰਬ ਦੇਸ਼ ਦਾ ਕਹਿੰਦੇ ਰਾਜ ਭਾਗ ਰਾਜਾ ਬਣਾਇਆ ਮੁਹੰਮਦ ਨੇ ਵੀ ਇੱਕ ਪੰਥ ਪੈਦਾ ਕੀਤਾ ਜਿੰਨੇ ਆਪਣੇ ਰਾਜਾ ਸੀ ਪ੍ਰੇਮ ਪਾਤਰ ਆਪਣੇ ਸ਼ਰਧਾਲੂ ਸੀ ਆਪਣੇ ਪੈਰੋਕਾਰ ਸੀ ਸਾਰਿਆਂ ਨੂੰ ਸੁਣ ਸੁਣਦੀ ਕਰਤੀ ਇਸ ਤਰ੍ਹਾਂ ਕਹਿੰਦੇ ਜਿਹੜਾ ਕੰਮ ਨਾਮ ਜਪਣਾ ਜਪਾਉਣਾ ਸੀ ਉਹ ਕਿਸੇ ਨੇ ਨਹੀਂ ਦੜਾਇਆ ਹੈ ਤਪ ਕਰਦਿਆਂ ਫਿਰ ਮੈਨੂੰ ਬੁਲਾਇਆ ਸੀ ਤੇ ਇਹ ਕੁਝ ਕਹਿ ਕੇ ਮੈਨੂੰ ਭੇਜਿਆ ਸੀ ਇਸ ਸੰਸਾਰ ਦੇ ਵਿੱਚ ਕੀ ਕਿਹਾ ਸੀ ਮੈਨੂੰ ਅਕਾਲ ਪੁਰਖ ਬਾਜ ਅਕਾਲ ਪੁਰਖ ਨੇ ਜੋ ਬਚਨ ਕਿਹਾ ਉਹ ਚੌਪੀ ਛੰਦ ਵਿੱਚ ਆਪ ਜੀ ਦੱਸ ਰਹੇ ਨੇ ਆਪਾਂ ਸੁਣੀਏ ਮਨ ਚਿਤ ਲਾ ਕੇ ਮੈਂ ਆਪਣਾ ਸੁੱਤ ਤੋਂ ਹੈ ਨਿਵਾਜਾ ਅਕਾਲ ਪੁਰਖ ਨੇ ਮੈਨੂੰ ਬੁਲਾ ਕੇ ਆ ਸਾਰਾ ਕੁਛ ਦੱਸ ਕੇ ਫਿਰ ਇਉਂ ਕਿਹਾ ਮਹਾਨ ਤਪੱਸੀ ਤਪੱਸਿਆ ਕਰਨ ਵਾਲੇ ਮੈਨੇ ਆਪਣਾ ਤੈਨੂੰ ਜਿਹੜਾ ਪੁੱਤਰ ਦੀ ਪਦਵੀ ਦੇ ਕੇ ਨਵਾਜ ਦਿੱਤਾ ਹੈ ਆਪ ਜੇ ਪੁੱਤਰ ਤੇ ਪਿਓ ਦੇ ਵਿੱਚ ਕੋਈ ਫਰਕ ਨਹੀਂ ਨਾ ਹੁੰਦਾ ਹੈ ਕਿਉਂਕਿ ਪਿਤਾ ਦੀ ਅੰਸੀ ਹੁੰਦਾ ਪਿਤਾ ਜੀ ਦੀ ਖੂਨ ਵਿੱਚੋਂ ਹੀ ਮਨ ਵਿੱਚੋਂ ਹੀ ਆਇਆ ਹੁੰਦਾ ਪੁੱਤਰ ਇਸ ਤਰ੍ਹਾਂ ਕਹਿੰਦੇ ਮੈਂ ਤੈਨੂੰ ਆਪਣੇ ਪੁੱਤਰ ਦੀ ਪਦਵੀ ਚ ਦੇ ਕੇ ਨਵਾਜ ਦਿੱਤਾ ਹੈ ਵਡਿਆ ਦਿੱਤਾ ਵੱਡਾ ਕਰ ਦਿੱਤਾ ਹੈ ਆਪਣਾ ਪੁੱਤਰ ਬਣਾਇਆ ਹੈ ਪੰਥ ਪ੍ਰਚੁਰ ਕਰ ਬੇਕਹ ਸਾਜਾ ਜਿਹੜਾ ਖਾਲਸਾ ਪੰਥ ਇਹਦਾ ਪ੍ਰਚਾਰ ਕਰਨ ਵਾਸਤੇ ਇਹਨੂੰ ਪ੍ਰਚਾਰਨ ਕਰਨ ਵਾਸਤੇ ਤੈਨੂੰ ਸਜਾਇਆ ਵਜਾਇਆ ਹੈ ਜਾਹੇ ਕਹਾ ਤੈ ਧਰਮ ਚਲਾਏ
ਹਰ ਸਵਾਸ ਤੇ ਤਾਹੇ ਕਹਿੰਦੇ ਉਹ ਤਾਂ ਮਾਤ ਲੋਕ ਵੀ ਜਾਹੇ ਕੀਏ ਜਾ ਕੇ ਤੂੰ ਧਰਮ ਦੇ ਵਿੱਚ ਲਾ ਲੋਕਾਂ ਨੂੰ ਧਰਮ ਦੇ ਵਿੱਚ ਤੋਰ ਕਬੁੱਧ ਕਰਨ ਤੇ ਲੋਕ ਹਟਾ ਜਿਹੜੇ ਲੋਕ ਕਹਿੰਦੇ ਖੋਟੀ ਬੁੱਧ ਕਰਕੇ ਮਨਮਤਾ ਕਰ ਰਹੇ ਮਨਮਾਨੀਆਂ ਕਰ ਰਹੇ ਹਨ ਉਹਨਾਂ ਨੂੰ ਰੋਕ ਦੇ ਹਟਾ ਦੇ ਕਬ ਬਾਚ ਦੋਹਰਾ ਠਾਡ ਪਯੋ ਮੈਂ ਜ਼ੋਰ ਕਰ ਕਵੀ ਨੇ ਜੋ ਬਚਨ ਕਿਹਾ ਭਾਵ ਜੋ ਅਸਾਂ ਨੇ ਬਚਨ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਆਪ ਨੂੰ ਕੋਈ ਵੀ ਅਸੀਂ ਪਰਮੇਸ਼ਰ ਹਾਂ ਜਿਵੇਂ ਬਦੰਤੀ ਕਹਿੰਦੇ ਅਸੀਂ ਬ੍ਰਹਮਾ ਆਪਣੇ ਆਪ ਨੂੰ ਨਿਮਰਤਾ ਨਾਲ ਕਹੇ ਕਬ ਬਾਚ ਜੋ ਕਵੀ ਨੇ ਕਿਹਾ ਭਾਵ ਜੋ ਅਸੀਂ ਆਖਿਆ ਪਰਮੇਸ਼ਰ ਨੂੰ ਹੋਰ ਦੋਹਰੇ ਵੀ ਦੱਸਦੇ ਵੀ ਠਾਂਡ ਪਿਓ ਮੈਂ ਜ਼ੋਰ ਕਰ ਮੈਂ ਵਾਹਿਗੁਰੂ ਦੇ ਅੱਗੇ ਸੁਣ ਕੇ ਹੱਥ ਜੋੜ ਕੇ ਖੜਾ ਹੋ ਗਿਆ ਬਚਨ ਕਹਾ ਸਿਰ ਨਿਆਰ ਤੇ ਸਿਰ ਨਵਾ ਕੇ ਸੀਸ ਝੁਕਾ ਕੇ ਇਸ ਤਰ੍ਹਾਂ ਦਾ ਵਾਹਿਗੁਰੂ ਨੂੰ ਬਚਨ ਕਿਹਾ ਮੈਨੇ ਪੰਥ ਚਲਾ ਤਬ ਜਗਤ ਮੈਂ ਖਾਲਸਾ ਪੰਥ ਦੇ ਸੰਬੰਧ ਵਿੱਚ ਤੁਸੀਂ ਮੈਨੂੰ ਕਹਿ ਰਹੇ ਹੋ ਖਾਲਸਾ ਪੰਥ ਤਾਂ ਚੱਲ ਸਕਦਾ ਤਾਂ ਪ੍ਰਚਲਿਤ ਤਾਂ ਉਹਦਾ ਫੈਲਾ ਹੋ ਸਕਦਾ ਹੈ ਜਬ ਤੂੰ ਮੁਕਰ ਹੋ ਸਹਾਰ ਤੁਸੀਂ ਮਾਰਾ ਆਪ ਸਹਾਇਤਾ ਕਰੋਗੇ ਆਪ ਮਦਦ ਕਰੋਗੇ ਫਿਰ ਜਿਹੜਾ ਖਾਲਸਾ ਪੰਥ ਹੈ ਸੰਸਾਰ ਦੇ ਵਿੱਚ ਪ੍ਰਚਲਿਤ ਹੋ ਸਕਦਾ ਹੈ ਚੌਪਈ ਇਹ ਕਾਰਨ ਪ੍ਰਭ ਮੋਹਿ ਪਠਾਇਓ ਹਾਂ ਖਾਲਸਾ ਪੰਥ ਨੂੰ ਸਿੰਘਾਂ ਨੂੰ ਦੱਸ ਰਹੇ ਹੈ ਕਿ ਇਸ ਕਾਰਨ ਵਾਸਤੇ ਪ੍ਰਭੂ ਨੇ ਮੈਨੂੰ ਕਹਿੰਦੇ ਇਹ ਸੰਸਾਰ ਵਿੱਚ ਭੇਜਿਆ ਹੈ ਤਬ ਮੈਂ ਜਗਤ ਜਨਮ ਧਾਰ ਆਇਆ ਕਹਿੰਦੇ ਇਸ ਸੰਸਾਰ ਦੇ ਵਿੱਚ ਮੈਂ ਅਵਤਾਰ ਧਾਰ ਕੇ ਆ ਗਿਆ ਹਾਂ ਜਿਮ ਤਿੰਨ ਕਹੀ ਇਨੈ ਤਿਮ ਕਹਿ ਹੋ ਜਿਵੇਂ ਪਰਮੇਸ਼ਰ ਨੇ ਮੈਨੂੰ ਗੱਲ ਕਹੀ ਹੈ ਇਹਨਾਂ ਨੂੰ ਮੈਂ ਕਹਿੰਦੇ ਉਸੇ ਤਰ੍ਹਾਂ ਦੀ ਗੱਲ ਕਹਾਂਗਾ ਉਹੀ ਕੁਛ ਆਖਾਂਗਾ ਭਾਵ ਜਿਵੇਂ ਪਰਮੇਸ਼ਰ ਨੇ ਮੈਨੂੰ ਦੱਸਿਆ ਨਾ ਵੀ ਆ ਦੈਂਤ ਰਚੇ ਸੀ ਦੇਵਤੇ ਬਣਾਏ ਸੀ ਹੋਰ ਪਕੰਬਰ ਰਖੀ ਮਨੇ ਬਣਾਏ ਸੀ ਕਹਿੰਦੇ ਇਹਨਾਂ ਦੇ ਸੰਬੰਧ ਵਿੱਚ ਉਸੇ ਤਰ੍ਹਾਂ ਮੈਂ ਕੁਝ ਕਹਾਂਗਾ ਔਰ ਕਿਸੂ ਤੇ ਬੈਰ ਨਾ ਗਹਿ ਹੋਰ ਕਿਸੇ ਦੇ ਮੈਂ ਕੋਈ ਬੈਰ ਨਹੀਂ ਪਕੜਾਂਗਾ ਬੈਰ ਨਹੀਂ ਬੰਨਾਂਗਾ ਕੋਈ ਬੈਰ ਭਾਵ ਨਾਲ ਇਹਨਾਂ ਨੂੰ ਨਹੀਂ ਕੁਝ ਆਖਾਂਗਾ ਤੇ ਜਿਵੇਂ ਪਰਮੇਸ਼ਰ ਨੇ ਕਿਹਾ ਉਵੇਂ ਗੱਲ ਮੈਂ ਕਹੀ ਹੈ ਜੋ ਹਮਕੋ ਪਰਮੇਸ਼ਰ ਉਚਰ ਹੈ ਕਹਿੰਦੇ ਜਿਹੜੇ ਵੀ ਹਮਕੋ ਆਪਣੇ ਆਪ ਨੂੰ ਵੀ ਅਸੀਂ ਪਰਮੇਸ਼ਰ ਸੀ ਬ੍ਰਹਮਾ ਉਚਾਰਨ ਕਰਦੇ ਹਨ ਤੇ ਸਭ ਨਰਕ ਕੁੰਡ ਮਹਿ ਪਰ ਹੈ ਸਾਰੇ ਦੇ ਸਾਰੇ ਨਰਕਾਂ ਦੇ ਕੁੰਡ ਵਿੱਚ ਹੀ ਪੈਂਦੇ ਨਰਕਾਂ ਵਿੱਚ ਹੀ ਡਿੱਗਦੇ ਹਨ ਜੋ ਹਮਕੋ ਪਰਮੇਸ਼ਰ ਉਚਰ ਹੈ ਜਿਹੜੇ ਸਾਡੇ ਅਸਥੂਲ ਸਰੀਰ ਨੂੰ ਭਾਈ ਭੌਤਿਕ ਸਰੀਰ ਨੂੰ ਕਹਿੰਦੇ ਪਰਮੇਸ਼ਰ ਆਖਣਗੇ ਕਿਉਂਕਿ ਅੰਦਰ ਤਾਂ ਜਿਹੜਾ ਅਸਪਦ ਰੂਪ ਹੈ ਉਹ ਤਾਂ ਪਰਮੇਸ਼ਰ ਦੀ ਅੰਸੀ ਹੈ ਉਹੀ ਹੈ ਨਾ ਕਿਉਂ ਜੋ ਸਾਨੂੰ ਅਸਪਦ ਰੂਪ ਜਾਣ ਕੇ ਜਿਹੜਾ ਅਸਪਦ ਹੈ ਰੂਪ ਉਹ ਪਰਮੇਸ਼ਰ ਹੀ ਹੈ ਜਾਣ ਕੇ ਉਚਾਰਨਗੇ
ਉਹ ਸਾਰੇ ਨਰਕਾਂ ਦੇ ਕੁੰਡ ਤੋਂ ਪਰੇ ਹੋ ਜਾਣਗੇ, ਪਰੇ ਪੈ ਜਾਣਗੇ, ਨਹੀਂ ਪੈਣਗੇ। ਮੁੱਖ ਵਿੱਚ ਭਗਤੀ ਭਾਵ ਵਿੱਚ ਕਹਿੰਦੇ ਹਨ ਜੋ ਸਾਨੂੰ ਪਰਮੇਸ਼ਰ ਆਖਣਗੇ, ਫਿਰ ਤਾਂ ਨਰਕਾਂ ਦੇ ਕੁੰਡ ਵਿੱਚ ਪੈਣਗੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਕਿਸੇ ਨੇ ਤਰਕ ਜੀ ਮਾਰ ਕੇ ਕਹਿੰਦੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਰਮੇਸ਼ਰ ਸਮਝਦੇ ਹੋ, ਪਰਮੇਸ਼ਰ ਕਹਿੰਦੇ ਹੋ। ਮਹਾਰਾਜ ਨੇ ਆਪਣੇ ਮੁੱਖ ਤੋਂ ਇਹ ਕਿਹਾ ਵੀ ਜਿਹੜੇ ਉਹ ਕਹਿਣਗੇ ਉਹ ਐਂ ਹੋਊਗਾ, ਉਹਨਾਂ ਨਾਲ ਹੱਸ ਕੇ ਕਹਿਣਗੇ ਵੀ ਜਦੋਂ ਹੈ ਹੀ ਪਰਮੇਸ਼ਰ ਸੀ, ਪਰਮੇਸ਼ਰ ਨੂੰ ਤਾਂ ਪਰਮੇਸ਼ਰ ਕਹਿਣਾ ਹੀ ਬਣਦਾ ਹੈ, ਸਾਨੂੰ ਜਿੱਥੇ ਮਰਜ਼ੀ ਸਿੱਟ ਦੇਣ ਅਸੀਂ ਤਾਂ ਪਰਮੇਸ਼ਰ ਕਹਾਂਗੇ। ਫਿਰ ਤਾਂ ਉਹਨਾਂ ਦੀ ਨਿਮਰਤਾ ਹੈ, ਭਾਵ ਭਗਤੀ ਹੈ ਵੀ ਉਹ ਉਸੇ ਦੀ ਆਸ ਹੁੰਦੇ, ਉਸੇ ਦਾ ਰੂਪ ਹੁੰਦੇ ਹੋਏ ਕਹਿ ਰਹੇ ਨੇ ਵੀ ਅਸੀਂ ਨਹੀਂ ਹਾਂ। ਇਹ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ, ਨੀਚਾ ਅੰਦਰ ਨੀਚ ਯਾਦ ਨੀਚੀ ਹੂੰ ਅਤ ਨੀਚ ਹਾਂ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰੱਖੋ ਸਰਮਾ, ਮੈਂ ਮੂਰਖ ਕੀ ਕੇਤ ਕਵਾਤ ਹੈ ਕੋਟ ਪਰਾਧੀ ਤਰਿਆ ਰੇ। ਹੁਣ ਗੁਰੂ ਅਰਜਨ ਦੇਵ ਕਿਤੇ ਮੂਰਖ ਹੈ, ਪਤਾ ਨਿਮਰਤਾ ਦੇ ਬਚਨਾ ਵੀ ਇਸ ਤਰ੍ਹਾਂ ਵੀ ਹੋ ਭਗਤੀ ਭਾਵ ਦੇ ਵਿੱਚ ਬਚਨਾ ਵੀ ਇਹ ਸਾਡੇ ਅਸਤੂਰ ਸਰੀਰ ਨੂੰ ਇਹ ਸਮਝ ਕੇ ਇਹਨੂੰ ਰੱਬ ਕਹੀ ਜਾਣਗੇ। ਮੁੱਖ ਰੂਪ ਦੇ ਵਿੱਚ ਪਹਿਲਾਂ ਹੀ ਅਰਥ ਹੈ ਵੀ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਵੀ ਅਸੀਂ ਬ੍ਰਹਮਾ ਉਚਾਰਨ ਕਰਦੇ ਹਾਂ ਨਾ, ਉਹ ਤਾਂ ਸਾਰੇ ਨਰਕਾਂ ਦੇ ਕੁੰਡ ਵਿੱਚ ਹੀ ਪੈਂਦੇ, ਉਹਨਾਂ ਦੀ ਕਲਿਆਣ ਨਹੀਂ, ਉਹਨਾਂ ਦਾ ਭਲਾ ਨਹੀਂ ਹੁੰਦਾ ਹੈ। ਜਿਵੇਂ ਉਹ ਲਦਾਇਕਿਆਂ ਵਾਲੇ ਸਥਾਨ ਤੇ ਇੱਕ ਮਹਾਨ ਵੱਡਾ ਸੱਪ ਸੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇੱਥੇ ਉਹ ਕਾਂਗੜ ਤੋਂ ਚੱਲਦੇ ਆਏ ਹੈ ਚਿੜੀ ਵਿੱਚ, ਇਸ ਤਰ੍ਹਾਂ ਖੜੇ ਨੇ ਕੋਈ ਸਮਾਂ, ਇਹਦੇ ਵਿੱਚੋਂ ਭਾਰੀ ਸੱਪ ਜਾ ਨਿਕਲ ਕੇ ਮਹਾਰਾਜ ਵੱਲ ਨੂੰ ਆਇਆ। ਇਹ ਮਹਾਰਾਜ ਨੇ ਦੇਖ ਕੇ ਉਹ ਤੱਕੀ ਗਏ, ਵਿਧੀ ਚੰਦ ਭਾਈ ਜੋਧ ਆਲਕ ਜੀ ਕਹਿਣ ਲੱਗੇ, ਮਹਾਰਾਜ ਸੌਦਾ ਲਾ ਦਈਏ, ਛਾਟਾ ਛਕਾ ਦਈਏ, ਮਾਰ ਦਈਏ। ਮਹਾਰਾਜ ਕਹਿੰਦੇ ਨਹੀਂ, ਦੁਖੀ ਜੀਵ ਆ ਰਿਹਾ ਹੈ, ਹਾਲੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਚਰਨ ਛਰਨ ਜਦੋਂ ਆਇਆ, ਉਹ ਚਰਨਾਂ ਵਿੱਚ ਜੋੜਾ ਪਾਇਆ ਉਹਦੇ ਸਮੇਤ ਹੀ ਮਹਾਰਾਜ ਨੇ ਉਹਦੇ ਸੀਸ ਦੇ ਉੱਪਰ ਛੁਆ ਦਿੱਤਾ ਹੈ, ਉਸੇ ਵੇਲੇ ਦੋ ਪਾਠ ਜੇ ਹੋ ਗਏ, ਉਹਦੇ ਆਤਮਾ ਨਿਕਲੀ ਹੈ, ਜੈ ਜੈਕਾਰ ਕਰਦੀ ਉੱਪਰ ਨੂੰ ਚਲੀ ਗਈ, ਉੱਪਰ ਚਲੀ ਗਈ ਹੈ, ਉਸ ਦੀ ਕਰਨ ਲੱਗ ਪਈ ਹੈ। ਉਹਦੇ ਵਿੱਚੋਂ ਨਿੱਕੇ ਨਿੱਕੇ ਜੇ ਕਰਮ ਨਿੱਕੇ ਕੁਰਬਲ ਕੁਰਬਲ ਕਰਨ ਲੱਗ ਪਏ ਨੇ। ਫਿਰ ਮਹਾਰਾਜ ਨੇ ਪੁੱਛਿਆ ਵਿਧੀ ਚੰਦ ਕੇ, ਮਹਾਰਾਜ ਕਿਹਦੀ ਕਲਿਆਣ ਕੀਤੀ, ਕਿਹਦਾ ਭਲਾ ਕੀਤਾ ਹੈ, ਇਹ ਕੌਣ ਸੀ? ਮਹਾਰਾਜ ਕਹਿੰਦੇ ਵੀ ਪਿਛਲੇ ਜਨਮ ਵਿੱਚ ਬੜਾ ਤਕੜਾ ਵਿਦਵਾਨ ਸੀ, ਵਿਦਿਆ ਦੇ ਬਲਦੇ ਨਾਲ ਕਹਿੰਦੇ ਆਪਣੇ ਆਪ ਨੂੰ ਬ੍ਰਹਮ ਕਹਾਉਣ ਲੱਗ ਪਿਆ ਸੀ, ਕਹਿੰਦੇ ਮੈਂ ਰੱਬ ਹਾਂ। ਇਹ ਆਪਣੇ ਸਿੱਖ ਸੇਵਕਾਂ ਨੂੰ ਸ਼ਰਧਾਲੂ ਨੂੰ ਕਹਿੰਦਾ, ਤੁਹਾਨੂੰ ਕੋਈ ਜਪਣ ਜਪਾਉਣ ਦੀ ਨਾਮ ਦੀ ਲੋੜ ਨਹੀਂ ਹੈ, ਬਸ ਮੈਨੂੰ ਪੂਜੋ, ਮੈਨੂੰ ਮੰਨੋ, ਮੈਨੂੰ ਛਕਵਾਓ, ਮੈਂ ਤੁਹਾਡੀ ਕਲਿਆਣ ਕਰਾਂਗਾ, ਕਿਉਂਕਿ ਮੈਂ ਬ੍ਰਹਮ ਹਾਂ।
ਜਿਹਨੇ ਨਾ ਇਹਨੇ ਆਪ ਜਪਿਆ ਨਾ ਨਾ ਆਪਣੇ ਸਿੱਖ ਸੇਵਕਾਂ ਤੋਂ ਜਕਾਇਆ, ਦੁੱਧ ਮਲਾਈਆਂ ਮੱਖਣ ਛਕਦਾ ਰਿਹਾ ਤੇ ਸੱਪ ਨੂੰ ਫੁੰਕਾਰੇ ਮਾਰਦਾ ਸੀ ਚੱਕੇ ਵੀ ਮੈਂ ਬ੍ਰਹਮਾ ਕਹਿੰਦੇ ਆਪ ਮਰ ਕੇ ਉਹਨੇ ਸੱਪ ਬਣਿਆ ਪਿਆ ਸੀ ਜਿਹੜੇ ਇਹਨਾਂ ਦੇ ਘਰਾਂ ਤੋਂ ਖਾਂਦਾ ਸੀ ਦੁੱਧ ਮਲਾਈਆਂ, ਉਹਨੇ ਹੁਣ ਲੇਖਾ ਤਾਂ ਲੈਣੀ ਸੀ ਨਾ। ਕਹਿੰਦੇ ਕਿਰਮ ਬਣ ਕੇ ਇਹਦਾ ਮਾਸ ਕੱਟ ਕੱਟ ਕੇ ਖਾ ਰਹੇ ਸੀ। ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਚਰਨ ਛਰਨ ਆਇਆ ਹੈ, ਜਿਸ ਕਰਕੇ ਇਹਦੀ ਕਲਿਆਣ ਕਰ ਦਿੱਤੀ, ਇਹ ਭਲਾ ਹੋ ਗਿਆ ਹੈ। ਔਰ ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਆਪੇ ਬਣ ਬਹਿੰਦੇ ਆ ਨਾ ਉਹਨਾਂ ਦਾ ਐਸਾ ਹਾਲ ਹੁੰਦਾ ਹੈ। ਇਸ ਕਰਕੇ ਨਸੇ ਭਾਵ ਨਾਲ ਹੀ ਆ ਮਹਾਰਾਜ ਕਹਿੰਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬ੍ਰਹਮ ਹਾਂ ਜੀ ਪਰਮੇਸ਼ਰ ਹਾਂ ਇਉਂ ਉਚਾਰਨ ਲੱਗ ਪੈਂਦੇ ਕਹਿਣ ਲੱਗ ਪੈਂਦੇ ਹੈ, ਉਹ ਸਾਰੇ ਨਰਕਾਂ ਦੇ ਕੁੰਡ ਵਿੱਚ ਹੀ ਪੈਂਦੇ, ਨਰਕਾਂ ਵਿੱਚ ਹੀ ਡਿੱਗਦੇ ਹਨ। ਮੋਹ ਕੋ ਦਾਸ ਤਵਨ ਕਾ ਜਾਨੋ, ਸਾਨੂੰ ਕੋਈ ਪੁੱਛੇ ਵੀ ਤੁਸੀਂ ਨੀ ਪਰਮੇਸ਼ਰ? ਕਹਿੰਦੇ ਭਾਈ ਸਾਨੂੰ ਤਾਂ ਉਸ ਪਰਮੇਸ਼ਰ ਦਾ ਸੇਵਕ ਜਾਣੋ, ਦਾਸ ਜਾਣੋ, ਭਾਵੇਂ ਸਾਨੂੰ ਵਾਹਿਗੁਰੂ ਨੇ ਕਹਿ ਦਿੱਤਾ ਵੀ ਮੈਂ ਤੈਨੂੰ ਆਪਣੇ ਪੁੱਤਰ ਦੀ ਪਦਵੀ ਦੇ ਕੇ ਨਿਵਾਜ ਦਿੱਤਾ ਹੈ, ਪੁੱਤਰ ਬਣਾ ਲਿਆ ਹੈ, ਪਰ ਮੈਨੂੰ ਤਾਂ ਫੇਰ ਵੀ ਉਸ ਵਾਹਿਗੁਰੂ ਦਾ ਦਾਸ ਹੀ ਜਾਣੋ, ਸਮਝੋ ਯਾ ਮੈਂ ਭੇਦ ਨਰੰਚ ਪਛਾਨੋ। ਇਸ ਗੱਲ ਦੇ ਵਿੱਚ ਕਹਿੰਦੇ ਰਚਾ ਮਾਤਰ ਵੀ ਪੂਰਾ ਮਾਤਰ ਵੀ ਕੋਈ ਭੇਦ ਫਰਕ ਨਾ ਪਛਾਣੋ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਮੈਂ ਤਾਂ ਭਾਈ ਸਪਸ਼ਟ ਰੂਪ ਵਿੱਚ ਕਹਿ, ਪਰ ਜਿਹੜਾ ਮਹਾਂਪੁਰਖ ਹੈ ਵੱਡਾ ਪੁਰਖ ਕਾਲ ਪੁਰਖ ਉਹਦਾ ਦਾਸ ਹਾਂ। ਦੇਖਣ ਆਇਓ ਜਗਤ ਤਮਾਸ਼ਾ, ਜਿਹੜਾ ਤਮਾਸ਼ਾ ਰੂਪ ਸੰਸਾਰ ਹੈ ਇਹਨੂੰ ਦੇਖਣ ਤੱਕਣ ਆਇਆ ਹਾਂ ਮੈਂ। ਜੋ ਪ੍ਰਭ ਜਗਤ ਕਹਾ ਸੋ ਕਹਿ ਹੋ, ਜੋ ਪ੍ਰਭ ਕਹਾ ਜੋ ਪਰਮੇਸ਼ਰ ਨੇ ਮੈਨੂੰ ਕਿਹਾ ਹੈ ਆਖਿਆ ਹੈ ਜਗਤ ਸੋ ਕਹੋ, ਉਹ ਸੰਸਾਰ ਦੇ ਲੋਕਾਂ ਨੂੰ ਮੈਂ ਆਖਾਂਗਾ। ਮ੍ਰਿਤ ਲੋਕ ਤੇ ਮੋਨ ਨ ਰਹਿ ਹੋ, ਮੇਰੇ ਮਾਤ ਲੋਕ ਦੇ ਜੀਵ ਹੈ ਪੂਰੇ ਸ਼ਹਿਰਾਂ ਤੋਂ ਡਰ ਕੇ ਮੈਂ ਚੁੱਪ ਨਹੀਂ ਰਹਾਂਗਾ। ਨਰਾਜ ਛੰਦ ਕਹਿਓ ਪ੍ਰਭੂ ਸੋ ਭਾਖ ਹਾਂ, ਜੋ ਪ੍ਰਭੂ ਨੇ ਮੈਨੂੰ ਕਿਹਾ ਹੈ ਉਹੀ ਮੈਂ ਆਖਾਂਗਾ। ਕਿਸੂ ਨਾ ਕਾਨ ਰਾਖ ਹਾਂ, ਬਿਲਕੁਲ ਪੀਰ ਪੁਕੰਬਰ ਦੀ ਜਿਹੜੀ ਕਾਨ ਕਨੌੜ ਈਨ ਹੈ ਮੈਂ ਨਹੀਂ ਰੱਖਾਂਗਾ। ਕਿਸੂ ਨਾ ਭੇਖ ਭੀਜ ਹਾਂ, ਕਿਸੇ ਦਾ ਜਿਹੜਾ ਬਾਹਰਲਾ ਭੇਖ ਜਾਂ ਦਿਖਾ ਖੰਡ ਦਾ ਵਿਖਾਵਾ ਦੇਖ ਕੇ ਮੈਂ ਭੀਜਾਂਗਾ ਨਹੀਂ, ਮੈਂ ਪ੍ਰਸੰਨ ਨਹੀਂ ਹੋਵਾਂਗਾ ਉਸ ਭੇਖ ਨੂੰ ਵੇਖ ਕੇ, ਉਹਦੇ ਨਾਲ ਪਿਆਰ ਨਹੀਂ ਕਰ ਪ੍ਰੇਮ ਨਹੀਂ ਕਰਾਂਗਾ। ਅਲੇਖ ਬੀਜ ਬੀਜ ਹੋ, ਲਿਖਣ ਤੋਂ ਰਹਿ ਜਾਂ ਲਿਖਿਆ ਤੋਂ ਰਹਿ, ਜਿਹੜਾ ਪਰਮੇਸ਼ਰ ਹੈ ਉਹਦੇ ਨਾਮ ਦਾ ਬੀਜ ਮੈਂ ਬੀਜਾਂਗਾ, ਆਪ ਨਾਮ ਜਪਾਂਗਾ, ਹੋਰਨਾਂ ਤੋਂ ਜਪਾਵਾਂਗਾ। ਉਹਦੇ ਨਾਮ ਦਾ ਬੀਜ ਕੀ ਲਿਖਣਾ ਹੈ, ਸਾਰੇ ਪਾਸੇ ਉਹਦੇ ਨਾਮ ਦੀ ਮਹਿਮਾ ਵਡਿਆਈ ਕਰਾਵਾਂਗਾ। ਇਹ ਖਾਲਸਾ ਪੰਥ ਸਾਜਿਆ, ਫਿਰ ਵੀ ਇਹ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ, ਇਹ ਮੰਗਣ ਕੀਤੇ ਬਾਣੀ ਫਿਰ ਵੀ ਪਰਮੇਸ਼ਰ ਦਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗਿਆ। ਲਿਖਣ ਤੋਂ ਰਹਿ ਜਾਂ ਲਿਖਿਆ ਤੋਂ ਰਹਿ, ਜੋ ਪਰਮੇਸ਼ਰ ਹੈ ਉਹਦੇ ਨਾਮ ਦਾ ਬੀਜ ਮੈਂ ਬੀਜਾਂਗਾ,
ਨਾਮ ਜਪਾਂਗਾ ਤੇ ਜਪਾਵਾਂਗਾ ਸਭ ਨੂੰ। ਪਖਾਣ ਪੂਜ ਹੋ ਨਹੀਂ, ਮਹਾਰਾਜ ਕਹਿੰਦੇ ਜਿਹੜੇ ਇੱਕ ਪੱਥਰ ਹੈ ਉਹਨਾਂ ਦੀ ਪੂਜਾ ਕਰਨ ਵਾਲਾ ਮੈਂ ਨਹੀਂ ਹਾਂ। ਨਾ ਭੇਖ ਭੀਜ ਹੋ ਕਹੀ, ਕਿਸੇ ਭੇਖ ਨੂੰ ਵੇਖ ਕੇ ਮੈਂ ਕਹਿੰਦੇ ਭਿਜ ਕੀ ਭਿਜਾਂਗਾ ਨਹੀਂ ਪ੍ਰਸੰਨ ਨਹੀਂ ਹੋਵਾਂਗਾ। ਅਨੰਤ ਨਾਮ ਗਾਏ ਹਾਂ, ਉਹ ਜਿਹੜਾ ਅੰਤ ਰਹਿਤ ਉਹਦੇ ਨਾਮਾਂ ਨੂੰ ਮੈਂ ਗਾਇਨ ਕਰਾਂਗਾ। ਪਰਮ ਪੁਰਖ ਪਾਏ ਹਾਂ, ਇਸ ਤਰ੍ਹਾਂ ਜਿਹੜਾ ਪਰਮ ਪੁਰਖ ਮਹਾਂਪੁਰਖ ਹੈ ਉਹਦੀ ਪ੍ਰਸੰਨਤਾ ਬਖਸ਼ਿਸ਼ ਮੈਂ ਪਾਵਾਂਗਾ। ਜਟਾ ਨਾ ਸੀਸ ਧਾਰ ਹੋ, ਕਹਿੰਦੇ ਜਿਵੇਂ ਬਾਕੀਆਂ ਨੇ ਬੜੀਆਂ ਬੜੀਆਂ ਜਟਾ ਜੀਆਂ ਧਾਰੀਆਂ, ਮੈਂ ਸਿਰ ਤੇ ਕਹਿੰਦੇ ਜਟਾ ਨਹੀਂ ਰੱਖਾਂਗਾ। ਨਾ ਮੁੰਦਰ ਕਾ ਸੁਧਾਰ ਹੋ, ਜਿਵੇਂ ਗੋਰਖ ਨਾਥ ਮਿਸ਼ਿੰਦਰ ਨਾਥ ਹੋਰ ਸਿਧਾ ਨਾਥਾਂ ਨੇ ਕੰਜੇ ਪਾੜ ਕੇ ਮੁੰਦਰਾਂ ਜੀਆਂ ਪਾਈਆਂ, ਕਹਿੰਦੇ ਮੈਂ ਕੰਨਾਂ ਵਿੱਚ ਮੁੰਦਰਾ ਵੀ ਨਹੀਂ ਪਾਵਾਂਗਾ। ਨਾ ਕਾਨ ਕਾਹੂ ਵੀ ਧਰੋ, ਕਿਸੇ ਦੇਵੀ ਮੈਂ ਕਹਿੰਦੇ ਦੇਵੀ ਦੇਵ ਤੇ ਈਨ ਕੰਡੋੜ ਨਹੀਂ ਰੱਖਾਂਗਾ। ਕਹਿਓ ਪ੍ਰਭੂ ਸੋ ਮੈਂ ਕਰੋ, ਜੋ ਪਰਮੇਸ਼ਰ ਨੇ ਮੈਨੂੰ ਕਿਹਾ ਹੈ ਉਹੀ ਕੁਛ ਮੈਂ ਕਰਾਂ ਕਰਾਵਾਂਗਾ। ਭਜੋ ਸੋ ਏਕ ਨਾਮਿਅੰ, ਮਹਾਰਾਜ ਕਹਿੰਦੇ ਖਾਲਸਾ ਜੀ ਇੱਕ ਜੋ ਪਰਮੇਸ਼ਰ ਦਾ ਨਾਮ ਹੈ ਉਹ ਭਜੋਗੀਏ ਮੈਂ ਜਪਾਂਗਾ। ਜੋ ਕਾਮ ਸਰਬ ਠਾਮਿਅੰ, ਜੋ ਸਾਰੇ ਕੰਮਾਂ ਨੂੰ ਠਾਮਿਓ ਕੀਏ ਪੂਰਾ ਕਰਨ ਵਾਲਾ ਸਵਾਰਨ ਵਾਲਾ ਹੈ। ਨਾ ਜਾਪ ਆਨ ਕੋ ਜਪੋ, ਹੋਰ ਜਿਹੜਾ ਕੋਈ ਦੇਵੀ ਦੇਵਤਾ ਰਹਿ ਉਹਦਾ ਮੈਂ ਨਾਮ ਵੀ ਨਹੀਂ ਜਪਾਂਗਾ। ਨਾ ਔਰ ਥੱਪ ਨਾ ਥਪੋ, ਹੋਰ ਜਿਹੜੀ ਕੋਈ ਥੱਪ ਨਾ ਬਣਾਉਣ ਜੀ ਉਹ ਵੀ ਮੈਂ ਨਹੀਂ ਥਪੋ ਕੀ ਬਣਾਵਾਂਗਾ। ਹੋਰ ਜਿਹੜੀ ਥੱਪ ਨਾ ਕੀ ਪੂਜਾ ਹੈ ਉਹ ਵੀ ਨਹੀਂ ਮੈਂ ਸਮਾਂ ਪਰਮੇਸ਼ਰ ਦੀ ਮੈਂ ਪੂਜਾ ਕਰਾਂਗਾ। ਔਰ ਪੱਥਰਾਂ ਦੀ ਪੂਜਾ ਦੇਵੀ ਦੇਵਤਿਆਂ ਦੀ ਪੂਜਾ ਮੈਂ ਨਹੀਂ ਕਰਾਂਗਾ। ਬੇਅੰਤ ਨਾਮ ਧਿਆਏ ਹੋ, ਉਹ ਜੋ ਬੇਅੰਤ ਅੰਤ ਰਹਿਤ ਹੈ ਉਹਦੇ ਨਾਮਾਂ ਨੂੰ ਮੈਂ ਧਿਆਵਾਂਗਾ। ਪਰਮ ਜੋਤ ਪਾਏ ਹੋ, ਉਹ ਜਿਹੜਾ ਪਰਮ ਜੋਤੀ ਸਰੂਪ ਉਹਦੀ ਬਖਸ਼ਿਸ਼ ਉਹਦੀ ਜਿਹੜੀ ਖੁਸ਼ੀ ਪ੍ਰਸੰਨਤਾ ਮੈਂ ਪਾਵਾਂਗਾ। ਨਾ ਧਿਆਨ ਆਨ ਕੋ ਧਰੋ, ਕਹਿੰਦੇ ਪਰਮੇਸ਼ਰ ਤੋਂ ਬਿਆਨਾ ਮੈਂ ਹੋਰ ਕਦਾ ਕੋਈ ਧਿਆਨ ਨਹੀਂ ਧਰਾਂਗਾ। ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਿਤੋ ਜਗਸਵੈ ਜਗ ਛਾਇਓ, ਪਰਮੇਸ਼ਰ ਤੋਂ ਬਗੈਰ ਹੋਰ ਕਿਸੇ ਦਾ ਮੈਂ ਧਿਆਨ ਨਹੀਂ ਧਾਰਾਂਗਾ। ਪਰਮ ਜੋਤ ਪਾਇਆ ਪਰਮ ਜੋਤ ਪਾਏ, ਜੋ ਮਹਾਨ ਜੋਤੀ ਸਰੂਪ ਉਹਦੀ ਬਖਸ਼ਿਸ਼ ਉਹਦੀ ਪ੍ਰਸੰਨਤਾ ਪਾਵਾਂਗਾ। ਨਾ ਨਾਮ ਆਨ ਉਚਰਾ, ਇਹਦੇ ਵਿੱਚੋਂ ਸਾਰੀਆਂ ਜੋਤਾਂ ਆਈਆਂ ਪਰਮ ਜੋਤੀ ਹੈ, ਜਿਵੇਂ ਸੂਰਜ ਵਿੱਚੋਂ ਸਾਰੀਆਂ ਕਿਰਨਾਂ ਆਉਂਦੀਆਂ, ਸਾਰੀਆਂ ਕਿਰਨਾਂ ਦਾ ਤਾਂ ਜਿਹੜਾ ਸਮੁਦਾ ਉਹ ਸੂਰਜ ਹੀ ਹੈ ਨਾ ਮਹਾਨ, ਇਸ ਕਰਕੇ ਹੋਰ ਜਿਹਦੇ ਵਿੱਚੋਂ ਸਾਰੀਆਂ ਜੋਤੀਆਂ ਆਈਆਂ, ਅਖੰਡ ਜੋਤੀਆਂ ਵੀ ਆਈਆਂ, ਜਿਹਨੇ ਸਾਡੇ ਅੰਦਰ ਜੋਰ ਜਗ ਰਹੀ ਇਸੇ ਦੀ ਆਈ ਹੈ ਜੋਤ, ਇਸ ਕਰਕੇ ਉਹ ਮਹਾਨ ਪਰਮ ਜੋਤ ਹੈ ਜਿਹਦੇ ਵਿੱਚ ਉਹ ਆਈਆਂ ਹਨ।
ਨਾ ਨਾਮ ਆਨ ਉਚਰੋ। ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਹੋਰ ਕਿਸੇ ਦਾ ਮੈਂ ਨਾਮ ਵੀ ਉਚਾਰਨ ਨਹੀਂ ਕਰਾਂਗਾ, ਨਾਮ ਨਹੀਂ ਜਪਾਂਗਾ। ਤਵਕ ਨਾਮ ਰਤੀਆਂ, ਪਰਮੇਸ਼ਰ ਤੇਰੇ ਨਾਮ ਦੇ ਵਿੱਚ ਹੀ ਰਤਿਆ ਰਹਾਂਗਾ। ਨਾ ਆਨ ਮਾਨ ਮਤੀਆਂ, ਹੋਰ ਕਿਸੇ ਦੀ ਜਿਹੜੀ ਮਾਨ ਕੇ ਮਨੋਤ ਕਰਨ ਵਿੱਚ ਮੈਂ ਨਹੀਂ ਮਸਤ ਹੋਵਾਂਗਾ। ਪਰਮ ਧਿਆਨ ਧਾਰੀਆਂ, ਜਿਹੜਾ ਮਹਾਨ ਵਾਹਿਗੁਰੂ ਦਾ ਚਾਨ ਮੈਂ ਤਾਰਾਂਗਾ। ਅਨੰਤ ਪਾਪ ਟਾਰੀਆਂ, ਹਾਂ ਜੋ ਅਨੇਕਾਂ ਪਾਪਾਂ ਨੂੰ ਟਾਲਣ ਵਾਲਾ ਹੈ। ਤਮੇਵ ਰੂਪ ਰਾਚਿਆਂ, ਦੇਵ ਨੀਚੇ ਕਰਕੇ ਤੇਰੇ ਸਰੂਪ ਦੇ ਵਿੱਚ ਮੈਂ ਰਚਿਆ ਮਿਚਿਆ ਰਹਾਂ। ਨਾ ਆਨ ਦਾਨ ਮਾਚਿਆਂ, ਹਾਂ ਅਕੀ ਹੋਰ ਆਨ ਆਨ ਹੋਰ ਦੇ ਦਾਨ ਕੀ ਜਾਣਨ ਦੇ ਵਿੱਚ ਮੈਂ ਨੀ ਮਾਚਿਆਂ ਕੀ ਤਦਾਕਾਰ ਹੋਵਾਂਗਾ। ਤਵਕ ਨਾਮ ਉਚਾਰੀਆਂ, ਪਰਮੇਸ਼ਰ ਵਾਹਿਗੁਰੂ ਤੇਰੇ ਨਾਮ ਨੂੰ ਮੈਂ ਉਚਾਰਨ ਕਰਦਾ ਰਹਾਂਗਾ। ਅਨੰਤ ਦੁੱਖ ਟਾਰੀਆਂ, ਅਨੇਕਾਂ ਦੁੱਖਾਂ ਨੂੰ ਟਾਲਣ ਵਾਲਾ ਹੈ ਨਾਮ। ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ, ਹੈ ਪਰਮੇਸ਼ਰ ਜਿਸ ਜਿਸ ਨੇ ਵੀ ਤੇਰਾ ਨਾਮ ਧਿਆਇਆ, ਦੁੱਖ ਪਾਪ ਤਿੰਨ ਨਿਕਟ ਨ ਆਇਆ। ਉਹਨਾਂ ਜੀਵਾਂ ਦੇ ਜਨਮਣ ਦਾ ਦੁੱਖ ਹੋਰ ਪਾਪਾਂ ਦਾ ਦੁੱਖ ਨੇੜੇ ਨਹੀਂ ਆਉਂਦਾ ਹੈ। ਜੇ ਜੇ ਔਰ ਧਿਆਨ ਕੋ ਧਰਹੀ, ਜਿਹੜੇ ਜਿਹੜੇ ਵੀ ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਦਾ ਧਿਆਨ ਧਰਦੇ ਹਨ, ਬਹਿਸ 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 ਬਾਦਨ ਤੇ ਮਰਹੀ, ਬਹਿਸਾਂ ਮੁਵਾਸਾ ਕਰਕੇ ਝਗੜੇ ਕਰਕੇ ਮਰਦੇ ਖਪਦੇ। ਕਿਸੇ ਨੇ ਕਹਿ ਦਿੱਤਾ ਵੀ ਜਿਹੜਾ ਇਹ ਸਾਡਾ ਇਸ਼ਟ ਹੈ ਇਹ ਬੜਾ ਮਹਾਨ ਹੈ, ਪੂਜਨੀਕ ਹੈ, ਸਤਿਕਾਰਯੋਗ ਹੈ, ਦੂਜੇ ਨੂੰ ਭੰਡਦਾ, ਉਹਦੇ ਚ ਨੋਸ਼, ਉਹਦੇ ਚ ਖਾਮੀਆਂ ਕਰਦੀਆਂ, ਵੀ ਇਹਦੀ ਤੋਂ ਵੱਡਾ ਕਹਿਣਾ ਤਾਂ ਕੁਛ ਵੀ ਨਹੀਂ ਹੈ। ਫਿਰ ਉੱਥੋਂ ਫਿਰ ਬਹਿਸ ਸ਼ੁਰੂ ਹੋ ਜਾਂਦੀ ਹੈ, ਫਿਰ ਬਹਿਸ ਤੋਂ ਅੱਗੇ ਵੱਧਦਾ ਵੱਧਦਾ ਝਗੜਾ ਵੱਧ ਜਾਂਦਾ, ਫਿਰ ਡਾਂਗ ਡੂੰਗ ਗੁੱਸੇ ਤੱਕ ਆ ਜਾਂਦੇ, ਗੜਾ ਸੋ ਗੜਾਸੀ ਹੋ ਜਾਂਦੇ। ਇਸ ਤਰ੍ਹਾਂ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਦਾ ਹੋਰ ਧਿਆਨ ਧਰਦੇ ਉਹਨਾਂ ਦਾ ਰੌਲਾ ਪੈ ਜਾਂਦਾ ਹੈ, ਚਰਚਾ ਸ਼ੁਰੂ ਹੋ ਜਾਂਦੀ, ਫਿਰ ਝਗੜੇ ਸ਼ੁਰੂ ਹੋ ਜਾਂਦੇ, ਝਗੜਿਆਂ ਮਰਦੇ ਹਨ। ਹਮ ਇਹ ਕਾਜ ਜਗਤ ਮੋ ਆਏ, ਕਹਿੰਦੇ ਅਸੀਂ ਤਾਂ ਸੰਸਾਰ ਦੇ ਵਿੱਚ ਆਹ ਕੰਮ ਕਰਨ ਲਈ ਆਏ ਹਾਂ, ਇਸ ਵਾਸਤੇ ਆਏ ਹਾਂ। ਧਰਮ ਹੇਤ ਗੁਰਦੇਵ ਪਠਾਏ, ਤੁਸੀਂ ਧਰਮ ਦਾ ਪ੍ਰਚਾਰ ਕਰਨਾ ਹੈ, ਇਸ ਤਰ੍ਹਾਂ ਗੁਰਦੇਵ ਜਿਹੜੇ ਗੁਰ ਪੂਜਨੀਕ ਦੇ ਪ੍ਰਕਾਸ਼ ਵਾਹਿਗੁਰੂ ਉਹਨਾਂ ਨੇ ਸਾਨੂੰ ਪਠਾਏ ਭੇਜਿਆ ਹੈ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਤਹਾਂ ਸੰਸਾਰ ਦੇ ਵੀ ਤੁਸੀਂ ਕਹਿੰਦੇ ਜਾ ਕੇ ਧਰਮ ਫੈਲਾਓ। ਦੁਸ਼ਟ ਦੋਖੀਆਂ ਪਕੜ ਪਛਾਰੋ, ਜਿਹੜੇ ਧਰਮ ਵਿੱਚ ਦਖਲ ਦਰਜੀ ਕਰਨ ਵਾਲੇ ਦੁਸ਼ਟ ਤੇ ਦੁਖੀ ਹਨ ਧਰਮੀਆਂ ਦੇ, ਉਹਨਾਂ ਨੂੰ ਫੜ ਕੇ ਭਟਕਾ ਦਿਓ। ਯਾਹੀ ਕਾਜ ਧਰਾਹਮ ਜਨਮ, ਮਹਾਰਾਜ ਕਹਿੰਦੇ ਇਸੇ ਕੰਮ ਵਾਸਤੇ ਅਸੀਂ ਅਵਤਾਰ ਧਾਰਿਆ। ਸਮਝ ਲੈ ਹੋ ਸਾਧੂ ਸਭ ਮਨ, ਸਾਰੇ ਸਾਧੂ ਜਨੋ ਆਪੋ ਆਪਣੇ ਮਨਾਂ ਵਿੱਚ ਹੀ ਸਮਝ ਲਓ। ਧਰਮ ਚਲਾਵਨ ਸੰਤ ਉਬਾਰ, ਕਹਿੰਦੇ ਆ ਲੋਕਾਂ ਨੂੰ ਧਰਮ ਸੰਸਾਰ ਦੇ ਵਿੱਚ ਧਰਮ ਨੂੰ ਚਲਾਉਣਾ ਤੋਰਨਾ,
ਤੇ ਜਿਹੜੇ ਸੰਤ ਲੋਕ ਹੈ ਉਹਨਾਂ ਨੂੰ ਬਚਾਉਣਾ ਦੁੱਖਾਂ ਰਗੜਿਆਂ ਝਗੜਿਆਂ ਤੋਂ। ਦੁਸ਼ਟ ਸਭਨ ਕੋ ਮੂਲ ਉਪਾਰਨ, ਜਿਹੜੇ ਦੁਸ਼ਟ ਲੋਕ ਹੈ ਧਰਮ ਦੇ ਦੁਖੀ ਹੈ ਸਾਰਿਆਂ ਦੀਆਂ ਜੜਾਂ ਪੁੱਟ ਦੇਣਗੀਆਂ, ਉਹਨਾਂ ਨੂੰ ਜੜਾਂ ਤੋਂ ਖਤਮ ਕਰ ਦੇਣਾ, ਖਤਮ ਉਹਨਾਂ ਦੀ ਹੋਂਦ ਹਾਸਤੀ ਕਰਦੀ ਖਤਮ ਕਰ ਦੇਣੀ। ਇਸ ਲਈ ਅਸੀਂ ਆਏ ਸੰਸਾਰ ਵਿਚ। ਜੇ ਜੇ ਭਏ ਪਹਿਲ ਅਵਤਾਰਾ, ਜਿਹੜੇ ਜਿਹੜੇ ਵੀ ਪਹਿਲਾਂ ਕੋਈ ਉਹ ਅਵਤਾਰ ਹੋਇਆ ਗੁਰੂ ਨਾਨਕ ਸਾਹਿਬ ਤੋਂ ਬਿਨਾ, ਆਪ ਆਪ ਤਿੰਨ ਜਾਪ ਉਚਾਰਾ, ਨੇ ਤਾਂ ਸੰਸਾਰ ਦੇ ਵਿਚ ਆ ਕੇ ਆਪੋ ਆਪਣਾ ਵੀ ਜਿਹੜਾ ਜਾਪ ਹੈ ਲੋਕਾਂ ਤੋਂ ਚੁਰਾਇਆ ਕਰਵਾਇਆ, ਆਪਣਾ ਨਾਮ ਹੀ ਜਪਾਇਆ ਹੈ। ਪ੍ਰਭ ਦੁਖੀ ਕੋਈ ਨਾ ਬਿਦਾਰਾ, ਪਰਮੇਸ਼ਰ ਦਾ ਦੁਖੀ ਬਣਿਆ ਬੈਠਾ ਸੀ, ਵੈਰੀ ਬਣਿਆ ਬੈਠਾ ਸੀ, ਉਹਨੂੰ ਕਿਸੇ ਨੇ ਨਾਸ ਨਹੀਂ ਕੀਤਾ। ਧਰਮ ਕਰਮ ਕੋ ਰਾਹ ਨ ਡਾਰਾ, ਆ ਜਿਹੜਾ ਧਰਮ ਦਾ ਕਰਮ ਹੈ ਇਹਦੇ ਕਿਸੇ ਕਿਸੇ ਨੇ ਰਸਤੇ ਨਹੀਂ ਪਾਇਆ ਹੈ। ਜੇ ਜੇ ਗੌਸ ਅੰਬੀਆ ਪਏ, ਕਹਿੰਦੇ ਸੰਸਾਰ ਦੇ ਵਿੱਚ ਜਿਹੜੇ ਜਿਹੜੇ ਕੋਈ ਗੌਸ ਲੋਕ ਹੋਏ ਨੇ, ਜਿਹੜੇ ਕੋਈ ਸ਼ਕਤੀ ਦੇ ਬਲ ਦੇ ਨਾਲ ਆਪਣੇ ਅੰਗਾਂ ਨੂੰ ਵੱਖਰੇ ਵੱਖਰੇ ਜੇ ਕਰਕੇ ਖੜਾ ਦੇਣ, ਐਂ ਪਤਾ ਲੱਗੇ ਵੀ ਇਹ ਤਾਂ ਮੱਠ ਟੁੱਕ ਕੇ ਸਿੱਟਿਆ ਪਿਆ ਹੈ। ਉਹ ਕਹਿੰਦੇ ਸਿੱਧੀ ਦੇ ਬਲ ਨਾਲ ਜਿਹੜੇ ਕੋਈ ਉਹ ਸਰੀਰ ਨੂੰ ਵੱਖਰਾ ਵੱਖ ਕਰਨ, ਉਹ ਜਿਹੜੇ ਗੌਸ ਹੈ ਅੰਬੀਆ ਜਿਹਨਾਂ ਨੂੰ ਆਕਾਸ਼ ਵਿੱਚੋਂ ਕੋਈ ਪੈਗਾਮ ਆਉਂਦਾ ਹੈ, ਅੰਬੀਆ ਜਿਹੜੇ ਕੋਈ ਪਾਤਸ਼ਾਹ ਲੋਕ ਸੰਸਾਰ ਵਿੱਚ ਹੋਏ ਹਨ। ਮੈਂ ਕਰਤ ਜਗਤ ਤੇ ਗਏ, ਹੋਏ ਕੌਸ ਕਹਿੰਦੇ ਅਸੀਂ ਵੀ ਰੱਬ ਹਾਂ, ਅਸੀਂ ਵੀ ਅੱਲਾ ਤਾਲਾ ਆ, ਕਹਿੰਦੇ ਅਸੀਂ ਮੈਂ ਹਾਂ ਸੰਸਾਰ ਤੋਂ ਚਲੇ ਗਏ। ਮਹਾਂਪੁਰਖ ਕਾਹੂ ਨਾ ਪਛਾਣਾ, ਜਿਹੜਾ ਵੱਡਾ ਮਹਾਂ ਅਕਾਲ ਪੁਰਖ ਹੈ ਉਹਨੂੰ ਕਿਸੇ ਨੇ ਕੁਝ ਨਹੀਂ ਜਾਣਿਆ ਪਛਾਣਿਆ। ਧਰਮ ਕਰਮ ਕੋ ਕਛੂ ਨ ਜਾਣਾ, ਜਿਹੜਾ ਧਰਮ ਦਾ ਕਰਮ ਹੈ ਉਹਨੂੰ ਕੁਝ ਕਰਕੇ ਨਹੀਂ ਸਮਝਿਆ ਹੈ। ਕਰਮ ਧਰਮ ਕੋ ਕਛੂ ਨ ਜਾਣਾ, ਧਰਮ ਕੋ ਕਰਮ ਕਛੂ ਨ ਜਾਣਾ, ਧਰਮ ਦਾ ਜਿਹੜਾ ਕਰਮ ਉਹਨੂੰ ਕੁਝ ਕਰਕੇ ਨਹੀਂ ਜਾਣਿਆ। ਅਵਰਨ ਕੀ ਆਸਾ ਕਿਛ ਨਾਹੀ, ਕਹਿੰਦੇ ਪਰਮੇਸ਼ਰ ਤੋਂ ਬਗੈਰ ਹੋਰਨਾਂ ਦੀ ਆਸਾ ਦੇ ਵਿੱਚ ਕੁਝ ਨਹੀਂ ਹੈ, ਹੋਰਨਾਂ ਦੀ ਆਸਾ ਕੀਤੀਆਂ ਕੁਝ ਨਹੀਂ ਪ੍ਰਾਪਤ ਹੁੰਦਾ। ਇੱਕ ਆਸ ਧਰੋ ਮਨ ਮਾਹੀ, ਅਵਰਨ ਦਾ ਅਰਥ ਅਗਿਆਨੀ ਵੀ ਹੁੰਦਾ, ਅਗਿਆਨੀਆਂ ਦੀ ਆਸਾ ਕੀਤੀਆਂ ਕਿਛ ਨਾਹੀ, ਕੁਝ ਨਹੀਂ ਲੱਭਦਾ ਹੈ। ਇਸ ਕਰਕੇ ਗਿਆਨੀਆਂ ਦਾ ਖਹਿੜਾ ਛੱਡ ਕੇ ਇੱਕੋ ਪਰਮੇਸ਼ਰ ਦੀ ਮਨ ਵਿੱਚ ਆਸਾ ਧਾਰੋ ਭਾਈ। ਆਨ ਆਸ ਉਪਜਤ ਕਿਛ ਨਾਹੀ, ਪਰਮੇਸ਼ਰ ਦੀ ਕਹਿੰਦੇ ਬਿਨਾ ਹੋਰਨਾਂ ਦੀ ਆਸਾ ਕੀਤੀਆਂ ਕੋਈ ਲਾਭ ਲੂਭ ਨਹੀਂ ਪੈਦਾ ਹੁੰਦਾ ਹੈ। ਵਾਹ ਕੀ ਆਸ ਧਰੋ ਮਨ ਮਾਹੀ, ਕਰਕੇ ਵਾਹ ਕੀ ਉਸ ਪਰਮੇਸ਼ਰ ਅਕਾਲ ਪੁਰਖ ਦੀ ਮਨ ਦੇ ਵਿੱਚ ਆਸਾ ਧਾਰੋ, ਉਹ ਆਸਾ ਪੂਰੀਆਂ ਕਰੇਗਾ। ਆਸਾ ਰੱਖੋ ਦੋਹਰਾ ਕੋਈ ਪੜਤ ਪੁਰਾ ਕੁਰਾਨ ਕੋ, ਕੋਈ ਤਾਂ ਇੱਥੇ ਮੁਸਲਮਾਨ ਜਿਹੜਾ ਹੈ ਉਹ ਕੁਰਾਨ ਮਜੀਦ ਪੜੀ ਜਾਂਦਾ ਹੈ। ਕੋਰੀ ਪੜਤ ਪੁਰਾਨ, ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਹਿੰਦੂ ਹਾਂ, ਉਹ ਸ੍ਰੀਮਦ ਭਾਗਵਤ ਪੁਰਾਣ, ਵਿਸ਼ਨ ਪੁਰਾਣ, ਗਰੁੜ ਪੁਰਾਣ,
ਬ੍ਰਹਮ ਪੁਰਾਣ ਇਸ ਤਰ੍ਹਾਂ ਇਹ ਜਿਹੜੇ ਪੁਰਾਣ ਉਹਨਾਂ ਨੂੰ ਪੜ੍ਹੀ ਜਾਂਦਾ ਹੈ। ਕੋਰੀ ਪੜ੍ਹ ਕੋਰੀ ਪੜ੍ਹ ਮੇਰੇ ਕੋਲ ਤਾਂ ਕੋਈ ਹੈ ਕੋਰੀ ਦਾ ਨਹੀਂ ਕੋਈ ਪਾਠ ਹੈ ਕੋਰੀ ਪੜ੍ਹ ਨਹੀਂ ਕੋਈ ਹੈ ਸ਼ੁੱਧ ਕਰ ਲੈ ਉੱਥੇ ਦੇਖ ਲਈ ਸ਼ੁਰੂ ਤੇ ਕੋਈ ਹੈ। ਕਾਲ ਨਾ ਸਕਤ ਬਚਾਏ ਕੈ ਹਾਂ ਮਹਾਰਾਜ ਕਹਿੰਦੇ ਭਾਵੇਂ ਕੋਈ ਪੁਰਾਣ ਪੜ੍ਹੀ ਜਾਏ ਭਾਵੇਂ ਕੋਈ ਕੁਰਾਨ ਪੜ੍ਹੀ ਜਾਏ ਤੇ ਮੇਰਾ ਜਿਹੜਾ ਪੜ੍ਹਨਾ ਪੜ੍ਹਾਉਣਾ ਨਾਮ ਦੇ ਜਾਪ ਤੋਂ ਬਗੈਰ ਉਹ ਸਾਰਿਆਂ ਨੂੰ ਕਹਿੰਦੇ ਜਿਹੜਾ ਕਾਲ ਹੈ ਨਾ ਉਹ ਨੀ ਪੜ੍ਹਨਾ ਪੜ੍ਹਾਉਣਾ ਬਚਾ ਸਕਦਾ ਹੈ ਤੋਤਾ ਰਟੀ ਹੈ ਜੇ ਕੋਈ ਅਮਲ ਨਹੀਂ ਹੈ। ਫੋਕਟ ਧਰਮ ਨਿਦਾਨ ਜਿੰਨੇ ਕਹਿੰਦੇ ਧਰਮ ਧੁਰਮ ਹੈ ਨਿਦਾਨ ਅੰਤ ਨੂੰ ਸਭ ਨਿਸ਼ਫਲ ਹੁੰਦੇ ਨੇ ਕੋਈ ਇਹਨਾਂ ਦਾ ਲਾਭ ਨਹੀਂ ਹੁੰਦਾ ਹੈ। ਇਸ ਤਰ੍ਹਾਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਜੋ ਅਕਾਲ ਪੁਰਖ ਨੇ ਕਿਹਾ ਸੀ ਉਹ ਆਪਣੇ ਬਾਣੀ ਦੁਆਰਾ ਕਥਨ ਕੀਤਾ। ਇਸੇ ਤਰ੍ਹਾਂ ਹੋਰ ਜੋ ਕੁਛ ਆਪ ਜੀ ਨੂੰ ਵਾਹਿਗੁਰੂ ਨੇ ਕਿਹਾ ਸੀ ਉਹਦੇ ਸੰਬੰਧੀ ਵੀ ਬਾਣੀ ਦੁਆਰਾ ਇੱਕ ਇਹ ਵਾਕਿਆ ਦਿੱਤੀ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਪੜ੍ਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈਗੀ। ਕੋਈ ਪੜ੍ਹਤ ਪੁਰਾਨ ਕੋਈ ਪੜ੍ਹਤ ਪੁਰਾਨ ਕਾਲ ਨਾ ਸਕਤ ਬਚਾਏ ਕੈ ਫੋਕਟ ਧਰਮ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਥਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪ੍ਰਭੂ ਆਏ ਪ੍ਰਭ ਸ਼ਰਨਾਗਤੀ ਕਿਰਪਾ ਨੇ ਦਦਿਆਨ ਇੱਕ ਇਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਚੜੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰੇ ਉਸਾਰਨ ਹਾਰ
ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਹਿ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਚਲ ਮੂਰਤ ਅਨਪਾ ਪ੍ਰਕਾਸ਼ ਅਮਿਤੋ ਜ ਕਹਿਜੈ ਕੋਟ ਇੰਦਰ ਇੰਦਰਾਂ ਸਾਹੇ ਸਾਹਣ ਗਿਣਜੈ ਤਿਰ ਪਵਣ ਮਿਹੀਬ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਅਸ ਕਿਰਪਾਨ ਖੰਡ ਖੜਗ ਸੁਭਖ ਤਵਰੀ ਅਰਤੀ ਸਹਿਬ ਸਰੋਹੀ ਸਹਿਤੀ ਜਹਿ ਹਮਾਰੇ ਪੀਰ ਪੀਰ ਤੁਹੀ ਸਹਿਤੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਪੈ ਸਿੰਧ ਪਵ ਪਾਰ ਕਾਲ ਤੁਹੀ ਕਾਲੀ ਤੁਹੀ ਤੇ ਵੀ ਅਰਥੀ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਵੀ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਲੈ ਲਿਹੁ ਉਵਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬੁਚਾਈ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸੁਹਿਤ ਚਿਤਲਾਇ ਪੂਰਨ ਕਰੋ ਗ੍ਰੰਥੇ ਤੁਮ ਹਿ ਕਰੋ ਸਹਾਇ ਮੂਕੂਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ ਹੰਡਲ ਖੈ ਬਦਰੋ ਸੁਨੈ ਜਉ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਵਤ ਸ਼ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ
आप ले हो तम कथा सुधारी। वाहे गुरु साहेब जियो चौपाई कई कोट मिल पढ़त कुराना वाचत किते पुराण अजाना अंत काल कोई काम न आवा दाव काल काहू न बचावा कई कोट मिल पढ़त कुराना। वाहिगुरु जी का खालसा वाहिगुरु जी की फतेह। परम सत्कार योग गुरु खालसा सतसंग जी गुरु महाराज जी हजूरी विच आपां संगत रूप में जुड़ रहे हां। गुरु गोबिंद सिंह साहब महाराज जी की महान पवित्र बाणी की विचार लड़ीवार रूप में मुड़ तो प्रारंभ हो रही है। आपां विचारा करके लाहा ले रहे हां। अज भी महान लाहा हासिल करने लिए सतगुरु के दरबार विखे नमस्कार करके संगत रूप में जुड़ रहे हां। कल दे दीवान विच जिवें गुरु महाराज ने अपने मुखारबिंद नाही जो अकाल पुरख वाहिगुरु ने वचन कहे उस संबंधी वाकई दिती साड़ी महान तपस्या भगती तो खुश होके वाहिगुरु ने कहा मैं अपना सुर तुहे नवाजा। हे महान तपस्वी महान तपस्या करन वाले पुरख मैं अपना तेनू पुत्र दी पदवी दे के पुत्र दा अहुदा दे के नवाज रहा हां। पिता दे पुत्र विच कोई फर्क नहीं हुंदा है क्योंकि पुत्र पिता दी ही अंश विचों हुंदा है। इस करके तू मेरा ही रूप है मेरी अंशी है तेनों मैं खालसा पंथ जिहड़ा इहनू प्रचलित करन वास्ते इस सजाया है इस पदवी नाल नवाजिया है। हुण उत्थे तुसीं जा के संसार दे धर्म चलाइए जिहड़ी कोटी बद नाल लोक मनमता मनमानियां मर्जियां करदे उहनां नूं हटाइए। ਕਦੇ ਇਸ ਤਰ੍ਹਾਂ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬਚਨ ਕਹੇ ਮਾਰੇ ਕਬਾਜ ਮੈਂ ਕਵੀ ਨੇ ਕਿਹਾ ਅੱਗਿਓ ਗੁਰੂ ਕਲਗੀਧਰ ਜੀ ਨੇ ਆਪਣੇ ਆਪ ਨੂੰ ਵੀ ਸਭ ਕੁਛ ਸਮਰੱਥ ਹੁੰਦਿਆਂ ਫਿਰ ਵੀ ਕਵੀ ਕਿਹਾ ਹੈ
ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਨਾਨਕ ਸਾਇਰ ਏਵ ਕਹਿਤ ਸੱਚੇ ਪਰਵਿਦਗਾਰਾ ਸਾਇਰ ਦਾ ਅਰਥ ਵੀ ਮੈਂ ਨਾ ਵੀ ਕਵੀ ਹੈ ਵੀ ਜੇ ਕਵੀ ਉਹ ਕਹਿੰਦਾ ਹੈ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਆਪ ਨੂੰ ਢਾਡੀ ਵੀ ਕਿਹਾ ਕੀਰਤਨੀਆਂ ਕਿਹਾ ਹੈ ਢਾਡੀ ਕਹੋ ਕੀਰਤਨੀਆਂ ਕਹੋ ਜਸ ਕਰਨ ਵਾਲਾ ਕਹੋ ਜਿਹੜਾ ਕਵੀ ਲੋਕ ਵੀ ਉਹ ਕਾਵਦੇ ਨਿਯਮਾਂ ਵਿੱਚ ਕੋਈ ਨਾ ਕੋਈ ਸੋਹਣੀ ਕਵਿਤਾ ਬਣਾ ਕੇ ਗੁਰੂ ਦਾ ਪਰਮੇਸ਼ਰ ਦਾ ਜਸ ਕਰਦਾ ਹੁੰਦਾ ਹੈ ਭਾਵੇਂ ਦੁਨਿਆਵੀ ਕਵਿਤਾਵਾਂ ਵੀ ਹੈਗੀਆਂ ਉਹ ਜਿਹੀਆਂ ਕਵਿਤਾਵਾਂ ਬਣਾ ਕੇ ਦੁਨਿਆਵੀ ਲੋਕਾਂ ਦੀਆਂ ਵਡਿਆਈਆਂ ਕਰੀ ਜਾਂਦੇ ਕਈ ਕਵੀ ਲੋਕ ਰਾਜਿਆਂ ਮਹਾਰਾਜਿਆਂ ਦੀਆਂ ਵਜ਼ੀਰਾਂ ਦੀਆਂ ਕਵਿਤਾਵਾਂ ਜੀਆਂ ਬਣਾ ਕੇ ਉਹਨਾਂ ਤੋਂ 4 ਪੈਸੇ ਲਈ ਜਾਂਦੇ ਪਰ ਅਸਲ ਵਿੱਚ ਜਿਹੜਾ ਸਹੀ ਰੂਪ ਵਿੱਚ ਸਾਰ ਸਰੂਪ ਵਿੱਚ ਢਾਡੀ ਉਹੀ ਹੁੰਦਾ ਹੈ ਜਿਹੜਾ ਸੂਰਬੀਰਾਂ ਦਾ ਜਸ ਕਰੇ ਜਿਵੇਂ ਉਹਨਾਂ ਨੇ ਜੰਗ ਯੁੱਧ ਕੀਤੇ ਹੈ ਪਿਛਲੇ ਸਮੇਂ ਦੇ ਜਿਹੜੇ ਕੋਈ ਢਾਡੀ ਜਿਹੇ ਹੁੰਦੇ ਸੀ ਉਹ ਕੋਈ ਹੀਰਾਂ ਜਾਂ ਗਾਈ ਜਾਂਦਾ ਸੀ ਅਤੇ ਕੋਈ ਸੱਸੀ ਪੰਨੂ ਇਹ ਗੁਰੂ ਹਰਗੋਬਿੰਦ ਸਾਹਿਬ ਬਾਰੇ ਨੇ ਫਿਰ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਉਹਦੇ ਲੱਥੇ ਨੂੰ ਕਿਹਾ ਵੀ ਤੂੰ ਜੇ ਸਾਰ ਸਰੂਪ ਵੀ ਢਾਡੀ ਬਣ ਫਿਰ ਇਸਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਸ ਕੀਤਾ ਸੀ ਦੋ ਤਲਵਾਰਾਂ ਵਧੀਆਂ ਇਸ ਤਰ੍ਹਾਂ ਦੀ ਉਹ ਪੌੜੀ ਗਾਇਨ ਕੀਤੀ ਸੀ ਮਹਾਰਾਜ ਪ੍ਰਸੰਨ ਹੋ ਕੇ ਫਿਰ ਉਹਨੂੰ ਨਵਾਜਿਆ ਸੀ ਵਡਿਆਇਆ ਸੀ ਬੇਅੰਤ ਬੇਅੰਤ ਮਾਇਆ ਬਖਸ਼ੀ ਸੀ ਇਸ ਤਰ੍ਹਾਂ ਵੀ ਇਹ ਫਿਰ ਕਵੀ ਨੇ ਕਿਹਾ ਭਾਵ ਅਸੀਂ ਕੀ ਕਿਹਾ ਵਾਹਿਗੁਰੂ ਨੂੰ ਕਹਿੰਦੇ ਹੱਥ ਠੰਡ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਜਾਏ ਮੈਂ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ ਤੇ ਵਾਹਿਗੁਰੂ ਨੂੰ ਸਿਰ ਨਵਾ ਕੇ ਸਿਰ ਝੁਕਾ ਕੇ ਇਹ ਕਿਹਾ ਪੰਥ ਚੱਲੇ ਤਵ ਜਗਤ ਮੈਂ ਜਬ ਤੁਮ ਕਰੋ ਸਹਾਇ ਜਦੋਂ ਮਹਾਰਾਜ ਤੁਸੀਂ ਸਹਾਇਤਾ ਕਰੋਗੇ ਜਿਸ ਖਾਲਸੇ ਪੰਥ ਦੀ ਤੁਸੀਂ ਗੱਲ ਕਰ ਰਹੇ ਹੋ ਮੈਨੂੰ ਕਹਿ ਰਹੇ ਵੀ ਜਾ ਕੇ ਪ੍ਰਚਲਿਤ ਕਰੋ ਪ੍ਰਗਟ ਕਰੋ ਉਹ ਤਾਂ ਹੀ ਚੱਲ ਸਕਦਾ ਤੁਰ ਸਕਦਾ ਪੈਦਾ ਹੋ ਸਕਦਾ ਇਹ ਖਾਲਸਾ ਪੰਥ ਇਸ ਤਰ੍ਹਾਂ ਜਾਣੀ ਹੈ ਨਿਮਰਤਾ ਨਾਲ ਵੀ ਇਹ ਬਚਨ ਕਹੇ ਵੀ ਇਸੇ ਵਾਸਤੇ ਸਾਨੂੰ ਇਹ ਖਾਲਸਾ ਪੰਥ ਪ੍ਰਗਟ ਕਰਨ ਵਾਸਤੇ ਵਾਹਿਗੁਰੂ ਨੇ ਭੇਜਿਆ ਫਿਰ ਉਹਦੇ ਆਗਿਆ ਹੁਕਮ ਨਾਲ ਹੀ ਅਸੀਂ ਇਸ ਸੰਸਾਰ ਵਿੱਚ ਧਾਰ ਧਾਰਨ ਕਰਕੇ ਆ ਗਏ ਜਿਵੇਂ ਵਾਹਿਗੁਰੂ ਨੇ ਸਾਡੀ ਗੱਲ ਕਹੀ ਸਾਨੂੰ ਗੱਲ ਕਹੀ ਹੈ ਨਾ ਪਿਛਲੀਆਂ ਅਵਤਾਰਾਂ ਦੀ ਉਵੇਂ ਅਸੀਂ ਕਹਾਂਗੇ ਤੇ ਹੋਰ ਕਿਸੇ ਦੇ ਨਾਲ ਵੈਰ ਭਾਵ ਪਕੜ ਕੇ ਨਹੀਂ ਅਸੀਂ ਕੁਛ ਕਹਾਂਗੇ ਆਹ ਜਿਹੜਾ ਵੀ ਬ੍ਰਹਮਾ ਨੇ ਆਪ ਪਾਰ ਬ੍ਰਹਮ ਲਿਆ ਵਿਸ਼ਨੂੰ ਨੇ ਆਪਣੇ ਆਪ ਨੂੰ ਨੀਤ ਕਰ ਲਿਆ ਮਹਾਂਦੇਵ ਚੁਟਕਾ ਲਿਆ ਸ਼ਿਵ ਜੀ ਨੇ
ਕੋਈ ਈਰਖਾ ਦਵੈਸ਼ ਵਾਸ ਕਰਕੇ ਨਹੀਂ, ਇਹ ਵਾਹਿਗੁਰੂ ਨੇ ਸਾਨੂੰ ਦੱਸਿਆ ਵੀ ਇਹ ਭੇਜੇ ਸੀ ਪ੍ਰਚਾਰ ਕਰਨ ਲਈ ਸੀ, ਆਪ ਹੀ ਸਭ ਕੁਝ ਬਣ ਬੈਠੇ, ਆਪਣੇ ਆਪ ਨੂੰ ਭਜਾਉਣ ਲੱਗ ਪਏ। ਇਸ ਤਰ੍ਹਾਂ ਵੀ ਅਸੀਂ ਹੁਣ ਜੋ ਪਰਮੇਸ਼ਰ ਨੇ ਕਿਹਾ ਉਹੀ ਕਹਾਂਗੇ ਸੰਸਾਰ ਦੇ ਲੋਕਾਂ ਦੇ, ਸੰਸਾਰ ਦੇ ਮਾਤ ਲੋਕਾਂ ਤੋਂ ਅਸੀਂ ਡਰ ਕੇ ਚੁੱਪ ਕਰਕੇ ਵੀ ਨਹੀਂ ਰਹਾਂਗੇ ਵੀ ਤੂੰ ਚੁੱਪ ਕਰ ਦਾਂਗੇ ਬੋਲੇਗਾ ਤਾਂ ਇਹ ਕਰ ਦਿਆਂਗੇ ਅਸੀਂ ਤੈਨੂੰ, ਕਦੇ ਕੋਈ ਡਰ ਕੇ ਚੁੱਪ ਨਹੀਂ ਰਹਾਂਗੇ ਜੇ ਸੱਚ ਕਹਾਂਗੇ। ਜੋ ਪ੍ਰਭੂ ਨੇ ਕਿਹਾ ਉਹੀ ਆਖਾਂਗੇ, ਕਿਸੇ ਦੀ ਈਨ ਕਨੋੜ ਨਹੀਂ ਰੱਖਾਂਗੇ, ਕਿਸੇ ਆਪੇ ਵਿਖਾਵਾ ਪਹੰਡ ਵੇਖ ਕੇ ਨਹੀਂ ਪ੍ਰਸੰਨ ਹੋਵਾਂਗੇ। ਜੋ ਲਿਖਣ ਤੋਂ ਰਹਿਤ ਪਰਮੇਸ਼ਵਰ ਦਾ ਨਾਮ ਦਾ ਬੀਜ ਬੀਜਾਂਗੇ, ਨਾਮ ਸਿਮਰਾਂਗੇ ਤੇ ਸਿਮਰਾਵਾਂਗੇ। ਮੈਂ ਕੋਈ ਪੱਥਰਾਂ ਦੀ ਪੂਜਾ ਕਰਨ ਵਾਲਾ ਨਹੀਂ ਹਾਂ, ਨਾ ਭੇਖਾਂ ਨੂੰ ਵੇਖ ਕੇ ਭੇਜਣ ਵਾਲਾ ਪ੍ਰਸੰਨ ਹੈ। ਜੋ ਪਰਮੇਸ਼ਵਰ ਦੇ ਬੇਅੰਤ ਨਾਮਾਂ ਨੂੰ ਮੈਂ ਗਾਵਾਂਗਾ। ਇਸ ਤਰ੍ਹਾਂ ਜਿਹੜਾ ਮਹਾਂਪੁਰਖ ਵਾਹਿਗੁਰੂ ਹੈ ਉਹਦੀ ਬਖਸ਼ਿਸ਼ ਰਹਿਮਤ ਮੈਂ ਪ੍ਰਾਪਤ ਪ੍ਰਸੰਸਾ ਪਾ ਲਵਾਂਗਾ। ਸਿਰ ਤੇ ਜਟਾ ਨਹੀਂ ਰੱਖਾਂਗਾ, ਕੰਨ ਪਾੜ ਕੇ ਮੁੰਦਰਾ ਜੀਆਂ ਪਾਵਾਂਗਾ ਗੋਰਖਨਾਥ ਨੂੰ। ਇਸ ਤਰ੍ਹਾਂ ਨਾ ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਆਪਣੀ ਪੂਜਾ ਜੀ ਕਰਾਵਾਂਗਾ, ਪਰਮੇਸ਼ਰ ਦੇ ਨਾਮ ਤੇ ਆਵਾਂਗਾ। ਜੋ ਮਹਾਨ ਪਰਮ ਜੋਤੀ ਸਰੂਪ ਉਹਦੀ ਬਖਸ਼ਿਸ਼ ਤੇ ਪ੍ਰਸੰਨਤਾ ਨੂੰ ਪ੍ਰਾਪਤ ਕਰ ਲਵਾਂਗਾ। ਇਤਾ ਲੈਕੇ ਆਪਣੇ ਮੁਖਾਰ ਬਿੰਦ ਦੁਆਰਾ ਵਾਹਿਗੁਰੂ ਦਾ ਜਸ ਕੀਤਾ। ਉਹ ਸਮਾਂ ਪੂਰਾ ਹੋਣ ਕਰਕੇ ਫਿਰ ਵਿੱਚੇ ਪ੍ਰਕਰਣ ਰਹਿ ਗਿਆ ਸੀ, ਵਿੱਚੇ ਪ੍ਰਸੰਗ ਰਹਿ ਗਿਆ ਸੀ। ਉਹ ਬਾਕੀ ਰਹਿੰਦਾ ਜਿਹੜਾ ਪ੍ਰਸੰਗ ਹੈ ਉਹ ਅੱਜ ਪ੍ਰਾਰੰਭ ਹੋ ਰਿਹਾ ਹੈ। ਉਹ ਕੱਲ੍ਹ ਵਾਲਾ ਪ੍ਰਸੰਗ ਜਿੱਥੋਂ ਛੱਡਿਆ ਸੀ ਅੱਗੇ ਆ ਰਿਹਾ ਹੈ। ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਹਨ, ਉਹ ਬਾਣੀ ਦੁਆਰਾ ਉਹਨਾਂ ਦੇ ਉਹੀ ਬਚਨ ਆਪਾਂ ਹੁਣ ਸਰਵਣ ਕਰੀਏ। ਕਈ ਕੋਟ ਮਿਲ ਪੜਤ ਕੁਰਾਨਾ, ਕਹਿੰਦੇ ਖਾਲਸਾ ਜੀ ਇੱਕ ਨੀ, ਦੋ ਨੀ, ਚਾਰ ਨੀ, ਸੌ ਨੀ, ਹਜ਼ਾਰ ਨੀ, ਲੱਖਾਂ ਨੀ, ਕਦੇ ਕਈ ਕਰੋੜਾਂ ਲੋਕ ਮਿਲ ਬਹਿ ਕੇ ਜਿਹੜੇ ਕੁਰਾਨ ਮਜੀਦ ਇਹਨੂੰ ਪੜ੍ਹਦੇ ਹਨ। ਬਾਚਤ ਕਿਤੇ ਪੁਰਾਨ ਅਜਾਨਾ, ਅਣਜਾਣ ਲੋਕ ਬੇਸਮਝ ਲੋਕ ਕਿਤਨੇ ਹੀ, ਕਹਿੰਦੇ ਜਿਹੜੇ 18 ਪੁਰਾਣ ਉਹਨਾਂ ਨੂੰ ਪੜ੍ਹੀ ਤੁਰੇ ਜਾਂਦੇ, ਕਿਤੇ ਕਾਲਕਾ ਪੁਰਾਣ ਪੜ੍ਹ ਲਿਆ, ਕਿਤੇ ਦੇਵੀ ਭਾਗਵਤ ਪੜ੍ਹ ਲਿਆ, ਕਿਤੇ ਗਰੁੜ ਪੁਰਾਣ ਪੜ੍ਹ ਲਿਆ, ਕਿਤੇ ਵਿਸ਼ਨੂੰ, ਕਿਤੇ ਪਦਮ ਪੁਰਾਣ, ਕਿਤੇ ਮਾਰਕੰਡੇ ਪੁਰਾਣ। ਕਦੇ ਕੋਈ ਬੇਸਮਝੇ ਪੁਰਾਣੀ ਪੂਰੀ ਤੁਰੀ ਜਾਂਦੇ ਹਨ। ਅੰਤ ਕਾਲ ਕੋਈ ਕੰਮ ਨ ਆਵਾ, ਜਦੋਂ ਅੰਤ ਦਾ ਸਮਾਂ ਆਉਂਦਾ ਹੈ ਨਾ, ਬੰਦਾ ਸਮਾਂ ਆਉਂਦਾ ਹੈ, ਕਦੇ ਨਾ ਪੁਰਾਣ ਪੜਿਆ ਕਿਸੇ ਦੇ ਕੰਮ ਆਉਂਦਾ ਹੈ, ਨਾ ਇਸੇ ਤਰ੍ਹਾਂ ਕੁਰਾਨ ਮਜੀਦ ਪੜਿਆ ਹੋਇਆ ਕੋਈ ਕੰਮ ਆਉਂਦਾ ਹੈ। ਤਾਵ ਕਾਲ ਕਾਹੂ ਨਾ ਬਚਾਵਾ, ਕਿਸੇ ਪੁਰਸ਼ ਨੂੰ ਕਹਿੰਦੇ ਕਾਲ ਦਾ ਜਿਹੜਾ ਦਾਖਾ ਹੈ ਉਥੋਂ ਬਚਾਇਆ ਨਹੀਂ ਹੈ, ਨਾ ਪੁਰਾਣ ਪੜ੍ਹਨ ਜਿਹੜਾ ਪੜਿਆ ਸੀ ਜਾਂ ਕੁਰਾਨ ਮਜੀਦ ਪੜਿਆ ਸੀ, ਭਾਵ ਜਿਹਦਾ ਕੋਈ ਅਮਲ ਤਾਂ ਕੀਤਾ ਨਹੀਂ, ਐਵੇਂ ਤੋਤਾ ਰੋਟੀ ਕੀਤੀ ਹੈ,
ਹੁਕਮ ਨਹੀਂ ਆਇਆ ਹੈ, ਕਿਉਂ ਨਾ ਜਪੋ ਤਾਕੋ ਤੁਮ ਭਾਈ। ਇਸ ਕਰਕੇ ਗੁਰੂ ਕਲਗੀਧਰ ਜੀ ਕਹਿੰਦੇ ਹੇ ਭਰਾਵੋ, ਕਿਉਂ ਨਹੀਂ ਤੁਸੀਂ ਜਪਦੇ ਹੋ? ਅੰਤ ਕਾਲ ਜੋ ਹੋਏ ਸਹਾਈ, ਅੰਤ ਦਾ ਸਮਾਂ ਆਉਂਦਾ, ਮੌਤ ਦਾ ਸਮਾਂ ਆਉਂਦਾ, ਜਿਹੜਾ ਕੋਈ ਸਹਾਇਤਾ ਕਰਦਾ ਪਰਮੇਸ਼ਰ, ਪਰਮੇਸ਼ਰ ਨੂੰ ਕਿਉਂ ਨਹੀਂ ਜਪਦੇ? ਜਪੋ ਸ਼ਿਰਾਉ ਜਮਾਤ, ਫੋਕਟ ਧਰਮ ਲਖੋ ਕਰ ਭਰਮਾ। ਜਿੰਨੇ ਆ ਸੰਸਾਰ ਦੇ ਧਰਮ ਐਵੇਂ ਨਿਸ਼ਫਲ ਹੈ, ਇਹ ਸਾਰੇ ਕਹਿੰਦੇ ਪਰਮ ਭੁਲੇਖੇ ਪਾਉਣ ਵਾਲੇ ਜਾਣੋ ਤੁਸੀਂ। ਇਨ ਤੇ ਸਰਤ ਨ ਕੋਈ ਕਰਮਾ, ਇਹਨਾਂ ਧਰਮਾਂ ਦੇ ਧਾਰਨ ਕਰਕੇ ਕੋਈ ਕਹਿੰਦੇ ਕੰਮ ਨਹੀਂ ਸਰਦਾ ਪੂਰਾ ਹੁੰਦਾ ਹੈ, ਨਾ ਆਹ ਲੋਕ ਸੁਖਦਾਈ ਹੁੰਦਾ, ਨਾ ਪ੍ਰਲੋਕ ਸਹੇਲਾ ਬਣਦਾ, ਨਾ 84 ਦੇ ਚੱਕਰ ਤੋਂ ਨਿਕਲੀਦਾ, ਨਾ ਨਰਕਾਂ ਵਿੱਚੋਂ ਬਚੀਦਾ ਹੈ। ਇਸ ਕਰਕੇ ਇਹਨਾਂ ਦੇ ਧਰਮ ਜਿਹੜੇ ਹਨ ਅੱਜ ਨਹੀਂ ਸੇਵੜੇ, ਜੇ ਧਰਮ ਇਹਨਾਂ ਦਾ ਹੈ ਇੱਕ ਪੱਧਰ ਪਰ ਉਰਕਟ ਕਰ, ਇੱਕ ਪੱਧਰ ਪਰ ਪਾਣੀ, ਇੱਕ ਭਾਂਡੇ ਜੇ ਕਹਿੰਦੇ ਕੁੱਕੜ ਜਾ ਮਾਰ ਕੇ ਪਾ ਲਿਆ, ਦੂਜੇ ਭਾਂਡੇ ਵਿੱਚ ਕਹਿੰਦੇ ਸ਼ਰਾਬ ਭਰ ਕੇ ਰੱਖ ਲਈ, ਇਸ ਤਰ੍ਹਾਂ ਖਾ ਪੀ ਲਿਆ, ਵਿੱਚ ਰਾਣੀ ਬਿਠਾ ਲਈ, ਜਿਵੇਂ ਰਖਾ ਲਈ, ਉਹਦੇ ਨਾਲ ਸੰਬੰਧ ਕਰ ਲਿਆ, ਬਸ ਕਹਿੰਦੇ ਇਹ ਜਿਹੜਾ ਵਿਸ਼ੇ ਸੁੱਖ ਹੈ ਇਹੀ ਆਨੰਦ ਹੈ, ਉਹਦੀ ਹੈ ਹੋਰ ਕੀ ਹੈ। ਇਸ ਤਰ੍ਹਾਂ ਜਿਹੜੇ ਨਿਸ਼ਕ੍ਰਿਤ ਧਰਮ ਹੈ ਇਹਨਾਂ ਨਾਲ ਕੋਈ ਪ੍ਰਲੋਕ ਦਾ ਕੰਮ ਨਹੀਂ ਸਵਰਦਾ ਹੈ, ਪ੍ਰਲੋਕ ਨਹੀਂ ਸਫਲ ਹੁੰਦਾ ਹੈ। ਇਹ ਕਾਰਨ ਪ੍ਰਭ ਹਮੈ ਬਣਾਇਓ, ਇਸੇ ਵਾਸਤੇ ਪਰਮੇਸ਼ਰ ਨੇ ਸਾਨੂੰ ਬਣਾਇਆ ਹੈ। ਭੇਦ ਭਾਖ ਇਹ ਲੋਕ ਪਠਾਇਓ, ਸਾਰਾ ਜਿਹੜਾ ਭੇਦ ਕਹਿ ਕੇ ਫਿਰ ਮਾਤ ਲੋਕ ਸਾਨੂੰ ਭੇਜਿਆ ਹੈ। ਜੋ ਤਿੰਨ ਕਹਾ ਸੋ ਸਭ ਨ ਉਚਾਰੋ, ਉਚਰੋ ਉਚਾਰੋ ਤਾਂ ਨਹੀਂ ਹੈਗਾ, ਉਚਰੋ ਹਨ। ਜੋ ਤਿੰਨ ਕਹਾ ਸੋ ਸਭ ਨ ਉਚਰੋ, ਕਹਿੰਦੇ ਜੋ ਤਿੰਨ ਉਹ ਵਾਹਿਗੁਰੂ ਨੇ ਕਿਹਾ ਹੈ ਉਹ ਸਾਰਿਆਂ ਨੂੰ ਮੈਂ ਕਹਿੰਦਾ ਹਾਂ। ਡਿੰਬ ਬਿੰਬ ਕਿਛ ਨੈਕ ਨਾ ਕਰੋ, ਕਹਿੰਦੇ ਜਿਵੇਂ ਲੋਕ ਪਖੰਡ ਕਰਦੇ ਹੈ, ਬਨੋਟਾਂ ਬਣਾਉਂਦੇ ਹੈ, ਕਹਿੰਦੇ ਮੈਂ ਕੋਈ ਡਿੰਬ ਪਖੰਡ, ਪਖੰਡ ਦੀ ਬਿੰਬ ਕੀ ਜਿਹੜੀ ਬਨਾਵਟ ਹੈ, ਕਹਿੰਦੇ ਥੋੜੇ ਮਾਤਰ ਨਹੀਂ ਕੋਈ ਪਖੰਡ ਦੀ ਬਨਾਵਟ ਦੀ ਬਣਾਵਟ ਢੰਗ ਤਰੀਕਾ ਕੋਈ ਡੰਬ ਪਖੰਡ ਵਾਲਾ ਨਹੀਂ ਕਰਾਂਗਾ। ਵੀ ਕੋਈ ਕਹਿੰਦੇ ਚਲੋ ਮਾੜਾ ਮੋੜਾ ਤਾਂ ਇਹ ਡੰਪ ਖੰਡ ਜਾਂ ਮੈਂ ਮੁਕਸ਼ਲ ਫਿਰੇ ਵੀ ਕਰ ਲੈਣਾ ਚਾਹੀਦਾ। ਅਜੇ ਮੈਂ ਕਹੋ ਜੀ ਕਾਈ ਬਣੀ ਹੋਈ ਹੈ ਕਿ ਕਹਿੰਦੇ ਕਹਿੰਦੇ ਇਸ ਲਹਿਜਾਉਂਦੇ ਹੈ, ਉਹ ਰੋਟੀ ਖਾਈਏ ਸ਼ੱਕਰ ਸੇ ਇਹ ਨਾਲ ਮਕਰ ਵੀ ਨਾਲ, ਕਹਿੰਦੇ ਵੀ ਛਲ ਫਿਰੇ ਕਰੀਏ ਤੇ ਮੋਜਨਾ ਕਹਿੰਦੇ ਪ੍ਰਸ਼ਾਦੇ ਛਕੀਏ ਡੰਪ ਖੰਡ ਕਰਕੇ ਜਿਵੇਂ ਆਪ ਭਾੜੇ ਜੇ ਕਰ ਲੈਂਦੇ ਹਾਂ ਨਾ। ਪਹਿਲਾਂ ਤਾਂ ਪੇਟੀਆਂ ਜਿਹੀਆਂ ਪਾਈਆਂ ਹੁੰਦੀਆਂ, ਉਹਨੂੰ ਲਾਹ ਕੇ ਫਿਰ ਉਹ ਗਾਤੀ ਜਿਹੀ ਮਾਰ ਲੈਂਦੇ, ਮੱਥੇ 'ਤੇ ਤਿਲਕ ਲੈ ਲੈਂਦੇ ਆ, ਚੂੜਾ ਜਿਹਾ ਖੋਲ੍ਹ ਕੇ ਪਿੱਛੇ ਨੂੰ ਸੁੱਟ ਲੈਂਦੇ ਆ, ਪੈਰਾਂ 'ਚ ਖੂਟੀਆਂ ਵਾਲੀਆਂ ਖੜਾਵਾਂ ਪਾ ਲੈਂਦੇ, ਹੱਥ ਵਿੱਚ ਤਰਸੂਲ ਫੜ ਲੈਂਦੇ,
ਇਹ ਬਨੌਟ ਹੀ ਹੈ ਨਾ ਪਖੰਡ ਦੀ, ਵੀ ਬਾਬੇ ਬਣ ਜਾਣਾ। ਫਿਰ ਲੋਕਾਂ ਦੇ ਘਰਾਂ ਵਿੱਚ ਵੀ ਸੰਤ ਆ ਗਏ ਜੀ, ਮਹਾਂਪੁਰਖ ਆ ਗਏ, ਉਹਨਾਂ ਨੂੰ ਪਣ ਕਢਾਓ ਜੀ, ਉਹ ਕਰੋ ਜੀ, ਮਾਜੀ ਉਹ ਮੱਲੋ ਮੱਲੀ ਧਰ ਦੇ, ਉਹ ਪੜ ਲਏ ਨਾ, ਕਹਿੰਦੇ ਤੁਸੀਂ ਸਤਿਕਾਰ ਨੀ ਕਰਦੇ ਮਹਾਂਪੁਰਸ਼ਾਂ ਦਾ, ਮਹਾਂਪੁਰਸ਼ ਸ਼ਰਾਪ ਦੇ ਦੇਣਗੇ ਤੁਹਾਨੂੰ। ਉਹ ਫਿਰ ਮਾਈਆਂ ਵੀ ਹੋਈਆਂ, ਕਹਿੰਦੇ ਇਹੋ ਜਿਹੇ ਸ਼ਰਾਪਾਂ ਨੇ ਬਾਬਿਆਂ ਤੋਂ ਅਸੀਂ ਨੀ ਡਰਦੀਆਂ, ਨਿਕਲੋ ਸਾਡੇ ਘਰੋਂ ਕੱਢੀਓ। ਜੇ ਆਪਣੇ ਆਪ ਨੂੰ ਕੋਈ ਕਹਿੰਦਾ ਹੁੰਦਾ ਮਹਾਂਪੁਰਖ, ਉਹ ਜਿਹੜੇ ਪਖੰਡੀ ਉਹ ਆਪ ਹੀ ਕਹਿੰਦੇ ਸਭ ਕੁਛ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿਵੇਂ ਆ ਲੋਕ ਆ ਪਖੰਡ ਦੀਆਂ ਬਣੋਤਾਂ ਜਿਹੀਆਂ ਬਣਾਉਂਦੇ ਨਾ, ਸਾਰਾ ਕੁਛ ਕੱਪੜੇ ਕੁਪੜੇ ਜੇ ਪਾ ਕੇ ਹੱਥਾਂ ਵਿੱਚ ਤੀਰ ਸਸੂਰ ਜੇ ਫੜ ਕੇ ਕਢਾਵਾਂ ਜਾ ਕੇ, ਕਹਿੰਦੇ ਮੈਂ ਨੀ ਕਰੂੰਗਾ, ਕਹਿੰਦੇ ਇਹ ਕੋਈ ਆ ਡਿੰਬ ਪਖੰਡ ਤੇ ਬਿੰਬ ਨੂੰ ਬਲ ਛਲ ਦਾ ਹੁੰਦਾ, ਛਲ ਫਰੇਬ ਦਾ ਹੁੰਦਾ ਹੈ ਵੀ ਨਾ ਕੋਈ ਅਸੀਂ ਪਖੰਡ ਕਰਾਂਗੇ ਨਾ ਕਿਸੇ ਨਾਲ ਬਲ ਛਲ ਕਰਾਂਗੇ। ਕੋਈ ਛਲੀਏ ਲੋਕ ਐਸਾ ਛਲ ਕਰਦੇ ਆ ਪਤਾ ਹੀ ਨੀ ਲੱਗਦਾ ਵੀ ਉਹ ਜਿਹੜਾ ਸਾਰਾ ਕੁਛ ਹੀ ਲੁੱਟ ਖਸੁੱਟ ਕੇ ਪੱਤਰੇ ਬਾਜ ਜਾਂਦੇ ਹਨ। ਜਿਵੇਂ ਅੱਕ ਹੀ ਆ ਜਾਂਦੇ ਨਾ, ਫਿਰ ਵੀ ਤੁਹਾਡਾ ਅਸੀਂ ਇੱਕ ਡਬਲ ਸੋਨਾ ਬਣਾ ਦਿਆਂਗੇ, ਐਸਾ ਛਲ ਕਰਦੇ ਸਾਨੂੰ ਸਾਡੇ ਦਿਓ ਤੁਸੀਂ, ਅਸੀਂ ਜੇ 2 ਤੋਲੇ ਦਿਓਗੇ ਤੁਹਾਨੂੰ ਅਸੀਂ 4 ਤੋਲੇ ਸੋਨਾ ਦੇ ਦਿਆਂਗੇ ਮਿੰਟਾਂ ਸਕਿੰਟਾਂ ਚ। ਉਹ ਸ਼ਾਲ ਕੀ ਕਰਦੇ ਹੈ ਵੀ ਉਹਨਾਂ ਕੋਲ ਰੱਖੀ ਹੁੰਦੇ, ਉਹੀ ਜੇ ਬਣਾਏ ਹੁੰਦਾ ਸਾਰਾ ਕੁਛ, ਉਹਦੇ ਨਾਲ ਪੜਿਆ ਹੱਥ ਦੀ ਫੇਰੀ ਹੁੰਦੀ ਹੈ ਬਸ। ਉਹ ਦੂਜਾ ਜਿਹੜਾ ਨਕਲ ਕੀਤਾ ਨਾ ਪਿੱਤਲ ਤੇ ਜਾਂ ਤਾਂਬੇ ਤੇ ਪਾਲਸ ਕੀਤੀ ਉਹ ਫੜਾ ਦਿੰਦੇ ਨੇ, ਕਹਿੰਦੇ ਲੈ ਡਬਲ ਲੈ ਲਾ। ਅਗਲਾ ਖੁਸ਼ ਹੋ ਜਾਂਦਾ ਵੀ ਠੀਕ ਹੈ ਵੀ ਲੈ ਵੇਖੋ ਮਿੰਟਾਂ ਸਕਿੰਟਾਂ ਨੇ ਬਣਾ ਤਾ, ਡਬਲ 2 ਤੋਲੇ ਦਿੱਤੇ 4 ਤੋਲੇ ਦੇ ਤਾ। ਉਹ ਸਾਰਾ ਪਹਿਲਾਂ ਹੀ ਉਹਨਾਂ ਦਾ ਇਹ ਕਰਿਆ ਕਰਾਇਆ ਹੁੰਦਾ, ਇਹ ਛਲ ਪਰੇਜ ਹੈ। ਜਦੋਂ ਫਿਰ ਉਹ ਸਰਾਫਾਂ ਕੋਲ ਸੁਨਿਆਰਾਂ ਕੋਲ ਜਾ ਕੇ ਪਰ ਕਰਦਾ, ਉਹ ਕਹਿੰਦਾ ਮੇਰਾ ਤਾਂ ਪਿੱਤਲ ਹੀ ਹੈ, ਇਹ ਤਾਂ ਉੱਤੇ ਹੀ ਪਾਲਸ ਕੀਤੀ 4 ਹੀ ਫੇਰੀ ਹੈ, ਉੱਥੇ ਤਾਂ ਤੇਰੇ ਨਾਲ ਛਲ ਕਰ ਗਿਆ। ਉਹ ਫਿਰ ਆਉਂਦੇ ਪਿੱਟਦੇ ਹੈ। ਇਸ ਤਰ੍ਹਾਂ ਕਈ ਜਿਹੜੇ ਹੈ ਨਾ ਦੁਨੀਆਂ ਦੇ ਲੋਕ ਪਖੰਡ ਕਰਕੇ ਨਾਲ ਛਲ ਵੀ ਕਰਦੇ ਹੈ, 420 ਵੀ ਕਰਦੇ ਨੇ। ਦੁਬਾਰਾ ਕਹਿੰਦੇ ਨਾ ਅਸੀਂ ਕੋਈ ਪਖੰਡ ਕਰਾਂਗੇ ਨਾ ਕੋਈ ਛਲ ਪਰੇਵ ਕਰਾਂਗੇ। ਰਸਾਵਲ ਛੰਦ ਨਾ ਜਟਾ ਮੂੰਡ ਧਾਰਾ, ਨਾ ਕਹਿੰਦੇ ਆਪਣੇ ਸਿਰ ਤੇ ਬਹੁਤ ਬੜੀਆਂ ਜਟਾਂ ਜੀਆਂ ਬੋੜ ਦਾ ਦੁੱਧ ਜਾ ਲਾ ਲਾ ਕੇ ਕਈ ਵਧਾ ਲੈਂਦੇ ਨੇ, ਹੈ ਗਿੱਟਿਆਂ ਤੇ ਕਰਾਉਂਦੀਆਂ ਹੁੰਦੀਆਂ ਜਟਾਂ ਜੀਆਂ। ਇਸ ਤਰ੍ਹਾਂ ਆਪਣੇ ਸਿਰ ਤੇ ਬਹੁਤ ਵੱਡੀਆਂ ਜਟਾਂ ਨੀ ਰੱਖਾਂ ਰਖਾਵਾਂਗੇ। ਨਾ ਮੁੰਦਰ ਕਾ ਸਵਾਰ, ਜਿਵੇਂ ਉਹ ਗੋਰਖਨਾਥ ਮਛਿੰਦਰ ਨਾਲ ਜੇ ਕੰਜੇ ਪਾੜ ਕੇ ਅਗਲੇ ਚੇਲਿਆਂ ਦੇ ਮੁੰਦਰਾਂ ਪਾ ਦਿੰਦਾ ਸੀ ਬਲੌਰ ਦੀਆਂ ਕੱਚ ਦੀਆਂ, ਕਹਿੰਦੇ ਇਸ ਤਰ੍ਹਾਂ ਮੈਂ ਕੰਜੇ ਪਾੜ ਕੇ ਮੁੰਦਰਾ ਵੀ ਪਾਵਾਂਗਾ ਕੰਨ ਵਿੱਚ। ਕਹਿੰਦੇ ਵੀ ਜੇ ਕੰਨ ਪਾੜ ਲਈਏ ਕੰਨ ਵਿੱਚ ਮੁੰਦਰਾ ਪਾ ਲਈਏ, ਫਿਰ ਕਹਿੰਦੇ ਜਿਹੜੀ ਕਾਮ ਵਾਸ਼ਨਾ ਹੈ ਇਹ ਕਹਿੰਦੇ ਘੱਟ ਜਾਂਦੀ ਹੈ, ਇਹ ਪਰਵਲ ਨਹੀਂ ਹੁੰਦੀ ਕਾਮ ਵਾਸ਼ਨਾ, ਇਸ ਕਰਕੇ ਕੰਨ ਪੁਰਾਉਣੇ ਚਾਹੀਏ।
ਤੇ ਦੂਜੇ ਪਾਸੇ ਮਛਿੰਦਰ ਨਾਥ ਦਾ ਵੀ ਕੰਨ ਪੜ ਹੀ ਸੀ ਉਹਦਾ ਗੁਰੂ ਨਾਨਕ ਜੀ ਦੀ ਦੇਹ ਚ ਕਰਦਾ ਸੀ ਪਦਮਣੀਆਂ ਵਿੱਚ ਵਿਸ਼ੇਸ਼ ਰੂਪ ਭੋਗਦਾ। ਇਸ ਕਰਕੇ ਤਾਂ ਐਵੇਂ ਹੀ ਇਹ ਕਹਿੰਦੇ ਕੋਈ ਅਸੀਂ ਆਪਣਾ ਕੰਨ ਪੜਾ ਕੇ ਕੋਈ ਮੁਦਰਾਗ ਨਹੀਂ ਪਾਵਾਂਗੇ। ਜਪੋ ਤਾਸ ਨਾਮ, ਇੱਕੋ ਇੱਕ ਉਸ ਪਰਮੇਸ਼ਰ ਦਾ ਨਾਮ ਮੈਂ ਜ਼ਰੂਰ ਜਪਾਂਗਾ। ਸਾਰਾ ਸਰਬ ਕਾਮ, ਇਹਦੇ ਨਾਲ ਸਾਰੇ ਕੰਮ ਕਹਿੰਦੇ ਪੂਰੇ ਹੋ ਜਾਂਦੇ ਹਨ। ਨਾ ਨੈਨੰ ਮਚਾਉ, ਜਿਵੇਂ ਬਗਲਾ ਅੱਖਾਂ ਜੀਆਂ ਮੀਚ ਕੇ ਬਹਿ ਜਾਂਦਾ ਹੁੰਦਾ ਹੈ, ਇਸ ਤਰ੍ਹਾਂ ਮੈਂ ਅੱਖਾਂ ਵੀ ਨਹੀਂ ਬੰਦ ਕਰਾਂਗਾ। ਨਾ ਡਿੰਬੰ ਦਿਖਾਉਂ, ਇਸ ਤਰ੍ਹਾਂ ਕੋਈ ਪਖੰਡ ਨਹੀਂ ਕਰਕੇ ਦਿਖਾਵਾਂਗਾ। ਨਾ ਕੁਕਰਮੰ ਕਮਾਉ, ਜਿਵੇਂ ਲੋਕ ਕਹੀਏ ਅੰਤਰ ਖਾਤੇ ਖੋਟੇ ਕਰਮ ਕਰਦੇ, ਬਾਹਰੋਂ ਦਿਖਾਉਂਦੇ ਵੀ ਅਸੀਂ ਬੜੇ ਵੈਸ਼ਨੂ ਹਾਂ, ਤੇ ਅੰਤਰ ਖੋਟੇ ਕਰਮ ਹੈ ਵੀ ਉਹ ਸਾਰਾ ਕੁਛ ਹੀ ਖਾਈ ਪੀ ਜਾਂਦੇ, ਬਾਹਰ ਚੰਗਾ ਕਰਮ ਕਰਕੇ ਦਿਖਾਉਣਾ, ਚੰਗਾ ਕੁਛ ਬੋਲ ਕੇ ਦਿਖਾਉਣਾ। ਉਹ ਪੰਡ ਤੇ ਕਥਾ ਕਰਦਾ ਸੀ ਲਕਸ਼ਮੀ ਤੇ ਨਾਰਦ ਮੁਨੀ ਦਾ ਪ੍ਰਸੰਗ ਜਿਹਾ ਸੁਣਾ ਦਿੱਤਾ। ਇੱਕ ਵਾਰੀ ਨਾਰਦ ਮੁਨੀ ਲਕਸ਼ਮੀ ਦੇ ਘਰ ਚੱਲ ਕੇ ਆਏ। ਲਕਸ਼ਮੀ ਕਹਿੰਦੇ ਉਹ ਜਿਹੜਾ ਬਤੂਏ ਹੈ ਬਤਾਉ ਉਹਨਾਂ ਦਾ ਪੁਰਸਾ ਬਣਾ ਰਹੀ ਸੀ, ਉਹਦੀ ਚੰਗੀ ਸਮੈਲ ਜੀ ਖੁਸ਼ਬੂ ਜੀ ਆਈ। ਨਾਰਦ ਮੁਨੀ ਕਹਿੰਦਾ ਮਾਤਾ ਜੀ ਮੈਨੂੰ ਦਿਓ ਛੇਤੀ ਦੇ ਕੇ, ਬਹਿ ਜਾ ਭਗਵਾਨ ਆਉਣਗੇ ਛਕਣਗੇ ਭੋਗ ਲਾਉਣਗੇ, ਫਿਰ ਸੀਤ ਪ੍ਰਸ਼ਾਦ ਮੈਂ ਛਕੂੰਗਾ ਤੂੰ ਛਕੀ, ਪਹਿਲਾਂ ਨਹੀਂ ਦਿੱਤਾ ਜਾ ਸਕਦਾ ਭੋਗ ਲੱਗੇ ਤਾਂ। ਨਾਰਦ ਮਗਰ ਪੈ ਗਿਆ ਮਾਤਾ ਦੀ ਛੇਤੀ ਦਿਓ ਮੈਂ ਨਹੀਂ ਰਹਿ ਸਕਦਾ। ਕਹਿੰਦੇ ਜਦੋਂ ਉਹ ਜਵਾਬ ਦੇਈ ਗਏ ਕਹੀ ਗਿਆ ਉਹ ਗੁੱਸੇ ਹੋ ਗਿਆ ਨਾਰਦ, ਉਹਨੇ ਸਾਫ ਦੇ ਤਾ ਕਹਿੰਦੇ ਯਾਰ ਆਖਣੀ ਬਣ ਤੂੰ। ਇਸ ਕਰਕੇ ਕਹਿੰਦੇ ਫਿਰ ਉਹ ਵੇਖ ਲੋ ਉਹ ਬਦੋਵਾਂ ਨੇ ਲੜਾਈ ਪਾ ਤੀ, ਝਗੜਾ ਪਾ ਤਾ ਵੀ ਲਕਸ਼ਮੀ ਨੂੰ ਸਰਾਪ ਮਿਲ ਗਿਆ ਵੀ ਸਾਰੇ ਬਿਰਧਾ ਰਾਖਸ਼ਣੀ ਪੈਣਾ ਬਣ ਗਿਆ ਪੈ ਗਿਆ। ਇਸ ਕਰਕੇ ਜਿਹੜੀ ਬਦੋਵਾਂ ਦੀ ਸਬਜ਼ੀ ਹੈ ਪਹਾੜਾਂ ਦੀ ਜੜ ਲੜਾਈ ਦਾ ਘਰ ਨਹੀਂ ਖਾਣੀ ਚਾਹੀਦੀ, ਤੇ ਆਪ ਘਰੇ ਉਹ ਪੰਡਿਤ ਜਿਹੜਾ ਨਾ ਕਲਾ ਸੁਣਾਉਣ ਵਾਲਾ ਬਤਾਊ ਖਰੀਦ ਕੇ ਆਪਣੀ ਬ੍ਰਾਹਮਣੀ ਨੂੰ ਦੇ ਕੇ ਆਇਆ ਸੀ ਬਣਾਈ ਇਹ ਸਬਜ਼ੀ, ਉੱਥੇ ਉਹ ਸੁਣਦੀ ਸੀ ਉਹਨੇ ਚੱਕ ਕੇ ਬਾਹਰ ਮਾਰੇ ਵੀ ਲੜਾਈ ਦਾ ਘਰ ਆਏ ਤਾਂ। ਜਦੋਂ ਮੁੰਗੀ ਰਾਜ ਜੀ ਸ਼ਾਮ ਨੂੰ ਕੋਈ ਰਾਤੀ ਫਿਰ ਉਹ ਇਸ਼ਾਰੇ ਕਰੇ ਵੀ ਉਹ ਜਿਹੜੇ ਦਿਨ ਖਰੀਦ ਕੇ ਗਿਆ ਸੀ ਉਹ ਕਿੱਧਰ, ਨਹੀਂ ਪੰਡਿਤ ਜੀ ਤੁਸੀਂ ਤਾਂ ਸੁਣਾਉਂਦੇ ਸੀ ਅੱਜ ਵੀ ਲੜਾਈ ਦਾ ਘਰ ਹੈ, ਸਰਾਫ ਦੁਆਲ ਦੀ ਨਹੀਂ ਖਾਣੀ ਚਾਹੀਦੀ, ਇਹ ਤਾਂ ਲੋਕਾਂ ਵਾਸਤੇ। ਇਸੇ ਤਰ੍ਹਾਂ ਇਸੇ ਤਰ੍ਹਾਂ ਕਾਜੀ ਉਹ ਇਹੋ ਜਿਹੀਆਂ ਗੱਲਾਂ ਕਰਦਾ ਸੀ ਵੀ ਉਹ ਫਿਰ ਵੀ ਨਹੀਂ ਅਜੀ ਹੱਤਿਆ ਨਹੀਂ ਕਰਨੀ ਚਾਹੀਦੀ, ਸਾਰਿਆਂ ਵਿੱਚ ਖੁਦਾ ਦਾ ਜਲਵਾ ਹੈ ਉਸੇ ਦਾ ਪ੍ਰਕਾਸ਼ ਹੈ, ਹਰੇਕ ਚੀਜ਼ ਤੇ ਰਹਿਮ ਕਰਨਾ ਚਾਹੀਦਾ। ਉਹ ਫਿਰ ਕਬੀਰ ਸਾਹਿਬ ਜੀ ਨੇ ਉਹਨੂੰ ਕਿਹਾ ਕਹਿੰਦੇ ਜਦੋਂ ਤੂੰ ਸਭ ਹੈ ਖੁਦਾ ਇੱਕ ਹੈ ਤਾਂ ਜਦੋਂ ਸਾਰਿਆਂ ਵਿੱਚ ਕਹਿੰਦੇ ਖੁਦਾ ਦਾ ਚੱਲ ਪੈ ਖੁਦਾ ਹੀ ਰਹਿੰਦਾ, ਫਿਰ ਮੁਰਗੀ ਨੀ ਕਰਦਣ ਕਿ ਮਰੋੜਨਾ ਜਾ ਕੇ ਘਰੇ, ਘਰੇ ਤਾਂ ਕੋਈ ਕਰਮ ਕਰਨਾ, ਇੱਥੇ ਖੁਦਾ ਖੁਦਾ ਦੀ ਗੱਲ ਕਰਨਾ, ਸਭ ਵਿੱਚ ਉਸੇ ਦਾ ਜਲਵਾ, ਫਿਰ ਤੇਰੇ ਤੇ ਕੋਈ ਮਾੜਾ ਮੋਟਾ ਅਸਰ ਹੈਗਾ ਹੈ।
ਇਸ ਕਰਕੇ ਇੱਥੇ ਕਹਿ ਰਹੇ ਇਹਨਾਂ ਕਰਨਾ ਕੁਕਰਮ ਹੁਕਮ ਮੰਤਰ ਖਾਤੇ ਖੋਡੇ ਕੰਮ ਅਜੇ ਉਹ ਮੁਰਗੀਆਂ ਖਾ ਜਾਂਦੇ ਸ਼ਰਾਬਾਂ ਪੀ ਜਾਂਦੇ ਅੰਤਰ ਖਾਤੇ ਚੱਲ ਕੋਸ਼ ਕੋ ਭੇਜਵੇ ਇੱਥੇ ਵੀ ਹੈਗਾ ਚੂੜ ਚੱਕਦਾ ਜਪਜੀਤ ਸਾਹਿਬ ਵਾਲਾ ਸੀ ਇੱਧਰ ਤਾਂ ਹੁਣ ਰੋਲ ਲਾਇਆ ਇਹਨੂੰ ਕਹਿੰਦੇ ਠੇਕੇ ਤੋਂ ਹੁਬਾ ਵੀ ਖਰੀਦ ਲਿਆ ਜਾਂਦੇ ਹੋਏ ਆਪਾਂ ਪੀ ਕੇ ਚੱਲਾਂਗੇ ਉਹ ਇੱਥੇ ਕਿਹੜੇ ਆਪਣੇ ਲੋਕ ਨੌਜਵਾਨ ਇਸ ਤਰਕ ਨੇ ਦੇਖਿਆ ਵੀ ਇਹ ਤਾਂ ਉੱਚੇ ਦੇਰ ਗ੍ਰੰਥੀ ਜੋ ਰੋਤੇ ਲਾਉਂਦਾ ਇੱਕ ਠੇਕੇ ਬੜੇ ਖੜਾ ਹੈ ਉਹ ਖਰੀਦ ਕੇ ਪੂਆ ਜਾ ਜਦੋਂ ਆਇਆ ਸਾਈਕਲ ਤੇ ਪਿੱਛਾ ਕਰ ਲਿਆ ਉਹਨਾਂ ਨੌਜਵਾਨਾਂ ਨੇ ਇੱਥੇ ਆ ਪਾਣੀ ਵਾਲੀ ਟੰਕੀ ਵਿੱਚ ਲੁਕੋ ਕੇ ਆਪਣੇ ਚੜ ਗਿਆ ਮੈਨੂੰ ਦੱਸਿਆ ਮੈਂ ਕਿਹਾ ਕਹਿੰਦੇ ਵੀ ਆ ਇਹ ਪੂਆ ਕਰੀਬ ਨਾ ਜੀ ਨਾ ਜੀ ਫਿਰ ਕਹੇ ਜੀ ਘਰੇ ਆਏ ਸੀ ਸਕੀਰੀ ਵਾਲੇ ਉਹਨਾਂ ਵਾਸਤੇ ਸੀ ਉਹਨਾਂ ਨੂੰ ਮੈਂ ਕਿਹਾ ਉਹ ਚੂੜ ਚੱਕ ਹੈ ਨੀ ਦੇਖੋ ਜਾਂਦੇ ਹੋਏ ਲੈ ਕੇ ਜਾਣਾ ਸੀ ਰੌਲਾ ਸੀ ਉਹੀ ਵੀ ਕੁਕਰਮ ਆਪ ਕਰਨਾ ਸੀ ਅੰਤਰ ਖਾਤੇ ਇੱਧਰ ਵੇਖ ਲਓ ਜਪਜੀਤ ਸਾਹਿਬ ਦੀ ਰੌਲ ਦੂਜੇ ਪਾਸੇ ਉਹ ਅੰਤਰ ਖਾਤੇ ਵੀ ਪੂਗਾ ਵੀ ਪੀਣਾ ਪਰ ਉਹ ਮਹਾਰਾਜ ਦੀ ਕਿਰਪਾ ਹੈ ਜਬ ਤਰ ਦਾ ਸਥਾਨ ਹੈ ਪਾਜ ਇੱਥੇ ਖੁੱਲੀ ਜਾਂਦਾ ਝਟਪਟ ਇਸ ਤਰ੍ਹਾਂ ਹੈ ਮੇਰੇ ਇਸ ਖੋਟਾ ਕਰੋ ਜਿਹਾ ਅੰਤਰ ਖਾਤੇ ਕਰਦੇ ਨਾ ਸਾਡਾ ਲਾਣਾ ਅੱਜ ਕੱਲ੍ਹ ਤਾਂ ਸੋਹਣੇ ਸਿਰੇ ਲੱਗਿਆ ਪਿਆ ਰਾਣੀ ਹੋਈ ਜਾਈਦਾ ਵੀ ਕੀ ਹੈ ਨੀਰਾਂ ਹੀ ਨਿਕਲਦੀਆਂ ਵਿੱਚੋਂ ਕਹਿੰਦੇ ਮੈਂ ਜਿਹੜੇ ਖੋਟਾ ਕਰਮ ਮੈਂ ਨੀ ਕਰਾਵਾਂਗਾ ਕਰਾਂਗਾ ਨਾ ਭੇਖੀ ਕਹਾਉਂ ਨਾ ਕਹਿੰਦੇ ਜਿਵੇਂ ਭੇਖ ਬਣਾ ਕੇ ਸਾਧੂ ਸੰਤ ਬਣ ਜਾਂਦੇ ਇਸ ਤਰ੍ਹਾਂ ਮੈਂ ਭੇਖੀ ਕਹਿੰਦੇ ਕਹਾਉਂਗਾ ਆਪਣੇ ਭੇਖ ਭੇਖ ਧਾਰੀ ਕਹਾਉਂਗਾ ਭੇਖ ਧਾਰੀ ਨੀ ਮੈਂ ਬਣਾਂਗਾ ਚੌਪਈ ਜੇ ਜੇ ਭੇਖ ਸੋ ਤਨ ਮੈਂ ਧਾਰ ਕਹਿੰਦੇ ਖਾਲਸਾ ਜੀ ਜਿਹੜੇ ਜਿਹੜੇ ਕੋਈ ਆਪਣੇ ਸਰੀਰ ਤੇ ਨਿਰਾ ਭੇਖ ਜਿਹੀ ਧਾਰ ਲੈਂਦੇ ਹਨ ਤੇ ਪ੍ਰਭ ਜਨ ਕਾ ਛਕੈ ਨਾ ਵਿਚਾਰ ਉਹ ਤਾਂ ਪਰਮੇਸ਼ਰ ਨੂੰ ਕੁਝ ਵੀ ਨੀ ਕਰਕੇ ਵਿਚਾਰਦੇ ਪਰਮੇਸ਼ਰ ਨੂੰ ਤਾਂ ਕੋਈ ਸਮਝਦਾ ਹੀ ਨਹੀਂ ਹੈ ਜਿਹੜੇ ਕੋਈ ਭੇਖ ਧਾਰਦੇ ਆ ਸਰੀਰ ਤੇ ਜਿਵੇਂ ਲੋਕ ਭੇਖ ਧਾਰ ਕੇ ਉਹ ਪ੍ਰਸੰਨ ਹੋ ਜਾਂਦੇ ਪ੍ਰਭਾਵਿਤ ਹੋ ਜਾਂਦੇ ਆ ਵੀ ਉਹ ਸ਼ਾਇਦ ਪਰਮੇਸ਼ੁਰ ਵੀ ਸਾਨੂੰ ਕੋਈ ਵੇਖ ਕੇ ਨਾ ਭੇਖ ਪ੍ਰਭਾਵਿਤ ਹੋ ਜਾਓ ਖੁਸ਼ ਹੋ ਜਾਓ ਪਰਮੇਸ਼ੁਰ ਉਹਨਾਂ ਨੂੰ ਕੁਝ ਨਹੀਂ ਕਰਕੇ ਪਹਿਲਾਂ ਕੁਝ ਨਹੀਂ ਸਮਝਦਾ ਤੇ ਉਹ ਪਰਮੇਸ਼ੁਰ ਨੂੰ ਵੀ ਨਹੀਂ ਕੁਝ ਸਮਝਦੇ ਐਵੇਂ ਭੇਖ ਹੀ ਬਣਾਇਆ ਉਹਨਾਂ ਨੇ ਸਮਝ ਲੇ ਹੁਸਾਬ ਜਨ ਮਨ ਮਾਹੀ ਕਹਿੰਦੇ ਜਿੰਨੇ ਵੀ ਤੁਸੀਂ ਸਾਧੂ ਸੰਤ ਜਾਨ ਹੈ ਆਪੋ ਆਪਣੇ ਮਨਾਂ ਵਿੱਚ ਸਮਝ ਲਓ ਪਰਮੇਸ਼ੁਰ ਉਹਨਾਂ ਨੂੰ ਕੁਝ ਨਹੀਂ ਕਰਕੇ ਜਾਣਦਾ ਸਮਝਦਾ ਹੈ ਡਿੰਬਨ ਮੈਂ ਪਰਮੇਸ਼ਰ ਨਾਹੀ ਅਸਲੀ ਗੱਲ ਤਾਂ ਸੱਚੀ ਗੱਲ ਹੈ ਵੀ ਪਖੰਡਾਂ ਵਿੱਚ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜੇ ਜੇ ਕਰਮ ਕਰ ਡਿੰਬ ਦਿਖਾਹੀ ਜਿਹੜੇ ਜਿਹੜੇ ਕੋਈ ਕਹਿੰਦੇ
ਪਖੰਡ ਜਾਂ ਕਰਮ ਕਰ ਕਰਕੇ ਦਿਖਾਉਂਦੇ ਹਨ, ਪਖੰਡ ਦੇ ਕਰਮ ਜੇ ਕਰਕੇ ਦਿਖਾਉਂਦੇ ਹਨ। ਤਿੰਨ ਪ੍ਰਲੋਕਨ ਮੋਹ ਗਤ ਨਾਹੀ, ਉਹਨਾਂ ਦੀ ਪ੍ਰਲੋਕ ਵਿਚ ਜਾ ਕੇ ਕਲਿਆਣ ਨਹੀਂ ਹੁੰਦੀ, ਖੇੜਾ ਨਹੀਂ ਛੱਡਦਾ, ਕਸੂਤੇ ਫਸ ਜਾਂਦੇ ਹਨ। ਜੀਵਤ ਚਲਤ ਜਗਤ ਕੇ ਕਾਜਾ, ਠੀਕ ਹੈ ਕਹਿੰਦੇ, ਸੰਸਾਰ ਵਿਚ ਜਿਉਂਦਿਆਂ ਜਿਉਂਦਿਆਂ ਉਹਨਾਂ ਦੇ ਕੰਮ ਚੱਲ ਪੈਂਦੇ ਹੈ, ਸੋਹਣੇ ਮੱਖਣ ਮਲਾਈਆਂ ਮਿਲਦੀਆਂ, ਸੋਹਣੇ ਫਲ ਫਰੂਟ ਸੌਗੀ ਪੇਸਤੇ ਜ਼ਰੂਰ, ਕੰਮ ਕਹਿੰਦੇ ਖਾਣ ਪੀਣ ਦੇ ਕੰਮ ਜ਼ਰੂਰ ਵਧੀਆ ਚੱਲ ਪੈਂਦੇ। ਸਵਾਂਗ ਦੇਖ ਕਰ ਪੂਜਤ ਰਾਜਾ, ਬਾਹਰਲਾ ਬਣਾਉਣ ਭੇਖ ਦੇ ਕੇ ਰਾਜੇ ਮਹਾਰਾਜੇ ਵੀ ਪੂਜਣ ਲੱਗ ਪੈਂਦੇ, ਬੜੇ ਸ਼ਹਿਨ ਸ਼ਹਿਤ ਸ਼ਾਂਤੀ ਹੋਣਗੇ। ਸਵਾਂਗਨ ਮੈਂ ਪਰਮੇਸ਼ਰ ਨਾਹੀ, ਜੀ ਇਹਨਾਂ ਸਵਾਂਗਾਂ ਦਾ ਇਹਨਾਂ ਦਿਖਾਵਿਆ ਪਖੰਡਾਂ ਵਿਚ ਪਰਮੇਸ਼ਰ ਨੀ ਹੈਗਾ। ਖੋਜ ਫਿਰੈ ਸਭ ਹੀ ਕੋ ਕਾਹੀ, ਕੋਈ ਸਭ ਕੋਈ ਕਹਿੰਦੇ ਹੈ ਖੋਜਦਾ ਫਿਰੇ ਢੂੰਡਦਾ ਫਿਰੇ ਕੁਛ ਨੀ ਲੱਭਦਾ ਪਖੰਡਾਂ ਵਿਚੋਂ। ਆਪਣੋ ਮਨ ਕਰ ਮੋਹ ਜਿਹੇ ਆਨਾ, ਕਹਿੰਦੇ ਜਿਹਨੇ ਆਪਣਾ ਜਿਹੜਾ ਮਨ ਹੈ ਆਪਣੇ ਹੱਥ ਵਿਚ ਲੈ ਆਂਦਾ, ਮਨ ਨੂੰ ਕਾਬੂ ਕਰ ਲਿਆ। ਪਰ ਬ੍ਰਹਮ ਕੋ ਤਿਨੀ ਪਛਾਣਾ, ਉਹਨਾਂ ਪੁਰਸ਼ਾਂ ਨੇ ਅਸਲ ਰੂਪ ਦੇ ਵਿਚ ਜਿਹੜਾ ਪਰਾਰੂ ਬ੍ਰਹਮ ਵਿਆਪਕ ਰੂਪ ਉਸ ਨੂੰ ਜਾਣ ਪਛਾਣ ਲਿਆ। ਦੋਹਰਾ ਭੇਖ ਦਿਖਾਏ ਜਗਤ ਕੋ, ਇਹਨਾਂ ਨੇ ਕਹਿੰਦੇ ਨਿਰਾ ਭੇਖ ਧਾਰ ਕੇ ਲੋਕਾਂ ਨੂੰ ਦਿਖਾਇਆ। ਲੋਕਾਂ ਕੋ ਬਸ ਕੀ, ਕਹਿੰਦੇ ਭੇਖ ਦਿਖਾ ਕੇ ਤੇ ਲੋਕਾਂ ਨੂੰ ਬਸ ਕਰ ਲਿਆ, ਕਾਬੂ ਕਰ ਲਿਆ, ਬੁੱਧੂ ਬਣਾ ਲਿਆ, ਮਗਰ ਲਾ ਲਿਆ। ਅੰਤ ਕਾਲ ਕਾਤੀ ਕੱਟਿਓ, ਕਹਿੰਦੇ ਅੰਤ ਨੂੰ ਫਿਰ ਜਿਹੜਾ ਸੁਣਾਉਂਦਾ ਕਾਲ ਦੀ ਕੱਟੀ ਦਾ ਕਾਲ ਦੀ ਕਾਤੀ ਸ਼੍ਰੀ ਦਾ ਕੱਟਿਆ ਹੋਇਆ, ਆ ਮੌਤ ਰੂਪ ਸ਼੍ਰੀ ਦਾ ਕੱਟਿਆ ਹੋਇਆ। ਵਾਸ ਨਰਕ ਮੋਲੀਨ, ਕਹਿੰਦੇ ਨਰਕਾਂ ਵਿਚ ਜਾ ਕੇ ਵਾਸਾ ਲਵੇਗਾ, ਨਰਕਾਂ ਵਿਚ ਜਾ ਕੇ ਡਿੱਗੇਗਾ, ਮੌਤ ਰੂਪ ਸ਼੍ਰੀ ਦਾ ਕੱਟਿਆ ਮੌਤ ਨਾਲ ਮਾਰਿਆ ਹੋਇਆ ਨਰਕਮ ਵਿਚ ਜਾ ਪਏਗਾ। ਇਹੋ ਜਿਹਾ ਪੂਰੀ ਡੰਬੀ ਪਖੰਡੀ ਚੌਪਈ, ਜੇ ਜੇ ਜਗਮੋ ਡਿੰਬ ਦਿਖਾਵੇ, ਜਿਹੜੇ ਜਿਹੜੇ ਸੰਸਾਰ ਨੂੰ ਲੋਕ ਕਹਿੰਦੇ ਪਖੰਡ ਜਾ ਕਰ ਕਰ ਦਿਖਾਉਂਦੇ ਹਨ। ਲੋਕਾਂ ਮੂੰਡ ਅਧਿਕ ਸੁਖ ਪਾਵੇ, ਲੋਕਾਂ ਦਾ ਸਿਰ ਮੰਨ ਕੇ ਲੋਕਾਂ ਨੂੰ ਲੁੱਟ ਲੁੱਟ ਕੇ ਬੜਾ ਸੁਖ ਪਾਉਂਦੇ ਹਨ। ਨਾਸਾ ਮੂੰਦ ਕਰੇ ਪ੍ਰਣਾਮ, ਨੱਕ ਸਾਨੀਆਂ ਬੰਦ ਕਰ ਲੈ ਫਿਰ ਜਦੋਂ ਲੋਕ ਆ ਜਾਂਦੇ ਆ ਬੜਾ ਮੱਥਾ ਨਮਸਕਾਰਾ ਕਰਕੇ ਦਿਖਾਉਂਦੇ, ਅਗਲਾ ਕਹਿੰਦਾ ਵੀ ਬੜੇ ਪਰਮੇਸ਼ਰ ਨੂੰ ਮੱਥੇ ਟੇਕਦਾ ਬੜਾ ਭਗਤ ਹੈ। ਫੋਕਟ ਧਰਮ ਨ ਕੌਡੀ ਕਾਮ, ਜਿਹੜੀਆਂ ਨਾਸਾਂ ਜਿਹੀਆਂ ਬੰਦ ਕਰਕੇ ਦਿਖਾਵੇ ਦਾ ਕਹਿੰਦੇ ਉਹਨਾਂ ਮੱਥਾ ਜਾ ਟੇਕਦੇ, ਐਵੇਂ ਫੋਕਾ ਨਿਸ਼ਫਲ ਧਰਮ ਹੈ, ਕੌਡੀ ਦੇ ਕੰਮ ਦਾ ਨੀ ਉਹਨਾਂ ਦਾ ਇਹ ਵਿਖਾਵਾ। ਫੋਕਟ ਧਰਮ ਜਿਤੇ ਜਗ ਕਰ ਹੀ, ਕਹਿੰਦੇ ਸੰਸਾਰ ਦੇ ਜਿਹੜੇ ਲੋਕ ਕਹਿੰਦੇ ਨਿਸ਼ਫਲ ਜੇ ਧਰਮ ਕਰੋ ਧਰਮ ਕਰਦੇ ਹਨ, ਨਰਕ ਕੁੰਡ ਭੀਤਰ ਤੇ ਪਰਹੀ, ਲੋਕ ਕਹਿੰਦੇ ਨਰਕਾਂ ਦੇ ਕੁੰਡ ਦੇ ਵਿਚ ਜਾ ਕੇ ਪੈਂਦੇ ਨੇ। ਹੱਥ ਹਿਲਾਏ ਸੁਰਗ ਨਾ ਜਾਹੂ, ਜਿਹੜਾ ਕਹਿੰਦੇ ਜਵਾਨ ਬੰਦ ਕਰ ਲਈ ਤੇ ਹੱਥਾਂ ਨਾਲ ਹੱਥ ਹੀ ਹਿਲਾਉਣੇ, ਹੱਥਾਂ ਨਾਲ ਇਸ਼ਾਰੇ ਕਰਨੇ ਵੀ ਅਸੀਂ ਬੋਲਦੇ ਨਾ ਜੀ, ਅਸੀਂ ਮੌਨ ਧਾਰਿਆ ਹੋਇਆ। ਕਹਿੰਦੇ ਉਹ ਹੱਥ ਹਿਲਾਇਆ, ਹੱਥਾਂ ਦੇ ਇਸ਼ਾਰਾ ਕੀਤਿਆਂ ਮੌਨ ਧਾਰਿਆ ਹੋਇਆ, ਸਵਰਗ ਵਿਚ ਨਹੀਂ ਜਾਈ ਜਾ। ਕਈ ਇਸ ਤਰ੍ਹਾਂ ਚਲੋ ਇਸ਼ਾਰਾ ਨਹੀਂ ਕਰਦੇ ਤੇ
ਲਿਖ ਲਿਖ ਦੇਈ ਜਾਂਦੇ ਹਨ ਵਿੱਚੋਂ, ਕਹਿੰਦੇ ਮੌਨ ਧਾਰਿਆ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ ਵੀ ਇਹੋ ਜਿਹਾ ਮੌਨੀ ਸੀ, ਉਹ ਵੀ ਲਿਖ ਲਿਖ ਹੀ ਦੇਈ ਜਾਂਦਾ, ਕਾਲੇ ਕਾਗਜ਼ ਕਰੀ ਜਾਂਦਾ ਸੀ। ਤੇ ਸਿੰਘ ਕਹਿੰਦੇ ਮਹਾਰਾਜ ਵੀ ਜ਼ਬਾਨ ਬੰਦ ਕਰਨੀ ਬਹੁਤ ਔਖੀ ਹੈ, ਧੰਨ ਹੈ ਮੌਨੀ, ਵੇਖ ਲਓ ਬੋਲਦਾ ਨਹੀਂ ਹੈ, ਲਿਖ ਕੇ ਦਿੰਦਾ ਹੈ। ਮਹਾਰਾਜ ਜਾਣਦੇ ਸੀ ਵੀ ਐਵੇਂ ਹੀ ਹੈ। ਕਹਿੰਦੇ ਵੀ ਦਿਖਾਈਏ ਮੌਨੀ ਦਾ ਫਿਰ ਮੌਨ। ਕਹਿੰਦੇ ਮਹਾਰਾਜ ਦਿਖਾਓ। ਫਿਰ ਕੋਈ ਸਿੰਘਾਂ ਨੂੰ ਕਹਿ ਦਿੱਤਾ ਵੀ ਕੱਲ ਨੂੰ ਜਦੋਂ ਮੌਨੀ ਆਵੇ ਨਾ, ਇਹਦੇ ਉਸਤਰੀ ਦੇ ਪੁਲ ਬੰਨਣੇ, ਅਸੀਂ ਵੀ ਫਿਰ ਕਹਾਂਗੇ। ਵਿੱਚੋਂ ਦੋ ਚੋ ਨੇ ਫਿਰ ਤਵਾ ਲਾ ਦੇਣਾ ਇੱਥੇ, ਫਿਰ ਇਹਦਾ ਮੌਨ ਤੁਸੀਂ ਦੇਖ ਲਿਓ। ਅਗਲੇ ਦਿਨ ਜਾ ਕੇ ਪੰਠਲ ਕੇ ਜਦੋਂ ਬੈਠਾ, ਮਹਾਰਾਜ ਨੇ ਬੜਾ ਸਤਿਕਾਰ ਕੀਤਾ ਵੀ ਆਓ ਮਹਾਰਾਜ ਮੌਨੀ ਜੀ ਬੈਠੀਏ, ਦਰਸ਼ਨ ਦੇਈਏ, ਧੰਨ ਹੈ ਇਹ ਤੁਸੀਂ ਜਵਾਨ ਕਮੰਦ ਕੀਤੀ, ਕੰਟਰੋਲ ਕੀਤਾ ਜਵਾਨ ਤੇ। ਤੇ ਦੂਜੇ ਸਿੰਘਾਂ ਨੇ ਵੀ ਬੜੀ ਉਸਤਰੀ ਕੀਤੀ ਵੀ ਮਹਾਰਾਜ ਦੇਖੋ ਬਹੁਤ ਮੌਨੀ ਇਹ ਮਾਨ ਹੈ, ਧੰਨ ਹੈ ਇਹ। ਪਿੱਛੋਂ ਦੋ ਚੋ ਨੇ ਕਹਿ ਤਾ ਕਹਿੰਦੇ ਕਾਹਦਾ ਮੌਨੀ ਹੈ, ਐਵੇਂ ਹੀ ਹੈ, ਪਖੰਡੀ ਹੈ, ਡੰਬੀ ਹੈ, ਮਗਰ ਉਹ ਤਾਂ ਬਕੀ ਜਾਂਦਾ, ਇੱਥੇ ਆ ਕੇ ਬੋਲਦਾ ਚੱਲਦਾ ਹੈ। ਫਿਰ ਟੱਪ ਉੱਠਿਆ, ਮੌਨ ਮੌਨ ਕਿਧਰਾ ਪਿਆ, ਸਿੱਧੀਆਂ ਲੱਗ ਗਿਆ ਗਾਲਾਂ ਕੱਢਣ। ਮਹਾਰਾਜ ਵੀ ਮੁੱਖ ਗਿਰ ਮਾਰ ਲੈ ਕੇ ਹੱਸਣ, ਬਾਕੀ ਕਹਿੰਦੇ ਦੇਖ ਲਓ ਮੌਨੀ ਦਾ ਮੈਂ ਮੌਨ ਕਿਹਾ ਸੀ ਤਾਂ ਪੂਰਾ ਕੱਢੀ ਜਾਂਦਾ। ਕਿਉਂ ਕਈ ਕਹਿੰਦੇ ਹੱਥ ਲਾਉਂਦੇ ਆ, ਹੱਥਾਂ ਦੇ ਇਸ਼ਾਰੇ ਕਰਦੇ, ਅਸੀਂ ਮੌਨ ਧਾਰੀ ਹੋਈ ਹੈ, ਹੱਥਾਂ ਦਾ ਇਸ਼ਾਰਾ ਕੀਤਿਆਂ ਚੁੱਪ ਕੀਤਿਆਂ। ਕਹਿੰਦੇ ਸਵਰਗ ਵਿੱਚ ਨਹੀਂ ਜਾਈ ਜਾ ਹੈ, ਜੋ ਮਨ ਜੀਤ ਸਕਾ ਨਹੀਂ ਕਾਹੂ, ਜਿਹੜਾ ਮਨ ਕਹਿੰਦੇ ਕੋਈ ਆਪਣੇ ਨੂੰ ਨਹੀਂ ਜਿੱਤ ਸਕਿਆ, ਮਨ ਨੂੰ ਨਹੀਂ ਕਾਬੂ ਕਰ ਸਕਿਆ, ਤੇ ਐਵੇਂ ਹੱਥਾਂ ਦੇ ਇਸ਼ਾਰੇ ਕਰਦਾ ਵੀ ਅਸੀਂ ਮੌਨ ਧਾਰੀ, ਅਸੀਂ ਚੁੱਪ ਧਾਰੀ, ਅਸੀਂ ਬੋਲਦੇ ਨਹੀਂ ਬਾਬੇ। ਇਉਂ ਕਰਨ ਨਾਲ ਨੀ ਕੋਈ ਉਹ ਮੌਨੀ ਹੋਏ, ਬਗੈਠਾ ਕਾਤੀ ਹਿਰਦੇ ਕਲਪਨ ਗਾਠਾ, ਹਿਰਦੇ ਵਿੱਚ ਤਾਂ ਕਹਿੰਦੇ ਕਲਪਨਾ ਦੀ ਕੰਡ ਪੰਡ ਹੈ, ਤੇ ਉਹ ਔਕਾਤ ਹੋ ਕੇ ਚੁੱਪ ਧਾਰ ਕੇ ਬੈਠੇ ਹਾਂ ਜੀ, ਬੋਲਦੇ ਨਹੀਂ ਹਾਂ। ਉਹ ਕਹਿੰਦੇ ਉਹ ਜਿਹੜਾ ਮਨ ਨੂੰ ਆਪਣੇ ਨੇ ਕੋਈ ਜਿੱਤ ਨਹੀਂ ਨਾ ਸਕਿਆ, ਹੱਥਾਂ ਦੇ ਇਸ਼ਾਰੇ ਮਾਰਦਾ ਵੀ ਚੁੱਪ ਧਾਰੀ, ਉਹ ਸਵਰਗ ਨਹੀਂ ਕੋਈ ਜਾਂਦਾ ਹੈ। ਕਬ ਬਾਚ ਦੋਹਰਾ ਜੋ ਨਿਜ ਪ੍ਰਭ ਮੋਹ ਸੋ ਕਹਾ। ਆਵਾਜ ਗੁਰ ਕਲਗੀਧਰ ਪਾਤਸ਼ਾਹ ਜੀ ਕਵੀ ਕਹਿੰਦੇ ਹਨ, ਆਪਣੇ ਆਪ ਨੂੰ ਕਵੀ ਮਹਾਰਾਜ ਨੇ ਕਿਹਾ ਵੀ ਇਹ ਕਵੀ ਕਹਿੰਦਾ ਹੈ, ਜੋ ਨਿਜ ਪ੍ਰਭ ਮੋਹ ਸੋ ਕਹਾ, ਜੋ ਪਰਮੇਸ਼ਰ ਨੇ ਨਿਜ ਮੇਰੇ ਤਾਂ ਮੋਸੋ ਮੇਰੇ ਤਾਂ ਹੀ ਕਿਹਾ, ਮੇਰੇ ਤਾਂ ਹੀ ਆਖਿਆ, ਜਾਂ ਮੋਸੋ ਇਕੱਠਾ ਕਰਕੇ ਮੈਨੂੰ ਕਿਹਾ, ਜੋ ਨਿਜ ਪ੍ਰਭ ਮੋਸੋ ਕਹਾ, ਦੇ ਡੈਸਲਾ ਕੇ ਪਾਠ ਮੋਸੋ ਕਰਾਂਗੇ, ਫਿਰ ਅਰਥ ਬਣ ਜਾਏਗਾ ਮੇਰੇ ਤਾਂ ਹੀ ਕਿਹਾ, ਜੇ ਪਾਠ ਮੋਸੋ ਇਕੱਠਾ ਕਰਾਂਗੇ ਫਿਰ ਮੈਨੂੰ ਕਿਹਾ। ਬਸ ਇੰਨਾ ਹੀ ਹੈ ਫਰਕ, ਅਰਸ ਵਿੱਚ ਭਾਵ ਵਿੱਚ ਹੋਈ ਹੈ ਗੱਲ, ਹੋਈ ਮੈਨੂੰ ਕਿਹਾ ਜਾਂ ਮੇਰੇ ਤਾਂ ਹੀ ਕਿਹਾ। ਜੋ ਨਿਜ ਪ੍ਰਭ ਮੋਸੋ ਕਹਾ, ਜੋ ਪਰਮੇਸ਼ਰ ਨੇ ਮੇਰੇ
ਮੈਨੂੰ ਮੇਰੇ ਤਾਈ ਆਖਣਾ ਕੀਤਾ ਹੈ। ਸੋ ਕਹ ਹੋ ਜਗ ਮਾ, ਸੰਸਾਰ ਦੇ ਵਿੱਚ ਉਹੀ ਕੁਝ ਮੈਂ ਕਹਿੰਦਾ ਜੋ ਮੇਰੇ ਤਾਈ ਪਰਮੇਸ਼ਰ ਨੇ ਕਿਹਾ ਉਹ ਤੁਹਾਨੂੰ ਸੁਣਾਉਣਾ। ਜੋ ਤੇ ਪ੍ਰਭ ਕੋ ਧਿਆਏ ਹੈ, ਜਿਹੜੇ ਪਰਮੇਸ਼ਰ ਨੂੰ ਧਿਆਉਣਗੇ ਉਹਦਾ ਸਿਮਰਨ ਕਰਨਗੇ। ਅੰਤ ਸੁਰਗ ਕੋ ਜਾਹੇ, ਉਹੀ ਯਕੀਨ ਨੂੰ ਕਹਿੰਦੇ ਸੁਰਗਾਂ ਨੂੰ ਜਾਣਗੇ, ਉਹੀ ਸੱਚਖੰਡ ਨੂੰ ਜਾਣਗੇ। ਦੋਹਰਾ ਹਰ ਹਰ ਜਨ ਦੁਈ ਏਕ ਹੈ, ਹਰ ਜੋ ਹਰੇ ਭਰੇ ਕਰਨ ਵਾਲਾ ਹੈ, ਹਰ ਹਰਾਂਤੀ ਪਾਪ ਪਾਨੀ ਦੁਸ਼ਟ ਵਿਚ ਵੀ ਐਸਾ ਜਿਹੜਾ ਹਰੀ ਹੈ, ਸਾਰੇ ਪਾਪਾਂ ਦਾ ਹਰਕ ਤੇ ਹਰ ਜਨ ਤੇ ਹਰੀ ਦਾ ਜਿਹੜਾ ਸੰਤ ਜਨ ਭਗਤ ਜਨ ਹੈ, ਦੁਈ ਏਕ ਹੈ, ਦੋਵੇਂ ਇੱਕੋ ਰੂਪ ਹਨ। ਇਹਨੂੰ ਬਿਹਾਰੀ ਲਾ ਕੇ ਹੀ ਸ਼ੁੱਧ ਸਮਝਣਾ ਹੈ। ਕਈਆਂ ਗੁਰਕਿਆਂ ਵਿੱਚ ਦੋਏ ਈੜੀ ਨੂੰ ਸਿਹਾਰੀ ਲੱਗੀ ਹੁੰਦੀ ਹੈ, ਨਾ ਮੁੱਖ ਜਿਹੜਾ ਸ਼ੁੱਧ ਪਾਠ ਈੜੀ ਬਿਹਾਰੀ ਨਾਲ ਗਿਆ, ਦੁਈ ਏਕ, ਦੋਵੇਂ ਇੱਕੋ ਰੂਪ ਹਨ, ਵਾਹਿਗੁਰੂ ਤੇ ਵਾਹਿਗੁਰੂ ਦਾ ਭਗਤ ਜਾਨ। ਬਿਬ ਵਿਚਾਰ ਕਛ ਨਾ, ਕਹਿੰਦੇ ਇਹਦੇ ਵਿੱਚ ਦੂਜੇ ਪੁਣੇ ਦਾ ਤਾਂ ਕੁਝ ਵਿਚਾਰ ਹੀ ਨਹੀਂ ਵੀ ਹੈ। ਜਿਹੜਾ ਪਰਮੇਸ਼ਰ ਦਾ ਭਗਤ ਕੋਈ ਵੱਖਰਾ ਹੈ ਤੇ ਪਰਮੇਸ਼ਰ ਵੱਖਰਾ ਹੈ, ਉਹ ਹਰ ਕਾ ਸੇਵਕ ਹਰ ਹੀ ਜਿਹਾ ਹੀ ਹੈ। ਜਲ ਤੇ ਉਪਜਤ ਰੰਗ ਜਿਓ, ਇਸ ਤਰ੍ਹਾਂ ਕਹਿੰਦੇ ਜਿਹੜਾ ਜਲ ਹੈ ਉਹ ਤੋਂ ਕਹਿੰਦੇ ਤਰੰਗ ਪੈਦਾ ਹੋ ਜਾਂਦਾ ਤੇ ਜਲ ਦੇ ਆਸਰੀ ਹੋ ਰਹਿੰਦਾ ਤਰੰਗ। ਜਲ ਹੀ ਬਿਖਾ ਸਮਾ, ਹੀਰ ਜਲ ਦੇ ਵਿੱਚ ਉਹ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਪਰਮੇਸ਼ਰ ਜਲ ਵਾਂਗ ਹੈ, ਜਿਹੜਾ ਕੋਈ ਭਗਤ ਜਨ ਹੈ ਉਹ ਤਰੰਗ ਵਾਂਗ ਪੈਦਾ ਹੋ ਜਾਂਦਾ ਹੈ। ਜਿਵੇਂ ਪਾਣੀ ਦੇ ਆਸਰੇ ਹੁੰਦਾ ਸਹਾਰੇ ਹੁੰਦਾ ਤਰੰਗ, ਉੱਪਰ ਉੱਠਿਆ ਪਾਣੀ ਦੇ ਸਹਾਰੇ ਉੱਠਿਆ ਹੁੰਦਾ। ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਦੇ ਚੋਂ ਪੈਦਾ ਹੋਇਆ ਹੁੰਦਾ ਤੇ ਪਰਮੇਸ਼ਰ ਦੇ ਆਸਰੇ ਰਹਿੰਦਾ। ਅਖੀਰੀ ਪਰਮੇਸ਼ਰ ਵਿੱਚ ਹੀ ਉਹ ਕਹਿੰਦੇ ਪਾਣੀ ਦੇ ਜਿਵੇਂ ਜਿਵੇਂ ਤਰੰਗ ਸੰਭਾ ਜਾਂਦਾ, ਉਹ ਜਲ ਪਰਮੇਸ਼ਰ ਵਿੱਚ ਹੀ ਸਮਾ ਜਾਂਦਾ ਜਿਹੜਾ ਹਰ ਜਨ ਹੁੰਦਾ ਹੈ। ਚੌਪਈ ਜੇ ਜੇ ਬਾਦ ਕਰਤ ਹੰਕਾਰਾ, ਕਈ ਵਾਰੀ ਕਈ ਲੋਕ ਕਹਿੰਦੇ ਵੀ ਭਾਵੇਂ ਭਗਤੀ ਕਰੀ ਜਾਏ ਭਾਵੇਂ ਨਾ ਕਰੀ ਜਾਏ, ਮਰਨਾ ਤਾਂ ਹੈਗਾ ਹੀ ਹੈ, ਪਰ ਮਰਨ ਮਰਨ ਵਿੱਚ ਫਰਕ ਹੈ, ਜਿਉਣ ਜਿਉਣ ਵਿੱਚ ਵੀ ਫਰਕ ਹੈ। ਜਿਹੜਾ ਪਰਮੇਸ਼ਰ ਦਾ ਭਗਤ ਜਨ ਉਹ ਵੀ ਜਾਂਦਾ, ਅਸੀਂ ਵੀ ਆ ਜਾਂਦੇ, ਕਦੇ ਵੀ ਕੀੜੇ ਮਕੌੜੇ ਵੀ ਜਾਂਦੇ ਹੈ, ਮਰਦੇ ਉਹ ਵੀ ਹੈ। ਪਰ ਜਿਹੜਾ ਪਰਮੇਸ਼ਰ ਦਾ ਪਿਆਰਾ, ਉਹ ਪਰਮੇਸ਼ਰ ਤੋਂ ਪੈਦਾ ਹੋਇਆ, ਪਰਮੇਸ਼ਰ ਦੇ ਆਸਰੇ ਰਹਿੰਦਾ, ਉਹਦੇ ਵਿੱਚ ਹੀ ਜੁੜਿਆ ਰਹਿੰਦਾ, ਪਰਮੇਸ਼ਰ ਵਿੱਚ ਹੀ ਅਖੀਰਾ ਸਰੀਰ ਦੂਸਰਾ ਛੱਡ ਕੇ ਸਮਾ ਜਾਂਦਾ ਹੈ। ਸਾਡਾ ਜਿਹੜਾ ਉਹਨਾਂ ਜਾਣਾ ਕਰਮਾਂ ਅਨੁਸਾਰ ਹੈ, ਹੁਣ ਵੀ ਵੱਖਰੇ ਫਿਰ ਵੀ ਵੱਖਰੇ। ਇਸ ਕਰਕੇ ਕਹਿੰਦੇ ਵਿਸ਼ੇਸ਼ਤਾ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਵਿੱਚ, ਚੌਪਈ ਜੇ ਜੇ ਬਾਦ ਕਰਤ ਹੰਕਾਰਾ, ਜਿਹੜੇ ਜਿਹੜੇ ਪੁਰਸ਼ ਬਾਦ ਕੇ ਬਿਆਰਸ ਹੰਕਾਰ ਜਿਹਾ ਕਰਦੇ ਹੈ, ਬਾਦਾਰਸ ਵਾਧੂ ਜਿਵੇਂ ਫਜੂਲ ਜਿਹਾ ਹੰਕਾਰ ਕਰਦੇ ਹੈ, ਹੁੰਦਾ ਕੋਲਾ ਕੁਛ ਨੀ, ਐਵੇਂ ਫੜਾ ਮਾਰਦੇ, ਐਵੇਂ ਹੰਕਾਰ ਕਰਦੇ ਹੈ। ਤਿੰਨ ਤੇ ਭਿੰਨ ਰਹਿਤ ਕਰਤਾਰਾ, ਉਹਨਾਂ ਤੋਂ ਤਾਂ ਕਰਤਾਰ ਬਹੁਤ ਹੀ ਵੱਖਰਾ ਹੋ ਕੇ ਰਹਿੰਦਾ, ਪਰੇ ਹੋ ਕੇ ਰਹਿੰਦਾ, ਉਹਨਾਂ ਦਾ ਨੇੜੇ ਨੀ ਢੁਕਦਾ ਹੈ। ਵੇਦ ਕਤੇਬ ਬਿਖੈ ਹਰ ਨਾਹੀ, ਕਹਿੰਦੇ ਜਿਹੜੇ ਵੇਦ ਕਤੇਬ ਹਨ, ਚਾਰ ਵੇਦ ਆ, ਚਾਰ ਕਤੇਬ, ਇਹਨਾਂ ਵਿੱਚ ਪਰਮੇਸ਼ਰ ਨੀ ਹੈਗਾ ਹੈ।
ਇਹ ਜਿਹੜੇ ਨਿਰੇ ਪੰਡ ਬਣਾਉਣ ਵਾਲੇ ਤੋਂ ਅਥਾਰਟੀ ਕਰਨ ਵਾਲੇ ਇਹਨਾਂ ਵਿੱਚ ਪਰਮੇਸ਼ਰ ਨਹੀਂ ਮਿਲਦਾ ਹੈ। ਜਾਨ ਲੇ ਹਰ ਜਨ ਮਨ ਮਾਹੀ ਕਰਕੇ ਇਹ ਵਾਹਿਗੁਰੂ ਦੇ ਭਗਤ ਜਨੋ, ਤੁਸੀਂ ਆਪਣੇ ਮਨ ਵਿੱਚ ਸਮਝ ਲਓ, ਜਾਣ ਲਓ। ਆਖ ਮੂੰਦ ਕੋ ਡਿੰਬ ਦਿਖਾਵੇ, ਅੱਖਾਂ ਜੀਆਂ ਬੰਦ ਕਰਕੇ ਪਖੰਡ ਜਾ ਕਰਕੇ ਦਿਖਾਉਂਦਾ ਵੀ ਅਸੀਂ ਨਿੱਤ ਬੰਦ ਕੀਤੇ ਸਮਾਧੀ ਲਾਈ ਹੈ। ਅੰਦਰ ਕੀ ਪਦਵੀ ਕਹਿ ਪਾਵੇ, ਜਿਹੜਾ ਅੱਖਾਂ ਬੰਦ ਕਰ ਲੈ ਅੰਨਿਆਂ ਦੀ ਪਦਵੀ ਪਾ ਸਕਦੇ ਉਹਨਾਂ ਕਹਿ ਸਕਦੇ, ਹੋਰ ਕੁਛ ਨਹੀਂ ਹੈ। ਆਖ ਮੀਚ ਮਗ ਸੂਝ ਨਾ ਜਾਏ, ਮਹਾਰਾਜ ਕਹਿੰਦੇ ਜੇ ਅੱਖਾਂ ਬੰਦ ਕਰ ਲਈਏ ਤੇ ਰਸਤਾ ਨਹੀਂ ਸੁਝਦਾ, ਰਸਤਾ ਨਹੀਂ ਦੇਖਿਆ ਜਾ ਸਕਦਾ ਵੀ ਕਿੱਧਰ ਨੂੰ ਜਾਂਦਾ ਹੈ। ਤਾਹੇ ਅਨੰਤ ਮਿਲੈ ਕਿਮ ਪਾਏ, ਰਾਤ ਰਹਿਤ ਵਾਹਿਗੁਰੂ ਉਹ ਭਰਾਵੋ ਭਲਾ ਕਿਵੇਂ, ਅੰਨੇ ਨੂੰ ਤਾਂ ਰਸਤਾ ਨਹੀਂ ਦਿਸਦਾ, ਰੱਬ ਭਲਾ ਕਿਵੇਂ ਦਿਸੇਗਾ। ਬਹੁ ਵਿਸਥਾਰ ਕਹਿ ਲਓ ਕੋਈ ਕਹੈ, ਮਹਾਰਾਜ ਕਹਿੰਦੇ ਬਹੁਤੇ ਵਿਸਥਾਰ ਕਰਨ ਕਿੱਥੋਂ ਤੱਕ ਕੋਈ ਆਖੇ। ਸਮਝਤ ਬਾਤ ਥਕਤ ਹੋਇਆ ਰਹੇ, ਜਦੋਂ ਅਸਲੀਤ ਗੱਲ ਨੂੰ ਸਮਝ ਆਏਗਾ ਫਿਰ ਤਾਂ ਹੰਭ ਕੇ ਚੁੱਪ ਹੋ ਰਹੇਗਾ, ਫਿਰ ਨੀ ਕੋਈ ਆਖੇਗਾ, ਫਿਰ ਨੀ ਕੋਈ ਦਿਖਾਵਾ ਕਰੇਗਾ ਵੀ ਬੰਦਾ ਕੀ ਅਸੀਂ ਜੀ ਮੌਨ ਧਾਰਿਆ ਹੈ। ਰਸਨਾ ਧਰੈ ਕਈ ਜੋ ਕੋਟਾ, ਜੇ ਕਰਕੇ ਕੋਈ ਕਹਿੰਦੇ ਕਰੋੜਾਂ ਜਵਾਨਾਂ ਵੀ ਧਾਰਨ ਕਰ ਲਵੇ, ਤਦਪ ਗਣਤ ਤੇਹ ਭਰਤ ਸੋ ਤੋਟਾ, ਪਰਮੇਸ਼ਰ ਦੇ ਸੰਬੰਧ ਵਿੱਚ ਉਹ ਵਿਚਾਰ ਕਰਨ ਲੱਗੇ ਵੀ ਜਵਾਨਾਂ ਦਾ ਤੋਟਾ ਪੈ ਜਾਏਗਾ, ਪਰਮੇਸ਼ਰ ਦੇ ਸੰਬੰਧ ਵਿੱਚ ਜੋ ਕੋਈ ਕਹਿਣਾ ਉਹਦਾ ਘਾਟ ਨਹੀਂ ਆਏਗੀ। ਦੋਹਰਾ ਜਬ ਆਇਸ ਪ੍ਰਭ ਕੋ ਭਇਓ, ਇਸ ਤਰ੍ਹਾਂ ਵੀ ਖਾਲਸਾ ਜਦੋਂ ਵਾਹਿਗੁਰੂ ਦਾ ਸਾਨੂੰ ਆਇਆ ਕੀ ਹੁਕਮ ਹੋਇਆ, ਜਨਮ ਧਰਾ ਜਗ ਆਏ, ਅਸੀਂ ਇਸ ਸੰਸਾਰ ਦੇ ਵਿੱਚ ਆ ਕੇ ਅਵਤਾਰ ਧਾਰਨ ਕਰ ਲਿਆ। ਅਬ ਮੈਂ ਕਥਾ ਸੰਖੇਪ ਤੇ, ਹੁਣ ਮੈਂ ਆਪਣੇ ਅਵਤਾਰ ਧਾਰਨ ਦੀ ਜਿਹੜੀ ਕਥਾ ਬੜੀ ਸੰਖੇਪਤ ਰੂਪ ਦੇ ਵਿੱਚ ਸਭ ਹੂੰ ਕਹਿਤ ਸੁਣਾ, ਸਾਰਿਆਂ ਨੂੰ ਸੁਣਾ ਕੇ ਕਹਿੰਦਾ ਜਿਹੜੀ ਆਪਣੇ ਅਵਤਾਰ ਧਾਰਨ ਦੀ ਕਥਾ ਉਹ ਬੜੀ ਸੁਤਰ ਰੂਪ ਥੋੜੇ ਜਿਹੇ ਰੂਪ ਦੇ ਵਿੱਚ ਹੀ ਕਹਿੰਦਾ, ਬਹੁਤਾ ਵਿਸਥਾਰ ਨਹੀਂ ਕਰਦਾ। ਇਤਿ ਸ੍ਰੀ ਬਚਿੱਤਰ ਨਾਟਕ ਗ੍ਰੰਥੇ, ਇਤਿ ਹੋਇਆ ਸਵਾਏ ਮਾਨ ਬਚਿੱਤਰ ਨਾਟਕ ਨਾਮ ਦਾ ਜਿਹੜਾ ਗ੍ਰੰਥ ਹੈ। ਆਗਿਆ ਕਾਲ ਜਗ ਪ੍ਰਵੇਸ਼ ਕਰਨ, ਜਿਵੇਂ ਅਕਾਲ ਪੁਰਖ ਦੀ ਆਗਿਆ ਹੋਈ ਸੰਸਾਰ ਦੇ ਵਿੱਚ ਪ੍ਰਵੇਸ਼ ਕੀਤਾ। ਨਾਮ ਖਸ਼ਟਮੋ ਧਿਆਏ, ਛੇਵਾਂ ਜਿਹੜਾ ਧਿਆਇ ਨਾਮ ਦਾ ਇੱਥੇ ਪੂਰਾ ਹੋਇਆ ਹੈ। ਸਮਾਪਤ ਮਸਤ ਸੁਭ ਮਸਤ, ਸਮਾਪਤ ਮਸਤ ਯਾਨੀ ਮਸਤ ਦਾ ਮਸਤ ਸਮਾਪਤ ਹੋਇਆ, ਸਮਾਪਤ ਮਸਤ ਦਾ ਸੰਪੂਰਨ, ਮਸਤ ਮਸਤ ਦਾ ਇਸ ਤਰ੍ਹਾਂ ਹੈ ਸਮਾਪਤ ਹੈ, ਸਭ ਮਾਹਤ ਇਸ ਤਰ੍ਹਾਂ ਸ੍ਰੇਸ਼ਟ ਮਸਤ ਕੀ ਹੈ ਸੰਪੂਰਨ, ਸਭ ਸ੍ਰੇਸ਼ਟ ਸੰਪੂਰਨ ਹੋਇਆ ਹੈ। ਅੱਗੇ ਕਹਿੰਦੇ ਇਹ ਜਿਹੜਾ ਪ੍ਰਕਰਨ ਹੈ ਅੱਗੇ ਚੱਲਦਾ ਹੈ ਤੁਰਦਾ, ਬਾਕੀ ਅੱਗੇ ਹੈਗਾ ਹੈ, ਇੱਥੇ ਸਾਰੇ ਪੌੜੀਆਂ ਦਾ ਜਿਹੜਾ ਜੋੜ ਹੈ ਉਹ 279 ਹੋ ਗਿਆ, ਇਸ ਕਰਕੇ ਅਫਜੂ ਲਿਖਿਆ ਵੀ ਇੱਥੇ ਜੋੜ ਪੌੜੀਆਂ ਦਾ 279 ਹੋ ਗਿਆ ਹੈ। ਅਥ ਕਬ ਜਨਮ ਕਥਨੰ, ਇੱਥੇ ਅਧਿਆਇ ਜਿਹੜਾ ਅਧਿਆਇ ਹੈ ਇੜੀ ਨਾਲ
ਵਿਚਾਲੇ ਕਿ ਵਿਚਾਲੇ ਆੜਾ ਹੈ ਕਿ ਅੱਧਾ ਜਾਈਏ ਮੇਰੇ ਕੋਲ ਅੱਧਾ ਜਾਈਆ ਕੀਤਾ ਸ਼ੁੱਧ ਕੀਤਾ ਚਿਤਿਆਈ ਆੜਾ ਛਪਿਆ ਹੋਇਆ ਸੀ ਠੀਕ ਹੈ ਸ਼ੁੱਧ ਹੈ ਇਸ ਤੋਂ ਉਪਰੰਤ ਇਦੋਂ ਪਿੱਛੋਂ ਕਵੀ ਹੁਣ ਆਪਣਾ ਜਿਵੇਂ ਜਨਮ ਧਾਰਿਆ ਅਵਤਾਰ ਧਾਰਿਆ ਉਹਦੇ ਸੰਬੰਧ ਵਿੱਚ ਕਥਨ ਕਰ ਰਿਹਾ ਹੈ। ਚੌਪਈ ਮੁਰ ਪਿਤ ਪੂਰਬ ਕੀ ਇਸ ਭਿਆਨਾ। ਸੰਖੇਪ ਦੇ ਨਾਲ ਅਸੀਂ ਆਪਣਾ ਅਵਤਾਰ ਧਾਰਨ ਦੀ ਕਥਾ ਕਰਦੇ ਹਾਂ, ਜਿਸ ਕਰਕੇ ਹੁਣ ਬੜਾ ਸੂਤਰ ਵੀ ਕਹਿੰਦੇ ਮੇਰੇ ਪਿਤਾ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੜ੍ਹਦੀ ਤਰਫ ਨੂੰ ਕਹਿੰਦੇ ਤੀਰਥ ਯਾਤਰਾ ਜਾਂ ਬਹਾਨਾ ਬਣਾ ਕੇ ਚੱਲਣਾ ਕੀਤਾ ਸੀ। ਭਾਂਤ ਭਾਂਤ ਕੇ ਤੀਰਥ ਨਾਨਾ। ਕਹਿੰਦੇ ਤਰ੍ਹਾਂ ਤਰ੍ਹਾਂ ਤੇ ਤੀਰਥਾਂ ਤੇ ਜਾ ਕੇ ਚੜ੍ਹਦੀ ਤਰਫ ਇਸ਼ਨਾਨ ਕੀਤੇ ਸੀ। ਜਬ ਹੀ ਜਾਤ ਤ੍ਰਿਵੇਣੀ ਭਏ। ਮੇਰੇ ਮਾਤਾ ਪਿਤਾ ਜੀ ਕਹਿੰਦੇ ਇਸ ਤਰ੍ਹਾਂ ਜਿਹੜਾ ਤ੍ਰਿਵੇਣੀ ਤੀਰਥ ਹੈ ਪ੍ਰਯਾਗਰਾਜ ਤੀਰਥ ਲਾਹਾ ਸ਼ਹਿਰ ਵਿੱਚ ਉੱਥੇ ਚਲੇ ਗਏ ਸੀ। ਪੁੰਨ ਦਾਨ ਦਿਨ ਕਰਤ ਬਿਤਾਏ। ਉੱਥੇ ਸਾਡੇ ਮਾਤਾ ਪਿਤਾ ਨੇ ਪੁਰਬ ਲੱਗਿਆ ਸੀ, ਕੁੰਭ ਲੱਗਿਆ ਸੀ, ਪੁੰਨ ਦਾਨ ਕਰਦਿਆਂ ਦਿਨ ਬਤੀਤ ਕੀਤੇ ਸਨ। ਦਹੀ ਪ੍ਰਕਾਸ਼ ਹਮਾਰਾ ਭਇਓ। ਉੱਥੇ ਪ੍ਰਯਾਗਰਾਜ ਤੀਰਥ ਤੇ ਰਹਿੰਦਿਆਂ ਰਹਿੰਦਿਆਂ ਸਾਡੇ ਮਾਤਾ ਜੀ ਨੂੰ ਸਾਡਾ ਕਹਿੰਦੇ ਪ੍ਰਕਾਸ਼ ਹੋਇਆ ਸੀ। ਇਸ ਤਰ੍ਹਾਂ ਕਹਿੰਦੇ ਉਹ ਅਨੁਭਵ ਹੋਇਆ ਸੀ, ਉਧਰ ਦੇ ਅੰਦਰ ਹਵਾ ਜੀ ਭਰ ਗਈ ਸੀ, ਪੇਟ ਫੁੱਲ ਗਿਆ ਸੀ। ਪਟਨਾ ਸ਼ਹਿਰ ਵਿਖੇ ਭਾਵ ਲਏ। ਸੰਖੇਪ ਨਾਲ ਕਹਿੰਦੇ ਜਦੋਂ ਪਟਨਾ ਸ਼ਹਿਰ ਵਿੱਚ ਸਾਡੇ ਮਾਤਾ ਜੀ ਚਲੇ ਗਏ, ਉੱਥੇ ਅਸੀਂ ਕਹਿੰਦੇ ਅਵਤਾਰ ਧਾਰਨ ਕਰ ਲਿਆ। 1723 ਵਿਕਰਮੀ ਸੰਮਤ ਤੇਈ ਪੋਹ ਤੇ ਦਰਸ਼ਨ ਸ਼ੁਰੂਆਤ ਸੀ। ਜਿਹੜਾ ਪੋਹ ਦਾ ਮਹੀਨਾ ਇਹਨੂੰ ਵੀ ਕਈ ਜੋਰਸੀਆਂ ਨੇ ਬਹੁਤ ਮਾੜਾ ਮੰਨਿਆ। ਇਸੇ ਤਰ੍ਹਾਂ ਜਿਹੜਾ ਸ਼ਨਿਸ਼ਰਵਾਰ ਦਿਨ ਹੈ ਇਹਨੂੰ ਵੀ ਮਾੜਾ ਜਿਹਾ ਮੰਨਿਆ। ਕਹਿੰਦੇ ਸ਼ਨਿਸ਼ਰ ਜਦੋਂ ਕਿਸੇ ਦੇ ਆ ਜਾਂਦਾ ਕਹਿੰਦੇ 7 ਸਾਲ ਨੀ ਘੜਾ ਛੱਡਦਾ ਜੀ, ਇਹਦੀ ਸਾੜ ਸਤੀ ਬੜੀ ਹੈ। ਹੋਰ ਤਾਂ ਹੋਰ ਕਿ ਮੁਸਲਮਾਨ ਵੀ ਇਹ ਸਾੜ ਸਤੀ ਨੂੰ ਮੰਨਦੇ। ਜਹਾਂਗੀਰ ਵਾਲ ਨੂੰ ਕਹਿਤਾ ਜੀ ਸਾੜ ਸਤੀ ਜੀ, ਉਹ ਵੀ ਵਿਚਾਰਾ ਮੁਰਝਾ ਗਿਆ ਸੀ। ਹੁਣ ਗੁਰੂ ਕਲਤੀ ਘਰ ਜੀ ਨੇ ਦੇਖ ਲਓ ਇਹਨੂੰ ਪੋਹ ਦੇ ਮਹੀਨੇ ਨੂੰ ਮਾੜਾ ਕੇ ਉਹਦੇ ਵਿੱਚ ਅਵਤਾਰ ਪੈ ਰਿਹਾ, ਇਹਨੂੰ ਸ਼ਨਿਸ਼ਰਵਾਰ ਨੂੰ ਸਾਰਾ ਤੂੰ ਮਾੜਾ ਮਾਈਆਂ ਆਖਦੀ, ਉਸ ਦਿਨ ਆਪ ਜੀ ਨੇ ਅਵਤਾਰ ਧਾਰਿਆ। ਹੁਣ ਇਸ ਕਰਕੇ ਜਿਨ੍ਹਾਂ ਨੂੰ ਲੋਕ ਮਾੜੇ ਕਹਿੰਦੇ ਮਾੜਿਆਂ ਨੂੰ ਮਾੜਿਆਂ ਨੂੰ ਚੰਗਾ ਬਣਾ ਦਿੱਤਾ ਹੈ, ਕਿਉਂਕਿ ਆਹ ਮਹਾਨ ਸਭ ਤੋਂ ਚੰਗੇ ਸ੍ਰੇਸ਼ਟ ਹੈ। ਇਸ ਕਰਕੇ ਜਿਹੜੇ ਭਰਮ ਭੁੱਲੇ ਕੇ ਸਾਡੇ ਕੱਢ ਕਢਾ ਦਿੱਤੇ ਹਨ ਵੀ ਇਹ ਦਿਨ ਨਹੀਂ ਮਾੜੇ, ਮਨੁੱਖ ਦੇ ਕੰਮ ਮਾੜੇ ਹੁੰਦੇ। ਜਿਸ ਦਿਨ ਤੁਸੀਂ ਮਾੜਾ ਕਰੋਗੇ ਉਸ ਦਿਨ ਤੁਸੀਂ ਮਾੜੇ, ਜਿਸ ਦਿਨ ਤੁਸੀਂ ਚੰਗਾ ਕੰਮ ਕਰੋਗੇ ਉਹ ਤੁਹਾਡੇ ਲਈ ਦਿਨ ਚੰਗਾ ਹੋਊਗਾ। ਇਹ ਮਨੁੱਖ ਦੇ ਕਰਮਾਂ ਤੇ ਕੰਮਾਂ ਤੇ ਹੈ ਚੰਗਾ ਮੰਦਾ ਸਾਰਾ ਦਿਨ ਦਿਹਾੜਾ, ਹੋਰ ਉਂਝ ਕੋਈ ਦਿਨ ਦਿਹਾੜਾ ਜਾਂ ਮਹੀਨਾ ਮਾੜਾ ਨਹੀਂ ਹੈ। ਮਦਰ ਦੇਸ਼ ਹਮ ਕੋਲੇ ਆਏ। ਇਹ ਹੁਣ ਦੇਖੋ ਸੰਖੇਪ ਨਾਲ ਕਹਿੰਦੇ ਸਾਨੂੰ ਫਿਰ ਇਸ ਤਰ੍ਹਾਂ ਜਿਹੜਾ ਪੰਜਾਬ ਦਾ ਇਲਾਕਾ ਹੈ
ਇਹਦੇ ਵਿੱਚ ਕਹਿੰਦੇ ਸਾਨੂੰ ਲੈ ਆਓ ਸ੍ਰੀ ਅਨੰਦਪੁਰ ਸਾਹਿਬ ਸਾਨੂੰ ਲੈ ਆਏ ਭਾਂਤ ਭਾਂਤ ਦਾਈਆਂ ਦੁੱਲ ਰਾਏ ਇੱਥੇ ਕਹਿੰਦੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਨਾਲ ਜਿਹੜਾ ਦਾਈਆਂ ਰਾਹੀਂ ਕਹਿੰਦੇ ਲੜ ਲੜਾਇਆ ਗਿਆ ਖੜਾਇਆ ਗਿਆ ਨੀ ਅਨਕ ਭਾਂਤ ਕੀ ਰੱਛਾ ਤਰ੍ਹਾਂ 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 ਦੀ ਸਾਡੀ ਰੱਖਿਆ ਕੀਤੀ ਗਈ ਦੀਨੀ ਭਾਂਤ ਭਾਂਤ ਕੀ ਸਿੱਖਿਆ ਮਾਤਾ ਨੇ ਪਿਤਾ ਨੇ ਸਾਨੂੰ ਤਰ੍ਹਾਂ ਤਰ੍ਹਾਂ ਦੀ ਸੋਹਣੀ ਜਿਹੜੀ ਸਿੱਖਿਆ ਦਿੱਤੀ ਹੈ ਜਬ ਹਮ ਧਰਮ ਕਰਮ ਮੋਹ ਆਏ ਜਦੋਂ ਅਸੀਂ ਕਹਿੰਦੇ ਧਰਮ ਰੂਪ ਜਿਹੜਾ ਕਰਮ ਹੈ ਉਹ ਕਰਨ ਵਿੱਚ ਹੀ ਆ ਗਏ ਭਾਵ ਜਿਹੜੇ ਕਸ਼ਮੀਰੀ ਪੰਡਿਤ ਸੀ ਉਹ ਸਾਡੇ ਪਿਤਾ ਦੇ ਕੋਲ ਆਏ ਅਸੀਂ ਖੇਡਦੇ ਖੇਡਦੇ ਉੱਥੇ ਚਲੇ ਗਏ ਸੀ ਤੇ ਪਿਤਾ ਜੀ ਨੂੰ ਕਿਹਾ ਸੀ ਮਹਾਰਾਜ ਆਪ ਜੀ ਚੁੱਪ ਬੈਠੇ ਹੋ ਅੱਖਾਂ ਬੰਦ ਕਰਕੇ ਬੈਠੇ ਹੋ ਆ ਜਿਹੜੀ ਸੰਗਤ ਹੈ ਸਿੱਖ ਹੈ ਵੀ ਚੁੱਪ ਚੁਪਾਤੇ ਬੈਠੇ ਹੈ ਜਿਹੜੇ ਕੀਰਤਨੀ ਹੈ ਉਹ ਸਾਜ ਬੰਦ ਕਰਕੇ ਵੀ ਕੀਰਤਨ ਕਰਨ ਨੂੰ ਚੁੱਪ ਬੈਠੇ ਹੈ ਆਹ ਕੌਣ ਰੋਲ ਰਹੇ ਹਨ ਤੇ ਪਿਤਾ ਜੀ ਨੇ ਕਿਹਾ ਸੀ ਵੀ ਇਹ ਗੋਬਿੰਦ ਰਾਏ ਕਸ਼ਮੀਰੀ ਪੰਡਿਤ ਹੈ ਔਰੰਗਜ਼ੇਬ ਇਹਨਾਂ ਦੇ ਧਰਮ ਦੇ ਦਖਲਦਾਜੀ ਦੇ ਰਿਹਾ ਜ਼ਬਰਦਸਤੀ ਇਹਨਾਂ ਦਾ ਧਰਮ ਤਬਦੀਲ ਕਰ ਰਿਹਾ ਇਹਨਾਂ ਨੂੰ ਫੜ ਫੜ ਕੇ ਮੁਸਲਮਾਨ ਬਣਾਈ ਜਾ ਰਿਹਾ ਇਹ ਅਮਰਨਾਥ ਗਏ ਸੀ ਉੱਥੇ ਮਰਨਾ ਵੰਡ ਕੇ ਬੈਠ ਗਏ ਸੀ ਸੱਤਵੇਂ ਦਿਨ ਇਹਨਾਂ ਨੂੰ ਚਿੱਠੀ ਮਿਲੀ ਹੈ ਇਹ ਲੈ ਕੇ ਆਏ ਹੈ ਤੇ ਇਹ ਕਹਿ ਰਿਹਾ ਵੀ ਉਧਰੋਂ ਆਵਾਜ਼ ਆਈ ਹੈ ਵੀ ਇਸ ਸਮੇਂ ਤੁਹਾਡੇ ਧਰਮ ਦੀ ਰੱਖਿਆ ਕਰਨ ਵਾਸਤੇ ਸਾਡੇ ਦੇਵੀ ਦੇਵਤਿਆਂ ਵਿੱਚੋਂ ਕੋਈ ਸਮਰੱਥ ਨਹੀਂ ਹੈ ਜੇ ਤੁਸੀਂ ਆਪਣੇ ਧਰਮ ਦੀ ਰੱਖਿਆ ਕਰਨੀ ਕਰਵਾਉਣੀ ਹੈ ਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਹੈ ਉਹਦੇ ਤੇ ਸਵਾਏ ਮਾਨ ਹਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਪਰਮੇਸ਼ਰ ਰੂਪ ਹੈ ਉਹਨਾਂ ਦੇ ਚਰਨ ਛਰਨ ਚਲੇ ਜਾਓ ਤੇ ਉਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ ਇਸ ਕਰਕੇ ਉੱਥੋਂ ਹੀ ਆਏ ਹੈ ਅਸੀਂ ਵਿਚਾਰ ਰਹੇ ਸੀ ਵੀ ਕਿਵੇਂ ਇਹਨਾਂ ਦੇ ਧਰਮ ਦੀ ਰੱਖਿਆ ਕੀਤੀ ਜਾਏ ਤੇ ਨੇਤਰ ਬੰਦ ਕਰਕੇ ਦੇਖ ਰਹੇ ਸੀ ਐਸਾ ਕੋਈ ਦੁਨੀਆਂ ਵਿੱਚ ਹੈ ਮਹਾਂਪੁਰਖ ਜਿਹੜਾ ਆਪਣਾ ਸੀਸ ਦਾ ਬਲੀਦਾਨ ਦੇਵੇ ਆਪਣਾ ਪਵਿੱਤਰ ਖੂਨ ਡੋਲ ਦੇਵੇ ਤੇ ਇਹਨਾਂ ਦਾ ਧਰਮ ਬਚ ਜਾਏ ਕੋਈ ਦਿਸ ਨਹੀਂ ਰਿਹਾ ਹੈ ਤੇ ਉਸ ਵੇਲੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਲਕ ਰੂਪ ਵਿੱਚ ਹੀ ਬਚਨ ਕਿਹਾ ਕਿ ਮਹਾਰਾਜ ਕਿਹਨੂੰ ਦੇਖਦੇ ਹੋ ਮਹਾਂਪੁਰਖ ਹੋਰ ਦੁਨੀਆਂ ਵਿੱਚ ਮਹਾਨ ਕਿਹੜਾ ਹੋਣਾ ਗੁਰੂ ਨਾਨਕ ਸਾਹਿਬ ਸਭ ਤੋਂ ਮਹਾਨ ਸੀ ਉਹਨਾਂ ਦੇ ਗੱਦੀ ਉੱਪਰ ਆਪ ਜੀ ਬੈਠੇ ਹੋ ਤੇ ਆਪ ਨਾਲੋਂ ਕਿਹੜਾ ਮਹਾਨ ਹੋ ਸਕਦਾ ਹੈ ਤੁਸੀਂ ਮਹਾਰਾਜ ਜਿਵੇਂ ਕਿਵੇਂ ਇਹਨਾਂ ਦੇ ਧਰਮ ਦੀ ਰੱਖਿਆ ਕਰੋ ਇਉਂ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਸੰਨ ਹੋ ਗਏ ਸਨ ਫਿਰ ਉਹਨਾਂ ਨੂੰ ਦਿਲਾਸਾ ਧੀਰ ਦੇ ਦਿੱਤਾ ਵੀ ਜਾਓ ਔਰੰਗਜ਼ੇਬ ਨੂੰ ਅਫਸ਼ਨਸ਼ੇਰ ਨੂੰ ਕਹਿ ਦਿਓ ਸੂਬੇ ਨੂੰ ਵੀ ਜੇ ਗੁਰੂ ਨਾਨਕ ਸਾਹਿਬ ਜੀ ਗੱਦੀ ਤੇ ਬਿਰਾਜਮਾਨ ਸਾਡਾ ਨਾਂ ਲੈ ਕੇ ਕਹਿ ਦੇ ਵੀ ਉਹ ਤੁਹਾਡੇ ਮਤ ਵਿੱਚ ਹੋ ਜਾ ਆ ਜਾਣ ਮੁਸਲਮਾਨ ਬਣ ਜਾਣ ਉਹਨਾਂ ਨੂੰ ਦੇਖ ਕੇ ਅਸੀਂ ਆਪੇ ਆ ਜਾਵਾਂ ਜਦੋਂ ਵੀ ਸਾਨੂੰ ਬੁਲਾਉਣਗੇ ਫਿਰ ਅਸੀਂ ਜਿਵੇਂ ਕਿਵੇਂ ਹੋਇਆ ਤੁਹਾਡੇ ਦਾ ਧਰਮ ਦੀ ਰੱਖਿਆ ਕਰਾਂਗੇ ਇਸ ਕਰਕੇ ਇੱਥੇ ਉਹ ਇਸ਼ਾਰੇ ਨਾਲ ਹੀ ਸੰਖੇਪਤ ਲਏ ਜਬ ਹਮ ਕਰਮ ਧਰਮ ਮੋਹ ਆਏ 9 ਸਾਲ ਦੀ ਉਮਰ ਸੀ ਆਪਦੀ ਜਦੋਂ ਅਸੀਂ ਧਰਮ ਰੂਪ ਕਰਮ ਦੇ ਵਿੱਚ ਆਏ ਦੇਵ ਲੋਕ ਤਬ ਪਿਤਾ ਸਦਾਏ ਸਾਡੇ ਪਿਤਾ ਜਿਹੜੇ ਆ ਕਹਿੰਦੇ ਦੇਵ ਲੋਕ ਨੂੰ ਚਲੇ ਗਏ
ਦੇਵ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ ਵਾਹਿਗੁਰੂ, ਉਹ ਕੌਣ ਹੈ, ਉਹਦਾ ਲੋਕ ਕੌਣ ਹੈ? ਸੱਚਖੰਡ ਹੀ ਹੈ ਵਾਹਿਗੁਰੂ, ਸੱਚਖੰਡ ਵਸੈ ਨਿਰੰਕਾਰ ਹੋ ਸਾਡੇ ਪਿਤਾ ਜੀ, ਇਸ ਸੱਚਖੰਡ ਨੂੰ ਚਲੇ ਗਏ, ਸ਼ਹਾਦਤ ਪ੍ਰਾਪਤ ਕਰ ਗਏ। ਇਉਂ ਇਹ ਆਪਣਾ ਅਵਤਾਰ ਧਾਮ ਦੀ ਜਿਹੜੀ ਕਥਾ ਹੈ ਉਹਨੂੰ ਸੰਖਿਪਤ ਨਾਲ ਸੂਤਰ ਰੂਪ ਵਿੱਚ ਕਿਹਾ ਹੈ। ਇੱਥੇ ਇਹ ਵੀ ਅਧਿਆਇ ਜਿਹੜਾ ਉਹ ਸੱਤਵਾਂ ਪੂਰਾ ਹੋਇਆ, ਜਿਸ ਕਰਕੇ ਅਕਸ਼ਰ ਲਿਖੇ ਸ੍ਰੀ ਵਿਚਿੱਤਰ ਨਾਟਕ ਗ੍ਰੰਥ ਸੇ ਨਾਮ ਸਪਤਮਾ ਅਧਿਆਇ ਸਮਾਪਤ ਸੋਮਸਤ ਇਹ ਹੋਇਆ ਸ੍ਰੀ ਵਿਚਿੱਤਰ ਨਾਟਕ ਨਾਮ ਦਾ ਗ੍ਰੰਥ। ਇੱਥੇ ਜਨਮ ਦਾ ਵੀ ਹੈ ਕੋਈ? ਸਮਾਪਤ ਮਸਤ ਹਾਂ, ਸਮਾਪਤ ਹੋਇਆ ਸੋਮਸ ਸੋ ਸ੍ਰੇਸ਼ਠ ਮਸਤ ਕੀ ਸੰਪੂਰਨ ਹੋਇਆ। ਅਗਲਾ ਜਿਵੇਂ ਆਪ ਜੀ ਨੇ ਰਾਜਸਾਜ ਹੋਰ ਕੀਤਾ, ਰਾਜ ਭਾਗ ਵਧਾਇਆ, ਜਿਵੇਂ ਰਾਜਾ ਮਹਾਰਾਜਾ ਮਹਾਰਾਜ ਸਾਜ ਵਧਾਇਆ, ਘੋੜੇ ਹਾਥੀ ਹੋਰ ਫੌਜਾਂ ਰੱਖੀਆਂ, ਉਹਦਾ ਕਥਨ ਆਪ ਜੀ ਨੇ ਆਪਣੀ ਕਲਮ ਨਾਲ ਆਪਣੀ ਕਾਵਿ ਰਚਨਾ ਵਿੱਚ ਕੀਤਾ ਹੈ। ਹੋਰ ਜਿਹੜੇ ਕੋਈ ਭੰਗਾਣੀ ਦੇ ਜੰਗ ਯੁੱਧ ਹੋਏ, ਪੌਂਟਾ ਸਾਹਿਬ ਜਾ ਕੇ ਉਹ ਕੁਝ ਬਿਆਨ ਕੀਤੇ, ਕਿਰਪਾਲ ਚੰਦ ਵਰਗਿਆਂ ਨੇ ਜਿਵੇਂ ਉਹ ਸਲੋਤਰ ਜਾ ਲੈ ਕੇ ਹਰਚੰਦ ਵਰਗਿਆਂ ਦੀ ਕਪਾਲ ਕਿਰਿਆ ਕੀਤੀ, ਉਹਨਾਂ ਨੂੰ ਖਤਮ ਕੀਤਾ, ਇਹੋ ਜਿਹੇ ਪ੍ਰਸੰਗ ਇਹ ਜੰਗ ਯੁੱਧ ਦੇ ਕਵੀ ਗੁਰੂ ਮਹਾਰਾਜ ਜੀ ਨੇ ਲਿਖੇ ਹਨ, ਉਹ ਆਉਣਗੇ, ਉਹ ਆਪਣੇ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅੱਜ ਇੱਥੇ ਸਮਾਪਤੀ ਹੈ ਜੀ। ਕਿੰਨੀ ਅਨਕ ਭਾਂਤ ਕੀ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ, ਜਬ ਹਮ ਧਰਮ ਕਰਮ ਮੋ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼, ਪੂਰਨ ਹੈ ਸਰਵਮੈ ਦੁਖ ਪੰਜਨ ਗੁਣ ਤਾਸ, ਸੰਗੀ ਹੈ ਨਿਰੰਕਾਰ ਨਿਰਗੁਣ ਸਭ ਠੀਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਰਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧਿ ਧਿਆਨ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਸਾਰਨ ਹਾਰ, ਜੋ ਸਰਦਾ ਕਰ ਸੇਵਨ ਦੇ,
ਸਰਨਹਾਰ।